वाहेगुरु जी की फतेह। जी संगत आ रही है तेरा अंदर खाली हम तो अगर लौट पे तो उपर भी जी गिर रही है खोल दी जा सके। तो बैलाग सेंटर जे आसमान का कहना है कि पौड़ियों के नंबर बैठे जाए टोल के मूहरे ज्यादातर पौड़ियों के खाली चाहिए है तो इधर सीटा खाली हैं तो उपर जी गैलरी है रोड पैन के उपर खोल दी जा सके। वाहेगुरु जी का खालसा। डोर के मूहरे भी डोर जो बदौर ना किया जाए doors. Have a seat. If there's not going to be enough seating, we'll open the upstairs. So everybody please sit down, grab a seat. Just don't block the aisles or the doorways. Thank you. Door de mohre te paadiyan de vich na khade raho te na baitho. Je baithne nu thaan thodi hai to utte khol deyange, tusi utte baith sakde ho.
ਵਾਹਿਗੁਰੂ ਗੁਰੂ ਪਿਆਰੇ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀਓ ਅੱਜ ਦਾ ਇਹ ਇਕੱਠ ਖਾਲਸਾ ਪੰਥ ਅੱਜ ਬੜੀ ਹੀ ਦੁੱਖਦਾਈ ਜਿਹੜਾ ਸਮਾਂ ਹੈ ਜਿਹੜਾ ਉਸ ਦੇ ਵਿੱਚ ਦੀ ਅੱਜ ਵਿਚਰ ਰਿਹਾ ਹੈ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਵੱਸਦੀ ਹੈ ਪੰਜਾਬ ਦੇ ਵਿੱਚ ਜੋ ਹਾਲਾਤ ਹੋਏ ਇਹ ਅੱਜ ਹੀ ਨਹੀਂ ਸਾਧ ਸੰਗਤ ਜੀ ਇਹ ਚੰਦੂ ਕਲਾ ਦਾ ਸਮਾਂ ਜਦੋਂ 1982-83 ਦੇ ਵਿੱਚ ਮੈਂ ਆਪ ਜੀ ਨੂੰ ਜੇ ਲੈ ਜਾਵਾਂ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪੋਥੀਆਂ ਚੰਦੂ ਕਲਾ ਦੇ ਵਿੱਚ ਅਗਨ ਭੇਟ ਕੀਤੀਆਂ ਗਈਆਂ ਸੀ ਸਮੇਂ ਸਮੇਂ ਦੇ ਅਨੁਸਾਰ ਸਰਕਾਰਾਂ ਬਦਲਦੀਆਂ ਗਈਆਂ ਪਰ ਉਹ ਜਿਹੜਾ ਸਿੱਖਾਂ ਦਾ ਵਿਰੋਧੀ ਜਿਹੜਾ ਰਵੱਈਆ ਸੀਗਾ ਜਿਹੜਾ ਉਹ ਜਿਹੜਾ ਚਿਹਰਾ ਸੀ ਸਰਕਾਰਾਂ ਦਾ ਉਵੇਂ ਦੀ ਉਵੇਂ ਬਰਕਰਾਰ ਰਿਹਾ ਅਤੇ ਸਮੇਂ ਸਮੇਂ ਉਹਨਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਕਿਉਂਕਿ ਬੇਅਦਬੀ ਪਹਿਲਾਂ ਵੀ ਹੋਈ ਇਸ ਬੇਅਦਬੀ ਦਾ ਜਿਹੜਾ ਫਰਕ ਇਹ ਸੀਗਾ ਕਿ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਗਵਾ ਕਰ ਲਿਆ ਗਿਆ ਜੂਨ ਦੇ ਵਿੱਚ ਉਸ ਤੋਂ ਬਾਅਦ ਉਹ ਨਜ਼ਾਲਮਾਂ ਨੇ ਖਾਲਸਾ ਪੰਥ ਨੂੰ ਵੰਗਾਰਿਆ ਕਿ ਜੇ ਹਿੰਮਤ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲੱਭ ਲਵੋ ਅਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬੇਅਦਬੀ ਵੀ ਕਰਾਂਗੇ ਉਹਨਾਂ ਨੇ ਉਹ ਖਾਲਸਾ ਜੀ ਕਹਿ ਕੇ ਇਹ ਇੱਕਦਮ ਹੈ ਜਿਹੜੀ ਘਟਨਾ ਇੱਕਦਮ ਨਹੀਂ ਵਾਪਰੀ ਸਰਕਾਰਾਂ ਤੱਕ ਪ੍ਰਸ਼ਾਸਨ ਦੇ ਤੱਕ ਖਾਲਸਾ ਪੰਥ ਖਾਲਸਾ ਪੰਥੀ ਜਿਹੜੇ ਜਥੇਬੰਦੀਆਂ ਸੀਗੀਆਂ ਰੌਲਾ ਪਾ ਰਹੀਆਂ ਜੂਨ ਮਹੀਨੇ ਤੋਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਦੀ ਭਾਲ ਕੀਤੀ ਜਾਵੇ ਕਿੱਥੇ ਅਮਨ ਨਿਸ਼ਾਨਦੇਹੀਆਂ ਵੀ ਕੀਤੀਆਂ ਪਰ ਪ੍ਰਸ਼ਾਸਨ ਦੇ ਕੰਨਾਂ ਦੇ ਜੂਨ ਤੱਕ ਨਹੀਂ ਸਰਕੇ ਅਤੇ ਜਿਹੜੇ ਹਾਲਾਤ ਸਿੱਖਾਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਲਾਉਣਾ ਪਿਆ ਅਤੇ ਉਹ ਧਰਨੇ ਦੇ ਉੱਪਰ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋਏ ਸਿੰਘਾਂ ਦੇ ਉੱਪਰ ਕਿਸ ਤਰ੍ਹਾਂ ਸਰਕਾਰ ਨੇ ਅਤਿਆਚਾਰ ਕੀਤਾ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਉਹ ਆਪ ਜੀ ਨੇ ਮੀਡੀਆ ਦੇ ਵਿੱਚ ਦੇਖਿਆ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੱਖਾਂ ਦਾ ਜਿਹੜਾ ਇਸ਼ਟ ਹੈ ਸਾਡੇ ਬਾਪ ਦੀ ਪੱਗ ਨੂੰ ਸਿੱਧਾ ਹੱਥ ਪਾਇਆ ਉਹਨਾਂ ਨੇ ਖਾਲਸਾ ਪੰਥ ਜੀ ਉਹਨਾਂ ਪੁੱਤਰਾਂ ਦਾ ਕੀ ਜਿਉਣਾ ਜਦੋਂ ਪਿਓ ਦੀ ਪੱਗ ਨੂੰ ਹੱਥ ਪਾ ਲਵੇ ਉਹਨਾਂ ਨੇ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਇੱਕ ਅੰਗ ਕਰਕੇ ਗਲੀਆਂ ਦੇ ਵਿੱਚ ਕੰਧਾਂ ਦੇ ਉੱਪਰ ਉਹਨਾਂ ਨੇ ਜਿਸ ਤਰ੍ਹਾਂ ਲਾਇਆ ਹਰੇਕ ਹੀ ਹਿਰਦਾ ਅੱਜ ਦੁੱਖਦਾਈ ਹੈ ਬਹੁਤ ਹੀ ਔਖੇ ਸਮੇਂ ਦੇ ਵਿੱਚ ਦੀ ਆਪਾਂ ਲੰਘ ਰਹੇ ਹਾਂ ਸੋ ਇਸ ਅੱਜ ਦੇ ਜੋ ਇਕੱਠ ਦਾ ਆਗਾਜ਼ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿਉਂਕਿ ਖਾਲਸਾ ਪੰਥ ਜਦੋਂ ਵੀ ਕੋਈ ਕਾਰਜ ਕਰਦਾ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈਂਦਿਆਂ ਹੋਇਆਂ ਮੈਂ ਬੇਨਤੀ ਕਰੂੰਗਾ ਪੰਥ ਦਾ ਸਤਿਕਾਰ ਜਥਾ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਪਮਾਰ ਇੱਕ ਸ਼ਬਦ ਦੇ ਨਾਲ ਅਰਦਾਸ ਬੇਨਤੀ ਕਰਦਿਆਂ ਹੋਇਆਂ ਗੁਰੂ ਦੇ ਚਰਨਾਂ ਦੇ ਵਿੱਚ ਅਤੇ ਇਹ ਕਵਿਤਾ ਇੱਕ ਦੋ ਦੇ ਨਾਲ ਆਪਣੇ ਕਿਉਂਕਿ ਆਪਣੇ ਕੋਲ ਟਾਈਮ ਆਪਾਂ ਤਕਰੀਬਨ ਟਾਈਮ ਦੇ ਨਾਲ ਹੀ ਸ਼ੁਰੂ ਕਰ ਦਿੱਤਾ ਹੈ ਸੋ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਪਮਾਰ ਨੂੰ ਉਹ ਅਰਦਾਸ ਬੇਨਤੀ ਕਰਦਿਆਂ ਹੋਇਆਂ ਜੋ ਇਸ ਪੰਥ ਇਕੱਠ ਹੈ ਜਿਹੜਾ ਇਸ ਦਾ ਆਗਾਜ਼ ਕੀਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹੇ
ਦੇ ਵਿੱਚ ਚੀਸ ਤੇ ਦਰਦ ਲੈ ਕੇ ਅੱਜ ਤੁਸੀਂ ਇਸ ਹਾਲ ਦੇ ਵਿੱਚ ਹਾਜ਼ਰੀ ਭਰ ਰਹੇ ਹੋ। ਕੋਈ ਵੀ ਪੂਰੇ ਵਰਲਡ ਦੇ ਵਿੱਚ ਨਾਨਕ ਨਾਮ ਲੇਵਾ ਸਿੱਖ ਐਸਾ ਨਹੀਂ ਜਿਹਦੇ ਹਿਰਦੇ ਤੇ ਆਰੀ ਨਾ ਫਿਰੀ ਹੋਵੇ। ਆਪਾਂ ਸਾਰੇ ਜਾਣਦੇ ਹਾਂ ਅਗਲਾ ਪ੍ਰੋਗਰਾਮ ਕੀ ਹੋਵੇ, ਸਾਡਾ ਟੀਚਾ ਕੀ ਹੋਵੇ। ਇਹ ਜੋ ਹੋਈਆਂ ਘਟਨਾਵਾਂ ਨੇ ਪੰਜਾਬ ਦੀ ਧਰਤੀ ਤੇ, ਜਿਸ ਦੇ ਬਾਰੇ, ਜਿਸ ਧਰਤੀ ਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਆਖਦਾ ਹੈ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਉਹ ਗੁਰੂਆਂ ਦੀ ਧਰਤੀ, ਉਹ ਪੀਰਾਂ ਦੀ ਧਰਤੀ, ਉਹ ਫਕੀਰਾਂ ਦੀ ਧਰਤੀ, ਪਰ ਅੱਜ ਜਿਸ ਧਰਤੀ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹਨਾਂ ਦੀ ਜੋ ਵਿਆਪੀ ਕਰਵਾਈ ਜਾ ਰਹੀ ਹੈ, ਜੋ ਹੋਈ ਹੈ, ਤੇ ਜਿਹੜੇ ਗੁਰੂ ਪਿਆਰੇ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਅਤੇ ਜਿਹੜੇ ਜ਼ਖਮੀ ਹੋਏ ਨੇ, ਜਿਹੜੇ ਇਲਾਜ ਨੇ ਗੁਰੂ ਪਿਆਰਿਓ, ਉਹਨਾਂ ਪਰਿਵਾਰਾਂ ਦੇ ਲਈ, ਸ਼ਹੀਦਾਂ ਦੇ ਲਈ ਅੱਜ ਹਰ ਇੱਕ ਗੁਰੂ ਘਰ ਦੇ ਵਿੱਚ ਅਰਦਾਸ ਬੇਨਤੀਆਂ ਹੋ ਰਹੀਆਂ ਨੇ। ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮੁੱਚੀ ਸਾਧ ਸੰਗਤ, ਪੰਥਕ ਦਾਤੀ, ਅੱਜ ਸਮੁੱਚਾ ਨਾਮ ਲੈਣਾ ਗੁਰੂ ਸਿੱਖ ਇੱਥੇ ਹਾਜ਼ਰੀ ਭਰ ਲਿਆ। ਮੈਂ ਫਤਿਹ ਬੁਲਾਉਣਾ, ਫਤਿਹ ਪ੍ਰਵਾਨ ਕਰੋ, ਆਖੋ ਗੱਲ ਵੱਟ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁੱਖ ਉਹਦਾ ਬਹੁਤਾ ਨਹੀਂ ਹੁੰਦਾ ਜੇ ਬੇਗਾਨਾ ਸਾਡੇ ਤੇ ਕੋਈ ਵਾਰ ਕਰਦਾ ਹੈ। ਅਸੀਂ ਆਖਦੇ ਹਾਂ ਬੇਗਾਨਾ ਹੈ, ਪਰ ਆਹ ਬਹੁਤ ਕੁਝ ਵੀ ਹਾਲਾਤ ਬਣੇ ਨੇ, ਇਹ ਉਹਨਾਂ ਦੇ ਪੈਰੋਂ ਬਣੇ ਨੇ ਜਿਹਨਾਂ ਨੂੰ ਅਸੀਂ ਆਪਣੇ ਵੀ ਆਖਿਆ। ਖਾਸ ਕਰਕੇ ਜਿਹੜੇ ਪੰਥ ਦੀ ਜਮਾਤ ਅਖਵਾਉਂਦੇ ਨੇ, ਪੰਥ ਦੀ ਤੇ ਪੰਥ ਦੇ ਨਾਂ ਤੇ ਵੋਟਾਂ ਲੈਂਦੇ ਨੇ। ਅੱਜ ਲਿਖਣ ਵਾਲੇ ਕਮਾਲ ਦੀ ਲਿਖਦੇ ਨੇ ਗੱਲ, ਉਹ ਕਹਿੰਦਾ ਸਿੱਖ ਕੌਮ ਦੇ ਪੰਜ ਕਦਾਰ, ਉਹ ਪੰਡੀ ਉਹ ਜਥੇਦਾਰ, ਸੁੱਕਾ ਸਾਧ ਨਾਲ ਜਿਨ੍ਹਾਂ ਦਾ ਪਿਆਰ, ਬਾਦਲ ਉਹਨਾਂ ਦਾ ਸਰਦਾਰ, ਬਾਦਲ ਉਹਨਾਂ ਦਾ ਸਰਦਾਰ। ਗੁਰੂ ਪਿਆਰਿਓ, ਜੇ ਉਹ ਪੰਜ ਗੁਰੂਆਂ ਦੇ ਹੋ ਜਾਂਦੇ ਨਾ, ਜਿਸ ਤਖਤਾਂ ਤੇ ਉਹ ਸੇਵਾ ਕਰ ਰਹੇ ਸੀ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਹੋ ਜਾਂਦੇ, ਕਲਗੀਧਰ ਪਾਤਸ਼ਾਹ ਦੇ ਹੋ ਜਾਂਦੇ, ਇਸ ਦੁਨਿਆਵੀ ਦੇ ਨਾ ਹੁੰਦੇ, ਜਿਹੜਾ ਗੈਰਾਂ ਦੀ ਕਠਪੁਤਲੀ ਬਣਿਆ ਹੋਇਆ ਤੇ ਇਹਦੇ ਅੱਗੇ ਝੋਲੀ ਨਾ ਚੁੱਕਦੇ, ਅੱਜ ਸਾਡੇ ਆਹ ਹਾਲਾਤ ਨਾ ਬਣਦੇ, ਅੱਜ ਇਹ ਹਾਲਾਤ ਨਾ ਹੁੰਦੇ। ਆਓ, ਇਹ ਮੈਂ ਕਰਤਾ ਇੱਕ ਘੰਟੇ ਬਾਅਦ ਆਈਡੀ ਤੇ ਪਾਈ ਸੀ, ਉਹ ਦਰਦਨਾਕ ਸੀਨ ਜਿਵੇਂ ਉੱਥੇ ਪੁਲਿਸ ਨੇ ਗੋਲੀਆਂ ਮਰਾਈਆਂ, ਵਾਹਿਗੁਰੂ ਵਾਹਿਗੁਰੂ ਕਰਦੀਆਂ ਸਿੱਖ ਸੰਗਤਾਂ ਦੀ, ਇਹ ਸਾਡੇ ਸਾਹਮਣੇ ਤਸਵੀਰ ਐਨ ਸਾਫ ਆ। ਉਹਨਾਂ ਨੂੰ ਕੋਈ ਜਵਾਬ ਨਹੀਂ ਜਿਹਨਾਂ ਨੇ ਇਹ ਬੁੱਚੜਪਣਾ ਉੱਥੇ ਖਿਲਾ ਰਿਹਾ, ਕੋਈ ਜਵਾਬ ਨਹੀਂ ਉਹਨਾਂ ਦੇ ਕੋਲੇ, ਉਹ ਜਵਾਬ ਦੇ ਨਹੀਂ ਸਕਦੇ। ਗੁਰੂ ਪਿਆਰਿਓ, ਉਹਨਾਂ ਚਾਲਾਂ ਤੇ ਚਾਲਾਂ, ਕਿਉਂਕਿ ਗੰਦੀ ਰਾਜਨੀਤੀ, ਗੰਦੀ ਤੇ ਗੰਦੀ ਰਾਜਨੀਤੀ ਦੀ ਇਹ ਉਪਜ, ਝੂਠਾ ਸਾਧ ਭੁਨਿਆਰੇ ਵਾਲਾ ਨੂਰ ਮੈਲੀ ਆ, ਇਹ ਜਿੰਨੇ ਵੀ ਅਖੋਤੀ ਨੇ ਇਹ ਗੰਦੀ ਰਾਜਨੀਤੀ ਦੀ ਉਪਜ ਆ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਵਧੀਆ ਰਾਜਨੀਤਿਕ ਮੰਨਣ ਵਾਸਤੇ ਆਖਿਆ ਸੀ, ਇਹੋ ਜਿਹੇ ਗੰਦੇ ਰਾਜਨੀਤਿਕ ਮੰਨਣ ਵਾਸਤੇ ਨਹੀਂ ਸੀ ਆਖਿਆ। ਆਹੋ ਸੁਣੋ, ਨਾਲ ਨਾਲ ਅੱਖਾਂ ਸਾਹਮਣੇ ਉਹ ਦਰਦਨਾਕ ਸੀਨ ਲੈ ਕੇ ਆਓ, ਉੱਧਰ ਵਾਹਿਗੁਰੂ ਵਾਹਿਗੁਰੂ ਕਰਦੀਆਂ ਹੁਣ ਗੁਰੂ ਪਿਆਰੀਆਂ ਹੋਰ ਸਿੱਖ ਸੰਗਤਾਂ। ਗੁਰੂ ਪਿਆਰਿਓ, ਇਹ ਬਾਦਲ ਦੇ ਰਾਜ ਦੇ ਵਿੱਚ ਹੀ ਇਹੋ ਜਿਹੀਆਂ ਘਟਨਾਵਾਂ ਘਟਦੀਆਂ ਨੇ। ਦੇਖੋ, ਬਾਦਲ ਦੇ ਰਾਜ ਦੀ 78 ਚ ਗੱਲ ਹੋਈ ਬਾਦਲ ਦਾ ਰਾਜ, 78 ਚ ਗੱਲ ਹੋਈ ਬਾਦਲ ਦਾ ਰਾਜ, 2007 ਚ ਗੱਲ ਹੋਈ ਬਾਦਲ ਦਾ ਰਾਜ, 2009 ਚ ਗੱਲ ਹੋਈ ਬਾਦਲ ਦਾ ਰਾਜ, 2012 ਚ ਗੱਲ ਹੋਈ ਬਾਦਲ ਦਾ ਰਾਜ। ਵੇਖੋ, ਇਹਦੇ ਰਾਜ ਵਿੱਚ ਹੀ ਇਹ ਸਾਫ ਜ਼ਾਹਰਾ ਜਿੰਨਾ ਨੁਕਸਾਨ ਸਿੱਖੀ ਦਾ ਇਹ ਕਰ ਗਿਆ ਕੋਈ ਨਹੀਂ ਕਰ ਸਕਦਾ। ਇਹ ਗੱਲ ਯਾਦ ਰੱਖਿਓ ਤੇ ਉਹਨੂੰ ਯਾਦ ਰੱਖਣਾ, ਆਹ ਧੱਬਾ ਜਿਹੜਾ ਦਾਗ ਲੱਗ ਗਿਆ ਨਹੀਂ ਲੱਥਣਾ, ਨਹੀਂ ਲੱਥਣਾ, ਲੱਥਣੇ ਪਹਿਲਾਂ ਵੀ ਨਹੀਂ ਸੀ, ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਤੇਰਾ ਨਾਂ ਕਾਲੇ ਅੱਖਰਾਂ ਦੇ ਵਿੱਚ। ਸਾਨੂੰ ਕਿਸੇ ਬੇਗਾਨੇ ਤੋਂ ਬਹੁਤਾ ਖਤਰਾ ਨਹੀਂ ਹੁੰਦਾ, ਕਿਉਂਕਿ ਬਾਜਾਂ ਵਾਲੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਹੀ ਅਸੀਂ ਕੀਤੀ ਆ, ਸਾਨੂੰ ਜਾਂਬਾਜ਼ ਬਣਾਇਆ, ਸਾਨੂੰ ਸਿਰਲੱਥ ਬਣਾਇਆ, ਸਾਨੂੰ ਪਰਉਪਕਾਰੀ ਬਣਾਇਆ, ਸਾਨੂੰ ਦਲਾਵਰ ਸਿੰਘ ਵਰਗੇ ਬਣਾਇਆ। ਅਸੀਂ ਤਾਂ ਆਪਣੇ ਹੱਕਾਂ ਲਈ ਬਰੂਦੀਆਂ ਬਿਲਕੁਲ ਬੰਨ ਸਕਦੇ ਹਾਂ, ਆਪ ਉੱਡ ਸਕਦੇ ਹਾਂ, ਦੂਜਿਆਂ ਨੂੰ ਉਡਾ ਸਕਦੇ ਹਾਂ। ਧੰਨਾ ਸਿੰਘ ਬੱਬਰ ਦੇ ਇਤਿਹਾਸ ਤੋਂ ਲੈ ਕੇ ਭਾਈ ਦਲਾਵਰ ਸਿੰਘ ਦਾ ਇਤਿਹਾਸ ਸਾਡਾ ਦੱਸਦਾ ਹੈ। ਇਸ ਜ਼ਾਲਮ ਨੂੰ ਸਾਡਾ ਇਤਿਹਾਸ ਪੜ੍ਹ ਲੈਣਾ ਚਾਹੀਦਾ। ਲਓ ਸੁਣਿਓ ਪਿਆਰ ਦੇ ਨਾਲ, ਜੋ ਕੁਝ ਉੱਥੇ ਹੋ ਰਿਹਾ ਹੈ, ਜ਼ਾਲਮ ਨੇ ਜੋ ਕੁਝ ਸਾਡੇ ਨਾਲ ਕੀਤਾ, ਪਮਾਲ ਦਾ ਢਾਡੀ ਜਥਾ ਮੇਰੇ ਸਾਥੀ ਸੁਖਪਾਲ ਸਿੰਘ ਪ੍ਰਭਜੋਤ ਤੇ ਬ੍ਰਿਸ਼ਪਾਲ ਇਹ ਦੱਸ ਰਹੇ।
बैठी विच संगत लागे भाई गुरमीत सिंह भाई कृष्ण भगवान सिंह
उसी शहीदा की कतार के वह मोती बन गए ने गुरु प्यारियो जेडे आप जाया करते हैं पूजन योग बलवंत वीर बन के जिन्हें आपे आजादी तो वार छी शहीदा कदे ना भुलियो अज शहीदा याद करते इस स्थान पर कट्ठे हुए हो शहीदा का सत्कार करो क्योंकि जड़िया कौम मैं जदों का गाँव लग्या स्टेजा पर आया मैं यही गुरु महाराज अगर अरदास बेनती करके आया सी सच्चे पातशाह जिन्ना चिर गाओ शहीदा की गल लाजमी करो जेडे आप नहीं शहीदा भुलण बारे रुड़ जाया करते हैं रुड़ जाया करते हैं एक गल याद रखियो रुड़ जाया करते हैं जेडे अपने शहीदा वसार देंगे असी शहीदा याद करते हुए उन्होंने गुरु प्यार के सिर चुका हुए शहीदा दिया फोटो वाला जरा फलोट रोकिया गया जे इन्होंने स्टैंड लिया सुख ढाई वाल लिया उदो टाइम गए उन्होंने लिया गुरु प्यार इसे आओ अज आप रल लगे आज जी अगली कविता बोल रही है जिम्मे अच तुम आए हो तो पूरा पंजाब अच पूरा पंजाब तुम वेख रहे हो वो किमें आपके घर बार छड़ के आपके मुख खेतीबाड़ी का धंधा क्योंकि झोने का सीजन छड़ के अज मामा के हीरे मामा के लाल सड़क से बैठे ने यह दर्द है वह जालम सरकार ने यह पूरे चपेट आ चपेट उस जालम सरकार की एक गल याद रखियो जब लोग इकट्ठे होंगे ना भावें असी वंडिया के बहुत हाँ एक सच्चाई असी वंडे हुए हैं पर हुण इकट्ठे हुए हैं जो इकट्ठे होंगे जड़िया साड़िया शरदानता तो घबरदियां ने वह उठिया होंगे ने उन्होंने हम बहुत जोर जो लाया तो ला रहे हैं वह सानू पाड़न वास्ते ला रहे हैं पाड़ी जाइए पाड़ी जाइए हुण जिहड़ा वड्डा अगे खतरा आएगा वह वंडिया से पाड़न वाला हो जाएगा वो तुम वेख ही रहे हो एक कवि ने जो लोग उठते हैं भावें कि कि जालम ताकत दुनिया की हो दुनिया की और रोक नहीं सकती आ शेर सुनो ध्यान के नाल शहदाना खुदगर्जा आगू किता मुजहरा जो भी गलत मजहबी जनून का और देशभक्त जो लोग हक ने राखियां मुख बंद लिखिया लहू ना बगावत के मजमून का तकलीफा बर्दाश्त करते बंदी आदर्शक जिंदगी पकड़ के ठोस फैसला कुदरत के कानून का बुरी तरह रुड़ जाएगियां बलवंत फराबूनी ताकत रुकदा कदे तूफान ना लोगों के गर्म खून का लोगों को कदे कोई रोक नहीं सकता जो लोग उठते हैं अज पूरी संगत पूरा पंजाब उठा हुआ है अज देशों विदेशों के सिख जिमें अज आप कट्ठे हुए हैं कट्ठे हो रहे हैं आ नवी कविता भी लिखिए आ भी सुनियो तो आ गुरु का सिख कहूगा आ कहता आंदा क्योंकि गुरु ग्रंथ साहब महाराज बुनियाद नहीं कौम का निश्चा नहीं कौम का अकीदा नहीं कौम की जिंद जान नहीं जिंद जान असी अपने गुरु के लिए आप सकते हैं दिलावर सिंह वर्गे अपने भरावान के लिए आए सी अगे आए सी आ इतिहास अक्टूबर महीने का जिंदे सुखे की गल करते हैं अगे सतवंत बेंत की होनी है यह वो हीरे सन जेडे अपने गुरु को प्यार करते अपने गुरु की निरादरी धर्म स्थाना की निरादरी बर्दाश्त नहीं सी कीती अज जिन्ना भी सिख जगत वह आ कह गया आपके मूह के आप मुहावे आ गल निकलती है उसका जिक्र बमार के ढाकी जथे को है
ਵਾਂਗ ਪੜੇ ਹੋਏ ਨੇ ਯਾਦ ਵਿੱਚ ਮੈਂ ਧੰਨਵਾਦ ਕਰਦਾ। ਆਓ ਅਗਲਾ ਪ੍ਰੋਗਰਾਮ ਸਰਨ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪੰਜਾਬ ਦੀ ਧਰਤੀ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਦੇ ਪਾਵਨ ਸਰੂਪ ਦੀਆਂ ਬੇਅਦਬੀਆਂ ਹੋਈਆਂ ਨੇ, ਸਾਰਿਆਂ ਤੋਂ ਪਹਿਲਾਂ ਫਰੀਦਕੋਟ ਜ਼ਿਲ੍ਹਾ ਦੇ ਪਿੰਡ ਬਰਗਾੜੀ ਦੇ ਵਿੱਚ, ਉਸ ਤੋਂ ਉਪਰੰਤ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬਾਠ ਦੇ ਵਿੱਚ, ਉਸ ਤੋਂ ਉਪਰੰਤ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਨਾਜੂ ਸ਼ਾਹ ਮਿਸ਼ਰੀ, ਇਸੇ ਪ੍ਰਕਾਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੋਰੀਆਂ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਔਰ ਜਿਸ ਬੇਅਦਬੀ ਨੇ ਦੁਨੀਆਂ ਭਰ ਦੇ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੇ ਦਿਲਾਂ ਨੂੰ ਬਲੂੰਦਰਿਆ, ਉਸ ਸੰਬੰਧ ਦੇ ਵਿੱਚ ਪੰਜਾਬ ਦੀ ਧਰਤੀ 'ਤੇ ਸਮੁੱਚੇ ਸਿੱਖ ਜਗਤ ਨੇ ਜੋ ਰੋਸ ਮੁਜ਼ਾਹਰੇ ਕੀਤੇ ਨੇ ਸ਼ਾਂਤਮਈ ਅਤੇ ਵੱਖ ਵੱਖ ਦੇਸ਼ਾਂ ਦੇ ਵਿੱਚ ਇਸਨਾਂ ਰੋਸ ਮੁਜ਼ਾਹਰਿਆਂ ਨੂੰ ਮੋਢਾ ਦਿੱਤਾ ਗਿਆ, ਔਰ ਇਹਨਾਂ ਮੌਕਿਆਂ ਦੇ ਉੱਤੇ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਅਤੇ ਹਿੰਦੁਸਤਾਨ ਦੀ ਸਰਕਾਰ ਵੱਲੋਂ ਕਿਵੇਂ ਸਿੱਖਾਂ ਦੇ ਸ਼ਾਂਤਮਈ ਧਰਨਿਆਂ ਨੂੰ ਕੁਚਲਣ ਦਾ ਯਤਨ ਕੀਤਾ ਹੈ, ਔਰ ਸ਼ਾਂਤਮਈ ਸਿੰਘਾਂ 'ਤੇ ਜੋ ਤਸ਼ੱਦਦ ਹੋਇਆ ਉਹ ਅੱਜ ਦੁਨੀਆਂ ਦੇ ਸਾਹਮਣੇ ਉਸ ਮੁਜ਼ਾਹਰਿਆਂ ਦੇ ਨਾਲ ਆਪਣਾ ਮੋਢੇ ਨਾਲ ਮੋਢਾ ਲਾਉਣ ਦੇ ਲਈ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗਲੋਬਲੀ ਦੁਨੀਆਂ ਦੇ ਵਿੱਚ ਵਸਦੀਆਂ ਨੇ ਉਹਨਾਂ ਸਾਰਿਆਂ ਨੇ ਆਪਣਾ ਆਪਣੇ ਦਿਲ ਦੀ ਗੱਲ ਕੀਤੀ ਹੈ, ਔਰ ਇਸੇ ਮੁਜ਼ਾਹਰਿਆਂ ਨੂੰ ਇਸੇ ਰੋਸ ਮੁਜ਼ਾਹਰੇ ਨੂੰ ਆਪਣਾ ਮੋਢਾ ਲਾਉਣ ਦੇ ਲਈ ਆਪਣਾ ਸਹਿਯੋਗ ਦੇਣ ਦੇ ਲਈ ਔਰ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਔਰ ਪੰਜਾਬ ਦੇ ਵਿੱਚ ਵਸਦੇ ਖਾਲਸਾ ਪੰਥ ਨੂੰ ਇਹ ਦੱਸਣ ਦੇ ਲਈ ਕਿ ਅਸੀਂ ਸਾਰੇ ਤੁਹਾਡੇ ਨਾਲ ਹਾਂ, ਤੁਹਾਡੇ ਸਹਿਯੋਗ ਦੇ ਵਿੱਚ ਹਾਂ। ਅੱਜ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਦੇ ਮੁੱਖ ਸ਼ਹਿਰ ਵੈਨਕੂਵਰ ਦੇ ਲੋਅਰ ਮੇਨਲੈਂਡ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਲੋਅਰ ਮੇਨਲੈਂਡ ਦੇ 8 ਪ੍ਰਮੁੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਕਮੇਟੀਆਂ ਦੇ ਉਪਰਾਲੇ ਦੇ ਨਾਲ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਕਾਲ ਕਰਕੇ ਅੱਜ ਦਾ ਇਹ ਇਕੱਠ ਰੱਖਿਆ ਗਿਆ ਹੈ। ਸਾਰਿਆਂ ਤੋਂ ਪਹਿਲਾਂ 10 ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ, ਔਰ ਇਸ ਦੇ ਨਾਲ ਹੀ ਸਾਧ ਸੰਗਤ ਜੀ ਮੈਂ ਦੇਖ ਰਿਹਾ ਹਾਂ ਸਮੁੱਚਾ ਹਾਲ ਖਚਾ ਖਚ ਭਰ ਰਿਹਾ ਹੈ ਔਰ ਬਹੁਤ ਸਾਰੀਆਂ ਸੰਗਤਾਂ ਨੂੰ ਬੈਠਣ ਦੇ ਲਈ ਸਥਾਨ ਨਹੀਂ ਮਿਲ ਰਿਹਾ। ਇਸ ਲਈ ਬਾਹਰ ਗੈਲਰੀ ਦੇ ਵਿੱਚ ਸਾਧ ਸੰਗਤ ਜੀ ਜੋ TV ਲੱਗੇ ਹੋਏ ਨੇ, ਸਕਰੀਨਾਂ ਲੱਗੀਆਂ ਹੋਈਆਂ ਨੇ, ਉਹਨਾਂ ਨੂੰ ਔਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਸੰਗਤਾਂ ਨੂੰ ਬੈਠਣ ਦੇ ਲਈ ਸਥਾਨ ਨਹੀਂ ਮਿਲ ਰਿਹਾ ਉਹ ਕਿਰਪਾ ਕਰਕੇ ਅੱਜ ਜੀ ਇਸ ਪੰਥਕ ਰੈਲੀ ਨੂੰ ਆਪਣਾ ਸਹਿਯੋਗ ਦਿਓ। ਜਿੱਥੇ ਜਿੱਥੇ ਵੀ ਸਕਰੀਨਾਂ ਦੇ ਸਾਹਮਣੇ ਖੜ੍ਹਨ ਦਾ ਮੌਕਾ ਮਿਲ ਰਿਹਾ ਹੈ ਸਾਧ ਸੰਗਤ ਜੀ ਉੱਥੇ ਖੜ੍ਹ ਕੇ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਆਪਣਾ ਸਹਿਯੋਗ ਦਿਓ ਜੀ। ਸੋ ਸਾਧ ਸੰਗਤ ਜੀ ਅੱਜ ਦਾ ਜੋ ਮੇਨ ਏਜੰਡਾ ਹੈ ਉਹ ਸਾਧ ਸੰਗਤ ਜੀ ਇੱਕ ਤਾਂ ਇੱਕੋ ਇੱਕ
ਸਾਡਾ ਏਜੰਡਾ ਹੈ ਜੋ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦ ਵੀ ਹੋਈ ਹੈ ਔਰ ਪੰਜੇ ਤਖਤ ਸਾਹਿਬਾਨਾਂ ਦੇ ਉੱਤੇ ਜੋ ਸਰਕਾਰੀ ਦਬਾਅ ਬਣਿਆ ਹੋਇਆ ਹੈ ਉਸ ਦੇ ਸੰਬੰਧ ਦੇ ਵਿੱਚ ਆਪਾਂ ਵਿਚਾਰਾਂ ਕਰਨੀਆਂ ਨੇ ਔਰ ਇਸ ਦੇ ਵਿੱਚ ਅੱਠੇ ਗੁਰਦੁਆਰਾ ਸਾਹਿਬਾਨਾਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸੰਗਤ ਵਿੱਚੋਂ ਜੋ ਸਰਕਾਰ ਦਾ ਸ਼ਖਸੀਅਤਾਂ ਨੇ ਜੋ ਬੋਲਣਾ ਚਾਹੁੰਦੇ ਨੇ ਉਹ ਕਿਰਪਾ ਕਰਕੇ ਆਪਣਾ ਨਾਮ ਸਟੇਜ 'ਤੇ ਦੇ ਦੇਣ ਸਮੇਂ ਦੇ ਮੁਤਾਬਕ ਸਮਾਂ ਬੜਾ ਸੀਮਿਤ ਹੋਵੇਗਾ ਉਸ ਦੇ ਮੁਤਾਬਕ ਸਾਰਿਆਂ ਨੂੰ ਸਾਧ ਸੰਗਤ 'ਚ ਅਕੋਮੋਡੇਟ ਕਰਨ ਦਾ ਯਤਨ ਕਰਾਂਗੇ ਸਾਰਿਆਂ ਤੋਂ ਪਹਿਲਾਂ ਅਰਦਾਸ ਬੇਨਤੀ ਕਰੇਗਾ ਭਾਈ ਸੁਖਦੀਪ ਸਿੰਘ ਜੀ ਬਰਨਾਲਾ ਜੋ ਸਸਕਾਚਮੈਨ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਸਾਧ ਸੰਗਤ ਦੀ ਕੌਮ ਦਾ ਦਰਦ ਹੈ ਔਰ ਕੌਮ ਦੀ ਉਸ ਪੀੜਾ ਨੂੰ ਉਹ ਆਪਣੀ ਕਲਮ ਦੀ ਲੋਕ ਵਿੱਚੋਂ ਸ਼ਬਦਾਂ ਦੇ ਦਰਿਆ ਵਗਾ ਕੇ ਜ਼ਾਹਰ ਕਰਦੇ ਨੇ ਔਰ ਉਹ ਸ਼ਬਦ ਕੌਮ ਦੀ ਪੀੜਾ ਦੇ ਦਰਦ ਨੂੰ ਸਾਗਰ ਦੀਆਂ ਗਹਿਰਾਈਆਂ ਤੱਕ ਨਾਪਦੇ ਨੇ ਪੰਥਕ ਲਿਖਾਰੀ ਅਤੇ ਬੁਲਾਰੇ ਭਾਈ ਸੁਖਦੀਪ ਸਿੰਘ ਜੀ ਬਰਨਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸੰਗਤ ਬਾਹਰ ਮੇਰੀ ਆਵਾਜ਼ ਸੁਣ ਰਹੀ ਹਾਲ ਤੋਂ ਬਾਹਰ ਮਾਫ਼ੀ ਚਾਹੁੰਦੇ ਕਿਉਂਕਿ ਬਹਿਣ ਲਈ 13 ਕਿਸਮ ਬੰਦੇ ਦੀ ਕੰਪੈਸਿਟੀ ਸੀਗੀ ਆਲਮੋਸਟ ਸਾਰੀ ਫੁੱਲ ਹੋ ਗਈਆਂ ਸੀਟਾਂ ਅੰਦਰ ਜਿਹੜਾ ਲਾਜ ਜਿਹੜੇ ਆ ਬੈਲਾਟ ਸੈਂਟਰ ਵਾਲੇ ਆਉਣ ਨਹੀਂ ਦੇ ਰਹੇ ਜਿਹੜੀ ਬਾਹਰ ਸੰਗਤ ਖੜੀ ਆ ਉਹਨਾਂ ਲਈ ਕੋਈ ਨਾ ਕੋਈ ਯੋਗ ਪ੍ਰਬੰਧ ਅਸੀਂ ਕਰ ਰਹੇ ਸਪੀਕਰ ਦਾ ਜਿਹੜਾ ਕਿ ਸਾਊਂਡ ਬਾਹਰ ਜਾਵੇ ਸਿਰਫ 5-10 ਮਿੰਟ ਦਾ ਟਾਈਮ ਦਿੱਤਾ ਜਾਵੇ ਬਾਹਰ ਜਿਹੜੀ ਸੰਗਤ ਖੜੀ ਆ ਬੇਨਤੀ ਕਰਦੇ ਕਿ 10-15 ਮਿੰਟ ਥੋੜ੍ਹੇ ਜਿਹਾ ਸਹਿਯੋਗ ਦਿੱਤਿਆਂ ਹੋਇਆ ਕਿਉਂਕਿ ਅੰਦਰ ਉਹ ਆਉਣ ਨਹੀਂ ਦੇ ਰਹੇ ਅੰਦਰ ਉੱਪਰ ਵੀ ਥੱਲੇ ਵੀ ਸਾਰੀਆਂ ਸੀਟਾਂ ਜਿਹੜੀਆਂ ਫੁੱਲ ਹੋ ਗਈਆਂ ਹਨ 15 ਕੁ ਮਿੰਟ ਦੇ ਵਿੱਚ ਕੋਈ ਨਾ ਕੋਈ ਪ੍ਰਬੰਧ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀਓ ਸਭ ਤੋਂ ਪਹਿਲਾਂ ਬਲੌਫ ਅਤੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਦੁਖਦਾਈ ਘਟਨਾਕ੍ਰਮ ਪੰਜਾਬ ਦੇ ਵਿੱਚ ਵਾਪਰਿਆ ਇੱਕ ਤਾਂ ਇਹ ਪਹਿਲੀ ਵਾਰ ਨਹੀਂ ਵਾਪਰਿਆ ਇਹ ਵਾਪਰ ਰਿਹਾ ਲਗਾਤਾਰ ਸਤਸੰਗ ਅਸਲ ਦੇ ਵਿੱਚ ਲੜਾਈ ਕਾਹਦੀ ਹੈ ਅਸੀਂ ਕਈ ਵਾਰ ਸੋਚਦੇ ਹਾਂ ਕਿ ਪਤਾ ਨਹੀਂ ਲੜਾਈ ਸਰਦਾਰ ਕਪੂਰ ਸਿੰਘ ਅਤੇ ਵੱਲਭ ਭਾਈ ਪਟੇਲ ਦੀ ਲੜਾਈ ਸੀ ਕਦੇ ਸਾਨੂੰ ਲੱਗਦਾ ਕਿ ਨਹੀਂ ਲੜਾਈ ਸ਼ਾਇਦ ਇੰਦਰਾ ਗਾਂਧੀ ਅਤੇ ਸੰਤ ਜਰਨੈਲ ਸਿੰਘ ਦੀ ਸੀ ਕਦੇ ਸਾਨੂੰ ਲੱਗਦਾ ਕਿ ਨਹੀਂ ਸ਼ਾਇਦ ਲੜਾਈ ਖਾੜਕੂ ਸਿੰਘਾਂ ਦੀ ਅਤੇ ਬੇਅੰਤ ਸਿੰਘ ਦੀ ਸੀ ਹੁਣ ਸਾਨੂੰ ਲੱਗਦਾ ਕਿ ਲੜਾਈ ਸ਼ਾਇਦ ਬਾਦਲ ਦੇ ਨਾਲ ਹੈ ਜੇ ਲੜਾਈ ਕਿਸੇ ਖਾਸ ਸ਼ਖਸੀਅਤ ਦੇ ਨਾਲ ਹੁੰਦੀ ਤਾਂ ਲੜਾਈ ਉਸ ਸ਼ਖਸੀਅਤ ਦੇ ਜਾਣ ਦੇ ਨਾਲ ਮੁੱਕ ਚੁੱਕੀ ਹੁੰਦੀ ਲੜਾਈ ਹੈ ਕਾਹਦੀ ਹੈ ਜਦੋਂ ਗੁਰਬਾਣੀ ਕਹਿੰਦੀ ਹੈ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨਾਇਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਲ ਮੜੀ ਮੱਟ ਭੂਲ ਨਾ ਮਾਨੈ ਜਦੋਂ ਭਗਤ ਕਬੀਰ ਜੀ ਕਹਿੰਦੇ ਆ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾਹੇ ਕੱਲ੍ਹ ਵੀ ਵਿਚਾਰਾਂ ਚੱਲੀਆਂ ਸੀ ਜਦੋਂ ਪੰਚਮ ਪਾਤਸ਼ਾਹ ਕਹਿੰਦੇ ਆ ਜੋ ਪਾਥਰ ਕੋ ਕਹਿਤੇ ਦੇਵ ਤਾਂ ਕੀ ਬਿਰਥਾ ਹੋਵੇ ਸੇਵ ਜੋ ਪਾਥਰ ਕੀ ਪਾਈ ਪਾਏ ਤਾਂ ਕੀ ਘਾੜ ਅਜਾਈ ਜਾਏ ਇਹ ਲੜਾਈ ਸਾਧਸੰਗ ਇੱਕ ਫਲਸਫੇ ਦੀ ਲੜਾਈ ਹੈ ਇੱਕ ਪਾਸੇ ਉਹ ਫਲਸਫਾ
ਜਿਹੜਾ ਜੇ ਅੱਗ ਤੋਂ ਡਰ ਗਿਆ ਤਾਂ ਅੱਗ ਨੂੰ ਦੇਵਤਾ ਮੰਨ ਲਿਆ, ਜੇ ਸੱਪ ਤੋਂ ਡਰ ਗਿਆ ਤਾਂ ਸੱਪ ਨੂੰ ਦੇਵਤਾ ਮੰਨ ਲਿਆ, ਜੇ ਸੂਰਜ ਤੋਂ ਡਰ ਗਿਆ ਤਾਂ ਸੂਰਜ ਨੂੰ ਪਾਣੀ ਚੜ੍ਹਾ ਦਿੱਤਾ। ਇੱਕ ਪਾਸੇ ਉਹ ਫਲਸਫਾ ਜਿਹੜਾ ਕਹਿੰਦਾ ਇੱਕ ਓਅੰਕਾਰ, ਜਿਹੜਾ ਫਲਸਫਾ ਕਹਿੰਦਾ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਅਵਰ ਨਾ ਦੀਸਾ ਇੱਕੋ ਸੋਈ, ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਤੋਂ ਆਏ ਨਾ ਜਾਏਗਾ। ਲੜਾਈ ਇੱਕ ਫਲਸਫੇ ਦੀ ਲੜਾਈ ਹੈ। ਤੁਹਾਨੂੰ ਕੀ ਲੱਗਦਾ ਕਿ 1478 ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਨੂੰ 9 ਸਾਲ ਦੀ ਉਮਰ ਦੇ ਵਿੱਚ ਜੰਜੂ ਪਹਿਨਾਉਣ ਦੇ ਲਈ ਇੱਕ ਪ੍ਰੋਗਰਾਮ ਰੱਖਿਆ ਗਿਆ, ਮਹਿਤਾ ਕਾਲੂ ਕੋਈ ਆਮ ਬੰਦਾ ਨਹੀਂ ਸੀ। ਗੁਰੂ ਨਾਨਕ ਸਾਹਿਬ ਦਾ ਜਿਹੜਾ ਪਿਤਾ ਸੀ ਨਾ, ਉਹ ਇੱਕ ਸਿਰਕੱਢ ਵਿਅਕਤੀ ਸੀ, ਆਪਣੇ ਇਲਾਕੇ ਦਾ ਪਟਵਾਰੀ ਵੀ, ਕਈ ਇਤਿਹਾਸਕਾਰਾਂ ਨੇ ਲਿਖਿਆ ਉੱਥੇ 5-7 ਹਜ਼ਾਰ ਬੰਦੇ ਦਾ ਇਕੱਠ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਇਨਕਾਰ ਕਰਤਾ ਕਿ ਨਹੀਂ ਮੈਂ ਨਹੀਂ ਪਾਉਣਾ ਇਹ ਜਨੇਊ, ਜੀ ਕਾ ਹਈ ਤਾਂ ਪਾਂਡੇ ਘੱਤ ਆਸਾ ਜੀ ਦੀ ਵਾਰ, ਜਦੋਂ ਉਹਨਾਂ ਨੇ ਇਨਕਾਰ ਕਰਤਾ, ਆਪਾਂ ਕੀ ਸਮਝਿਆ, ਆਪਾਂ ਨੂੰ ਕੀ ਲੱਗਿਆ ਕਿ ਜਿਹੜੇ ਲੋਕ ਉੱਥੋਂ ਚਲੇ ਗਏ ਨਿਰਾਸ਼ ਹੋ ਕੇ, ਉਹ ਕਿਤੇ ਚੁੱਪ ਕਰਕੇ ਬੈਠ ਗਏ, ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਿਆ ਉਸ ਚੀਜ਼ ਦਾ। ਉਹ ਜਿਹੜੀ ਕੜਵਾਹਟ ਸੀ ਉਹ ਬਾਹਰ ਆਉਂਦੀ ਰਹੀ ਹੈ, ਕਦੇ ਚੰਦੂ ਦੇ ਰੂਪ ਚ, ਕਦੇ ਗੰਗੂ ਦੇ ਰੂਪ ਚ, ਕਦੇ ਲਖਪਤ ਰਾਏ ਜਸਪਤ ਰਾਏ ਦੇ ਰੂਪ ਚ, ਕਦੇ ਪਹਾੜੀ ਰਾਜਿਆਂ ਦੇ ਰੂਪ ਚ। ਇਹ ਇੱਕ ਫਲਸਫੇ ਦੀ ਲੜਾਈ ਹੈ, ਇਹ ਇੱਕ ਵਿਚਾਰਧਾਰਕ ਲੜਾਈ ਹੈ। ਜਿੰਨਾ ਚਿਰ ਸਾਡੇ ਕੋਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਵਰਗਾ ਇੱਕ ਵਿਲੱਖਣ ਖਜ਼ਾਨਾ ਹੈ, ਜਿੰਨਾ ਚਿਰ ਸਾਡੇ ਕੋਲ ਇਹ ਇੱਕ ਸੰਵਿਧਾਨਕ ਸਿਧਾਂਤ ਹੈ, ਉਹਨਾਂ ਚਿਰ ਕੌਮ ਡਾਵਾਂਡੋਲ ਨਹੀਂ ਹੋ ਸਕਦੀ, ਇਹ ਉਹਨਾਂ ਨੂੰ ਵੀ ਪਤਾ ਹੈ। ਸੋ ਸਾਨੂੰ ਇਸ ਵਿਚਾਰਧਾਰਾ ਨਾਲ ਤੋੜਨ ਦੇ ਲਈ ਅੱਜ ਸਰਸੇ ਵਾਲੇ ਡੇਰੇ ਨੇ ਕਰਤੂਤ ਕੀਤੀ ਹੈ, ਇਸ ਤੋਂ ਪਹਿਲਾਂ ਭਨਿਆਰਾਂ ਵਾਲੇ ਨੇ ਕੀਤੀ ਸੀ 2002 ਦੇ ਵਿੱਚ। ਗੁਰੂ ਸਾਹਿਬ ਦੇ ਸਰੂਪ ਸਾੜੇ ਗਏ, ਪਰ ਫਰਕ ਕੀ ਸੀ? ਫਰਕ ਉਦੋਂ ਇਹ ਸੀ ਕਿ ਅੱਜ ਸਿੰਘ ਸਾਹਿਬ ਗਿਆਨੀ ਮਲ ਸਿੰਘ ਤੇ ਹਮਲਾ ਹੋਇਆ, ਇੱਕ ਬੰਦੇ ਨੇ ਹਮਲਾ ਕੀਤਾ, ਉਹ ਜਥੇਦਾਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ। ਉਸ ਸਮੇਂ ਉਹ ਸਾਡੇ ਬਰਨਾਲੇ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕਥਾਵਾਚਕ ਹੁੰਦੇ ਸੀ, ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਵਿੱਚ ਗਿਆਨੀ ਮਲ ਸਿੰਘ ਕਥਾਵਾਚਕ ਹੁੰਦੇ ਸੀ। ਜਦੋਂ ਉਹ ਘਟਨਾ ਵਾਪਰੀ ਤਾਂ ਗਿਆਨੀ ਮਲ ਸਿੰਘ ਨੇ ਇੱਕ ਬਿਆਨ ਦਿੱਤਾ ਸੀ, ਗੁਰਦੁਆਰਾ ਸਿੰਘ ਸਭਾ ਦੇ ਵਿੱਚ ਕਾਨਫਰੰਸ ਹੋਈ, ਉੱਥੇ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜੇ ਪਾਪੀ ਨੇ ਇਹ ਦੁਸ਼ਟ ਕਰਮ ਕੀਤਾ ਉਹਨੂੰ ਸੰਗਤ ਦੇ ਸਾਹਮਣੇ ਤੇਲ ਪਾ ਕੇ ਸਾੜ ਦਿੱਤਾ ਜਾਵੇ। ਗਿਆਨੀ ਮਲ ਸਿੰਘ ਦਾ ਬਿਆਨ ਸੀ। ਅੱਜ ਗਿਆਨੀ ਮਲ ਸਿੰਘ ਅਹੁਦੇ ਦੇ ਤੌਰ ਤੇ ਬਹੁਤ ਉੱਚੇ ਚਲੇ ਗਏ ਨੇ, ਪਰ ਕੁਛ ਵਿਵਾਦ ਏਦਾਂ ਦੇ ਹੋਏ ਕਿ ਇਸ ਘਟਨਾ ਦੇ ਉਹਨਾਂ ਨੂੰ ਜੋ ਆਉਣ ਦਾ ਮੌਕਾ ਵੀ ਨਹੀਂ ਮਿਲਿਆ, ਪ੍ਰਤੀਕਰਮ ਦੇਣ ਦੀ ਹੈਸੀਅਤ ਵਿੱਚ ਵੀ ਉਹ ਨਹੀਂ ਸੀਗੇ। ਲੜਾਈ ਸਾਧ ਸੰਗਤ ਇੱਕ ਫਲਸਫੇ ਦੀ ਹੈ। ਇੱਕ ਵਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਬਿਆਨ ਦਿੱਤਾ ਸੀ, ਉਹ ਕਹਿੰਦੇ ਜਿੱਤੇ ਸਿੱਖਾਂ ਨੇ ਮੰਨ ਲਿਆ ਕਿ ਸਿੱਖ ਇੱਕ ਵੱਖਰੀ ਕੌਮ ਨਹੀਂ, ਉਸ ਦਿਨ ਪੰਜਾਬ ਤੋਂ ਸਾਰੇ ਡੇਰੇ ਆ ਜਿਹੜੇ ਉਹ ਖਤਮ ਹੋ ਜਾਣਗੇ। ਜੇ ਸਰਦਾਰ ਅਜਮੇਰ ਸਿੰਘ ਵਰਗੇ ਇਤਿਹਾਸਕਾਰ ਨੂੰ ਇਹ ਟਿੱਪਣੀ ਕਰਨੀ ਪੈ ਜਾਂਦੀ ਹੈ, ਉਹਨਾਂ ਨੇ ਕਿਹਾ ਕਿ ਪਿਛਲੀ ਡੇਢ ਦਹਾਕੇ ਦੇ ਦੌਰਾਨ ਸਿੱਖਾਂ ਨੇ ਇਹ ਨਾਰਾ ਜ਼ਰੂਰ ਦਿੱਤਾ, ਇਹ ਨਾਰਾ ਨਹੀਂ ਛੱਡਿਆ ਕਿ ਸਿੱਖ ਇੱਕ ਵੱਖਰੀ ਕੌਮ ਹੈ, ਅਸੀਂ ਹਿੰਦੂ ਨਹੀਂ। ਸਿੱਖਾਂ ਨੇ ਇਹ ਨਾਰਾ ਬੜੇ ਜ਼ੋਰ ਸ਼ੋਰ ਨਾਲ ਦਿੱਤਾ, ਇਹ ਨਹੀਂ ਛੱਡਿਆ, ਪਰ ਇਸ ਨਾਰੇ ਤੋਂ ਬਿਨਾਂ ਹੋਰ ਬਹੁਤ ਕੁਝ ਛੱਡ ਦਿੱਤਾ, ਜਿਹਦਾ ਸੁੰਦ ਵੱਖਰੇਪਨ ਦੇ ਨਾਲ ਸੀ, ਹੋਰ ਬਹੁਤ ਕੁਝ ਛੱਡ ਦਿੱਤਾ। ਜਦੋਂ ਉਹ ਸ਼ਬਦ ਗੁਰੂ ਨੂੰ ਨਿਸ਼ਾਨ, ਉਹਨਾਂ ਨੂੰ ਇਤਰਾਜ਼ ਹੈ ਸ਼ਬਦ ਗੁਰੂ ਤੇ, ਸਾਨੂੰ ਇਹ ਗੱਲ ਸਮਝਣੀ ਪੈਣੀ ਹੈ, ਉਹਨਾਂ ਨੂੰ ਇਤਰਾਜ਼ ਹੈ ਸਾਡੇ ਸ਼ਬਦਾਂ ਤੇ। ਜਦੋਂ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਪਾਬੰਦੀ ਲੱਗੀ ਤਾਂ ਨਿਆਂ ਪਾਲਕਾ ਨੇ ਜਜਮੈਂਟ ਦੇ ਵਿੱਚ ਲਿਖਿਆ ਸੀ ਕਿ ਇਹ ਰਾਜ ਕਰੇਗਾ ਖਾਲਸਾ ਦਾ ਨਾਰਾ ਲਾਉਂਦੇ ਆ, ਤੇ ਰਾਜ ਕਰੇਗਾ ਖਾਲਸਾ ਦਾ ਜਿਹੜਾ ਨਾਰਾ ਇਹ ਖਾਲਿਸਤਾਨ ਦੀ ਮੰਗ ਦਾ ਪੂਰਵ ਸੰਕੇਤ ਹੈ, ਉਹਨਾਂ ਨੂੰ ਇਤਰਾਜ਼ ਹੈ ਸਾਡੇ ਸ਼ਬਦਾਂ ਤੇ, ਉਹਨਾਂ ਨੂੰ ਇਤਰਾਜ਼
शिद्दत दे नाल वो लोग सानू शब्द गुरु नालों तोड़न ते लगे ने उन्नी शिद्दत दे नाल सानू शब्द गुरु दे नाल जुड़ना पैना है इकल्ले मत्था टेकन दे नाल साडे जिहड़े फर्ज आ पूरे नहीं होने दूसरी गल जिहड़ियां घटनावां इतिहास दे ज्यादा नेड़े वापरियां हुंदियां ने वो घटनावां दिमाग दे ज्यादा नेड़े हुंदियां ने मैं समाप्ति करन लग्गिया 1984 वापरी है थोड़ा चिर होया साढ़े ज्यादा नेड़े इतिहास दे उहदे करके संत जरनैल सिंह खालसा भिंडरां वाले साडी अणख दे प्रतीक बन चुके ने ਤੁਸੀਂ ਦੇਖਿਆ ਹੋਣਾ ਹੈ ਕਿ ਉਹਨਾਂ ਦੀ ਮਾਨਸਿਕਤਾ ਜਿਹੜੀ ਵੀ ਘਟਨਾ ਹੁੰਦੀ ਹੈ ਬੱਲਾਂ ਵਾਲੇ ਡੇਰੇ ਦਾ ਰੌਲਾ ਪੈਂਦਾ ਸੰਤ ਜਰਨੈਲ ਸਿੰਘ ਦੇ ਪੋਸਟ ਉੱਥੇ ਵੀ ਸਾੜੇ ਜਾਂਦੇ ਨੇ ਜੰਮੂ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਉੱਥੇ ਸੰਤ ਜਰਨੈਲ ਸਿੰਘ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੁਣ ਇਹ ਘਟਨਾ ਹੋਈ ਹੈ ਇਸ ਤੋਂ ਪਹਿਲਾਂ ਇੱਕ ਚਿੱਠੀ ਮਿਲੀ ਸੀ ਉਹਦੇ ਵਿੱਚ ਸੰਤ ਜਰਨੈਲ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਜਦੋਂ ਬੱਲਾਂ ਵਾਲੇ ਡੇਰੇ ਵਾਲਿਆਂ ਨੇ ਉੱਥੇ ਜੋ ਤਿੰਨ ਦਿਨ ਹੁੜਦੰਗ ਕੀਤਾ ਉਹਦੇ ਵਿੱਚ ਹਵੇਲੀ ਦੇ ਵਿੱਚ ਦੋ ਅਮਰਧਾਰੀ ਕੁੜੀਆਂ ਉਹਨਾਂ ਦੀ ਅਨੋਵਾ ਗੱਡੀ ਨੂੰ ਭੰਨਿਆ ਗਿਆ ਕਿਉਂਕਿ ਉਹਦੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਸੀ ਉਹਨਾਂ ਦੀ ਮੈਂਟੈਲਿਟੀ ਹੈ ਸਾਨੂੰ ਇਹ ਸਮਝ ਲੈਣਾ ਚਾਹੀਦਾ ਅਫਸਰ ਐਸ ਰੰਧਾਵਾ ਨੇ ਇੱਕ ਟਿੱਪਣੀ ਕੀਤੀ ਸੀ ਉਹ ਕਹਿੰਦਾ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਆਵਾਜ਼ਾਂ ਮਾਰਿਆ ਕਰਨਗੀਆਂ ਸੋ ਸਾਨੂੰ ਇਹ ਸਮਝਣਾ ਪੈਣਾ ਕਿ ਸਾਡੀ ਲੜਾਈ ਹੈ ਕਾਹਦੀ ਤੇ ਕਿਹਦੇ ਨਾਲ ਹੈ ਇਹ ਲੜਾਈ ਇੱਕ ਫਲਸਫੇ ਦੀ ਹੈ ਇਹ ਲੜਾਈ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਵਿਲੱਖਣ ਸਿਧਾਂਤ ਹੈ ਉਹਨੂੰ ਖਤਮ ਕਰਦੀ ਹੈ ਤੇ ਸਾਡਾ ਵਿਸ਼ਵਾਸ ਤੋੜਨ ਦੀ ਲੜਾਈ ਹੈ ਇਹ ਲੜਾਈ ਇਸ ਦਹਿਰੇ ਦੇ ਉੱਤੇ ਹੈ ਕਿ ਸਾਡਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਵਿਸ਼ਵਾਸ ਨਾ ਰਵੇ ਸਾਡੇ ਚਿਹਰੇ ਦੇ ਨਾਲ ਸਾਡਾ ਜਿਹੜਾ ਦਾੜਾ ਉਹ ਅਲੱਗ ਕਰ ਦਿੱਤਾ ਜਾਵੇ ਸਾਡਾ ਅੰਮ੍ਰਿਤ ਦੇ ਵਿੱਚ ਵਿਸ਼ਵਾਸ ਨਾ ਰਵੇ ਇਹ ਲੜਾਈ ਇਸ ਚੀਜ਼ ਦੀ ਹੈ ਕੋਈ ਵੀ ਡੇਰੇਦਾਰ ਹੋਵੇ ਉਹਨਾਂ ਦੇ ਪਿੱਛੇ ਜਿਹੜੀ ਤਾਕਤ ਹੈ ਉਹ ਇੱਕੋ ਹੀ ਖੜੀ ਹੈ ਬੇਸ਼ੱਕ ਨੂਰ ਮਹਿਲ ਵਾਲਾ ਹੋਵੇ ਬੇਸ਼ੱਕ ਨਰਕਧਾਰੀ ਹੋਵੇ ਬੇਸ਼ੱਕ ਭੰਡਿਆਰੇ ਵਾਲਾ ਹੋਵੇ ਉਹਨਾਂ ਦੇ ਪਿੱਛੇ ਜਿਹੜੀ ਕਮਾਂਡ ਹੈ ਉਹ ਇੱਕੋ ਹੀ ਹੈ ਉਹਦਾ ਫਲਸਫਾ ਇਹ ਹੈ ਕਿ ਸਿੱਖਾਂ ਨੂੰ ਇੱਕ ਝੰਡੇ ਦੇ ਥੱਲੇ ਇਕੱਠੇ ਨਹੀਂ ਹੋਣ ਦੇਣਾ ਤੇ ਸਿੱਖਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲੋਂ ਤੋੜਨਾ ਕਿਉਂਕਿ ਅਸੀਂ ਟੁੱਟੇ ਤੋਂ ਬਿਨਾਂ ਅਸੀਂ ਖਤਮ ਨਹੀਂ ਹੋ ਸਕਦੇ ਉਹਨਾਂ ਦੇ ਕਹਿਣ ਦੇ ਨਾਲ ਕਿ ਸਿੱਖ ਹਿੰਦੂਆਂ ਦਾ ਹਿੱਸਾ ਨੇ ਇਸ ਤਰੀਕੇ ਨਾਲ ਅਸੀਂ ਖਤਮ ਨਹੀਂ ਹੋ ਸਕਦੇ ਅਸੀਂ ਖਤਮ ਉਦੋਂ ਹੋਵਾਂਗੇ ਜਦੋਂ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾਲੋਂ ਟੁੱਟ ਜਾਵਾਂਗੇ ਅਸੀਂ ਗੁਰਬਾਣੀ ਦੇ ਫਲਸਫੇ ਨਾਲੋਂ ਟੁੱਟ ਜਾਵਾਂਗੇ ਸੋ ਮੇਰੀ ਇਹ ਬੇਨਤੀ ਹੈ ਕਿ ਜਿੰਨਾ ਜ਼ੋਰ ਉਹਨਾਂ ਨੇ ਲਾਇਆ ਕਿ ਸਾਨੂੰ ਤੋੜਿਆ ਜਾਵੇ ਉਨੀ ਸ਼ਿੱਦਤ ਦੇ ਨਾਲ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਨਾਲ ਜੁੜਨਾ ਚਾਹੀਦਾ ਵਿਚਾਰਕ ਤੌਰ ਤੇ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਬਾਣੀ ਹਿਰਦੇ ਦੇ ਵਿੱਚ ਵਸਾਉਣੀ ਚਾਹੀਦੀ ਹੈ ਸਾਡਾ ਗੁਰੂ ਦਾ ਜਿਹੜਾ ਉਪਦੇਸ਼ ਆ ਸਭੇ ਸਾਂਝੀ ਵਾਲ ਸਦਾਏ ਕੋਉ ਨਾ ਦਿਸੈ ਵਾਹਿਗੁਰੂ ਜੀਓ ਸਾਨੂੰ ਮਾਣ ਹੈ ਸਾਡੇ ਫਲਸਫੇ ਤੇ ਹੋਈਆਂ ਭੁਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰ ਸੁਖਦੀਪ ਸਿੰਘ ਬਰਨਾਲਾ ਜਿਨ੍ਹਾਂ ਨੇ ਵਿਚਾਰ ਜਿਹੜੇ ਆਪਣੇ ਸਾਂਝੇ ਕੀਤੇ ਸੰਗਤਾਂ ਦੇ ਨਾਲ ਜਿਹੜੇ ਅਗਲੇ ਬੁਲਾਰੇ ਆ ਸਾਡੇ ਆ ਇੰਦਰਜੀਤ ਸਿੰਘ ਬੈਂਸ ਉਹਨਾਂ ਨੇ ਬੋਲਣਾ ਪਰ ਉਹਨਾਂ ਤੋਂ ਪਹਿਲਾਂ ਕਿਉਂਕਿ ਅੱਜ ਇਲੈਕਸ਼ਨ ਤਾਂ ਦੇਣੇ ਆ ਕੱਲ੍ਹ ਨੂੰ ਇਸ ਦੁਖਦਾਈ ਸਮੇਂ ਦੇ ਵਿੱਚ ਹਾਂ ਦਾ ਨਾਰਾ ਮਾਰਨ ਦੇ ਲਈ ਜਿਹੜੇ ਕੈਂਡੀਡੇਟ ਖੜੇ ਆ ਉਹ ਆਏ ਆ ਜੀ ਆਇਆ ਉਹਨਾਂ ਨੂੰ ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਿੱਖ ਕੌਮ ਦੇ ਨਾਲ ਖੜੇ ਹੋਏ ਆ ਹਰਪ੍ਰੀਤ ਸਿੰਘ ਆਏ ਆ ਨਾਲ ਗੈਰੀ ਬੈਕ ਜਿੰਨੀ ਸਿੰਘ ਅਤੇ ਮੈਂ ਬੇਨਤੀ ਕਰੂੰਗਾ ਮਿਸਟਰ ਗੈਰੀ ਨੂੰ ਦੋ ਮਿੰਟ ਵਾਸਤੇ ਕਿਉਂਕਿ ਸਮਾਂ ਆਪਾਂ ਨੂੰ 6:15 ਤੱਕ ਇਹ ਜਿਹੜੇ ਹਾਲ ਹੈਗਾ ਆ ਆਪਣੇ ਕੋਲ 6:15 ਤੋਂ ਪਹਿਲਾਂ ਆਪਾਂ ਨੂੰ ਜਿਹੜੀ ਸਮਾਪਤੀ ਕਰਨਾ ਪੈਣੀ ਆ ਸਾਰੇ ਅਤੇ ਅੱਜ ਦਾ ਇਹ ਜਾਣਾ ਨਹੀਂ ਕਿਸੇ ਕਿਉਂਕਿ ਬੜਾ ਸਮਾਗਮ ਜਿਹੜਾ ਇੰਪੋਰਟੈਂਟ ਸਮਾਗਮ ਆ ਕਿਉਂਕਿ ਅੱਜ ਸਾਡੇ ਵੀਰ ਬੈਠੇ ਆਪਣੇ ਮੂੰਹਾਂ ਵੱਲ ਨੂੰ ਦੇਖ ਰਹੇ ਕਿ ਅੱਜ ਬਾਹਰ ਨੂੰ ਕਿਤੇ ਨਾ ਕਿਤੇ ਸਾਨੂੰ ਕੋਈ ਸੁੱਖ ਦਾ ਸੁਨੇਹਾ ਕੋਈ ਨਾ ਕੋਈ ਮੈਸੇਜ ਸਾਡੇ ਲਈ ਆਵੇ ਉਹ ਆਪਣੇ ਵੱਲ ਆਸ ਲਾ ਕੇ ਬੈਠੇ ਪੰਜਾਬ ਦੀ ਧਰਤੀ ਦੇ ਉੱਪਰ ਗੋਲੀਆਂ ਖਾਂਦੇ
तशद्दुद सह रहे पुलिस का तो अपने बलास ला के बैठे खालसा जी। आप अज उन्होंने कुछ स्नेहा कुछ सुख का इतों एक प्लेटफॉर्म के उपर कट्ठे होकर कुछ स्नेहा जरूर देना मते आप जो पास करने आप संगत बहां खड़िया करके जिकारिया की गूंज के ता कि उन्होंने पता लग सके कि खालसा पंथ अजे कुंडलिया साहब जरा मरिया ने यह जीवंदा हाले खालसा। सो मेरी बेनती है कि यो आप सवा छे बजे तक आप कोशिश करनी एक सारा प्रोग्राम सुन के बेच पहला जी कैंडीडेट जे अपने आए हैं क्योंकि इन्होंने जाके काम भी करना आ इन्हों पहला दो दो मिनट ले हाँ जी तो नाल दी नाल एक होर खुशी वाली गल है सत संग जी कि जिस कौमी फर्ज न पहचान दिया हुए जिन्हें जिन्हें वीर ने कौमी फर्ज पहचानिया सिख कौम उन्होंने देनी आ अज साढ़े बच्चे एक सत्कार योग एस जी पी सी मैंबर मैं इन्हों तो बाद गैरी बैग तो बाद के इंट्रोडक्शन करावगा उन्होंने अज इस दुखदाई समय के अज अस्तीफा देना संगत एस जी पी सी की मैंबरी के उपरों क्योंकि उन्होंने दर्द नाल सिरपाओ देना पहला मैं बेनती करूँगा गैरी बैग न दो मिनट ले आके संगत अपने विचार साझे कर थैंक यू एंड गुड आफ्टरनून माई फ्रेंड्स मोस्ट ऑफ यू विल नो मी एज एन आरसीएमपी ऑफिसर हियर फॉर 10 इयर्स एंड आल्सो मोस्ट रिसेंटली एज ए candidate for the NDP party, but today is not a time for partisan politics. And I want only to share with you my pain, your pain, over the incidents that are happening in the Punjab, and to tell you today that I stand with you and all members of the NDP party in solidarity with Sikhs everywhere as we condemn the desecration of the Guru Granth Sahib. There is no place for such bigotry, hatred, and desecration anywhere in the world. And the New Democratic Party has a proud history of standing for human rights everywhere, here in Canada and all around the world. As you meet today to decide your next steps, I want to read a statement written by a man much wiser than I that may help you put into context the problems that you will face today and the problems that you will face tomorrow. And the statement is this. First, they came for the communists, but I was not a communist, so I did not speak out. Then they came for the socialists and the trade unionists, but I did not belong to them, so I did not speak out. Then they came for the Jews, but I was not a Jew, so I did not speak out. And then they came for me, and there was no one left to speak out for me. My friends, your path forward is very clear. When one of us is hurt, all of us hurt. So we and you together must do what is required to condemn this vicious act. Thank you. Thank you, Vaheguru Ji Ka Khalsa, Vaheguru Ji Ka Fateh. Harpreet Singh Ji, ek do minute layi, te naal di naal benti karanga Sardar Inderjit Singh Bains stage de upar aa jaan. Harpreet Singh to baad unhan di baari te naal di naal jehda मता जिहड़ा लिखिया गया है सरदार छिन्नी बाल वालों वो पढ़ के ते उन्होंने स्टेज के उपर लिया के सिर पाओ तो संगत के कार्य की गूंज के उन्होंने जो अस्तीफा है जो दिता है वो लिया जाएगा उपरा हरप्रीत सिंह जी वाहेगुरू जी का खालसा वाहेगुरू जी गुरु रूप खालसा जी वाहेगुरू जी का खालसा वाहेगुरू जी की फतेह।
इस दुख भरे समय के हर एक सिख का हिरदा जो बुलंद रहा गया है तो जो कुछ पंजाब हो रहा है चल रहा है इसकी पुरजोर शब्दों में मैं अपने वालों परसनली भी निखेधी करता क्योंकि मेरे गुरु के उत्ते यह हमला हो रहा है इस कोई भी सिख नहीं बर्दाश्त कर सकता। उस कैनेडा के फॉरन मंत्री जोड़े हैं रॉब निकलसन उन्होंने भी एक स्टेटमेंट जारी की है कि जोड़े पीसफुल प्रोटेस्टर्स के उत्ते गोलियां चलिया ने इसकी निखेधी की जाती है तो पुरजोर शब्दों में इसकी निंदा की जाती है। हुण अगे की जिते असी अज इत्थे बैठ के इकट्ठे होकर सारे सिख इस उत्ते सोच रहे हैं विचार कर रहे हैं कि की किया जाए आओ उस गुरु की ओट लैके जो गुरु सानू नेक नीति ईमानदारी ते गुरु दे जिहड़े फंडामेंटल प्रिंसिपल्स ने बेसिक उस दे नाल जुड़ के असीं अगे चलीए ते सिख कौम दा नाम होर रोशन करिए। और बहुत सारे बुलारे ने जी पर फिर आप सब का धन्यवाद इतने एकत्रता जो हुई है आओ सारे रल मिल के दुनिया भर के संदेश अगे पहुँचाइए कि असी गुरुडम जो अज चल रही है बाबिया की उसको खत्म करना है तो गुरु की ओट लैके गुर शब्द नाल जुड़ के सिखी लोगे चलिए। वाहेगुरू जी का खालसा वाहेगुरू जी की फतेह। वाहेगुरू जी का खालसा वाहेगुरू जी की फतेह। बहुत बहुत धन्यवाद। बेनती करा अगले बुलारे साहिब जी सिंह जी बैंस। वाहेगुरू जी का खालसा वाहेगुरू जी की फतेह। सब तो पहला समूह संगत नूं वाहेगुरू जी का खालसा वाहेगुरू जी की फतेह। मैं अपनी गल कहण तो पहला अद्धा मिनट वास्ते 30 सेकेंड वास्ते सिर्फ क्योंकि समय की बहुत घाट आ 30 सेकेंड वास्ते मैं एक भी अपना लफ्ज मूँह चो नहीं कढ़ना। तुहानू समूह संगत नूं जिस दुखी हिरदे नाल तुसीं इत्थे पहुंचे आ मैं 30 सेकेंड देने आ ते की 30 सेकेंड दे विच अज अपनी जमीन नाल आपां सारिआं ने झकणा आ। उस तो बाद मैं अपनी स्पीच शुरू करनी आ 30 सेकेंड दे विच आपां सोचणा आपां खड़े किथे आ। जिहड़े पंजाब दे विच अग ला के आप
प्रदेशों में बैठे आ पर सिख कौम के कुछ तो डरते हुए मैं पांच छे थां ते जाके आया उहदे पिछे और इंसान कदी कहिंदे आ बैबस बोर्ड दे विच आ कदी कहिंदे आ सरी विच आ जिस नूं भी फोन लाया उस बंदे ने कहा जी नहीं साडे कोल चले गए आ सिख कौम का यह जिहड़ा गुस्सा आ इस गल का प्रतीक आ कि सिख सब कुछ बर्दाश्त कर सकता पर अपने इष्ट की कदी बेअदबी बर्दाश्त नहीं करता। अज मते पास होने इत्थे ते एक गल का दिमाग दे विच रखियो कि शायद कुछ टाइम बुलारे काफ़ी आ जिन्ना चिर मते नहीं पास होंगे उन्ना चिर एक भी सिख उठ के ना जाए मते भी इन्ने जबरदस्ता अकाली दल के जथेदार सुरत आ जाओ कि सिख कौम खड़ी कित्थे आ। जिस तरह सिख कौम ने जाके सिकंदर सिंह मलूका एपसपुर घेरिया साध संघ जी समा आ गया इन्होंने नासी धूआ कर दवो इन्हों पता लग जाए कि सिख कौम की पग किता जिद रोली आ। 84 के दरबार साहब से अटैक होया सिखा ने दरबार साहब अपना अकाल तख्त साहब बना लिया हिंदुस्तान की प्रधानमंत्री जाके फिर बुलाई पर जिहड़ियां साडे सिख सिद्धांतां नूं सट्टां इन्हां जथेदारां ने मारियां जिन्ना चिर सिख कौम रोगी इन्हां कदी माफ नहीं करूगी।
सरबत खालसे के रूप में समाप्ति होनी चाहिए है। यह नहीं कि असं बिल सेंटर में इकट्ठ कर लिया नूज लागे तो खत्म हो गई, बिल्कुल नहीं, बिल्कुल नहीं। मैं मते वो पहला मेरा फर्ज भी नहीं बनता, वो प्रबंधक ही दसणगे, पर मैं प्रबंधकों को बेनती करना पंजाब दे विच हो रहा सरबत खालसा उहदी पूर्ण तौर पर सपोर्ट की जाए। जेकर एजेंसिया ने वह सरबत खालसा ना हो दिता हिंदुस्तान की सरकार बादल की एको ही गल वा, हो सकता उत्थे गोली मारी भी चले तो सरबत खालसा ना हो सकिया। बाहरले सिख कनेडा अमरीका इंग्लैंड के कोई जगह भी जुड़ लैन, कित भी असं आजाद फिदर में जी रहे हैं। एक पंजाब पुलिस का अफसर साढ़े गोलियां चला रहा, दूसरा देखो इतने का पुलिस अफसर उसके अफसोर जमीन समान का फर्क वा। मैं सवेरे रेणु दी गल कही थी, मैं हूं भी कहना बीबी खालड़ा ने जो सुमेल सैनी ने साडे सिर ते ठोकिया उन्हें उदों बयान दिता सी कि सुमेल सैनी उह आ जिहदे हाथ खून नाल रंगे होए आ, इस बंदे दा सिख कौम दी पग लाउण नूं मूंह पै चुका आ, इह साडे सिर ते बिठाया, इस बंदे ने कदी ना कदी चंद चाढ़ना और उस सुमेल सैनी ने चंद चाढ़ दिता। जे असीं इहनां बुजुर्ग पुलिस अफसरां ते अकालियां नूं अपना हथ ना पाई, मेरी गल याद रखियो, तुहाडियां धीआं भैणां दा जीना हराम कर देंगे पंजाब दे विच। इह सिख कौम उठी अज पंजाब दे विच, तुसीं बाहर ना सिख किते सौ ना जायो, एक बारी इह गल दस रहे कि सिखां दे कातल असीं बाहरले देशां च बण नहीं देणे। हुण अखीर दे विच मैं भाई तरावर सिंह होणां नूं बेनती करदा उह स्टेज दे लागे आउण, ते मैं जिन्ने प्रबंधक खड़े आ पिछे एक नहीं भी एक बंदा आकर सलूपा पा दे, बंदे ने देखो कल अस्तीफे की नहीं हैगी गल हैगी है। उस बंदे ने मन ने कि सट बजी आ कि साढ़े गुरु धामा की साड़ी इन्नी बेअदबी हुई आ, इस करके मैं सारे प्रबंधकों को बेनती करता कि स्टेज के सामने लिया के इस इंसान का पंजा चकारे की गूंज के सम्मान किया जाए, ताकि बाकी बाकी जो मरी हुई जमीन वाले आ थोड़ी बहुत जा कर अपनी जमीर की आवाज के नाल मैंबर
एसजीपीसी तो सीधा बंदा हाँ मैं दोबारा फिर एनआईयू का बहुत बहुत धन्यवाद करता हाँ मैं आदमी पता लगता पंजाब में जो संगत ने वो तो आड़े नाल खड़िया ने थां थां हजार तादाद कह रहे हो गए कोई बस जा कोई सारा पंजाब ठप हो भरावो इस वास्ते मैं ये अस्तीफा प्रधान श्रोमणी प्रधान श्रोमणी गुरुद्वारा प्रबंधक कमेटी अमृतसर 18/2015 18 अक्टूबर सो मैं दिता है सो मैं आप जी का सारिया संगत का बहुत बहुत धन्यवाद करना क्योंकि समा नहीं जाए इन बेनतियां खिमा का जाच खां वाहेगुरू जी का खालसा वाहेगुरू जी की फतेह। बार खालसा जी और जी संगत बार ब्लूटूथ के जरिए जी संगत घर जा क्योंकि बार 500-700 सिंह जो बार संगत जी खड़ा आ पहला तो मैं बाहर क्योंकि साड़ी आवाज़ सुन रहे बाहर बारिश भी हो रही है बाहर ठंड के खड़ी हुई संगत के कोलों मैं हाथ जोड़ के अपने खिमा मंगता उन्होंने कोलों के क्योंकि जो प्रबंध जोड़ा अंदर सानू पता नहीं सी कि सीटा थोड़ी संगत गुरु साहब जी की अपार बख्शिश के नाल क्योंकि हरेक सिख का ही जो हिरदा उतरिया गया है जेडे बाहर ठंड के जी संगत खड़ी उन्होंने कोलों मैं हाथ जोड़ के माफ़ी मंगता हाँ। सो सतसंग जी जो अगले बुलाए हैं सरदार करम सिंह जी स्टेज के उपर आ जाना सरदार करम सिंह जी गुरद्वारा साहब मैनकोवर सुरिंदर सिंह जी सुरिंदर सिंह बोलोगे जी गुरद्वारा साहब खालसा दरबार मैनकोवर तो जसवीर सिंह संधु जोड़े कि एन डी पी वालों जोड़े खड़े हैं वो भी आए हुए हैं इस हाथ नारा मारने लिए उन्होंने भी बेनती करा कि स्टेज के उपर आ जाने एक दो मिनट के लिए इन तो बाद जसवीर सिंह संधु वाहेगुरू जी का खालसा वाहेगुरू जी की फतह। गुरु प्यारे गुरु सत्संग जी वाहेगुरू जी का खालसा वाहेगुरू जी की फतेह। आप सारे बड़े दुख के टाइम इकट्ठे हो जिहड़ा कि साडे बाप की विस्तार हथ पाया गुरु ग्रंथ साहब सच्चे पातशाह जी का ब्यादी की उस दुख में आप इकट्ठे हो अपने सारे के हिरदे बुलंदे हुए हैं हुणे हुणे असीं राह दे विच भगत हरकिशन सिंह जो शहीद सिंह हुए हैं भगत हरकिशन सिंह उन्होंने जो इंटरव्यू हो रही थी उन्होंने लड़का तो उन्होंने धन पत्नी तो उन्होंने सरताज गुरु पिता जी वो फैमिली के जेडे सिंह शहीद हुए हैं गुरु ग्रंथ साहब जी के व्यापति ना सहते हुए उन्होंने जान अपनी जान का बलिदान दिता तो उन्होंने धर्म पत्नी तो उन्होंने बच्चे ने तो उन्होंने पिता जी ने जो उन्होंने सिखी का रास्ता से उन्होंने बड़े प्यार दे नाल उन्होंने अपनी इंटरव्यू दिती जे डोले ने उस सिखी के असूलों से उन्होंने मन उस तरह के साडा बच्चा शहीद होया असी चढ़दी कला दे विच हन इस तरह जो साढ़े नाल वापरी ये आपां बहुत ही दुख है तो आपां सारयां मते पास करके जाने की कृपालता करनी हुण समा थोड़ा है कि सारे आपां थोड़ा थोड़ा टाइम लैके इस मते नूं पास करिए जी। वाहेगुरू जी का खालसा वाहेगुरू जी की फतेह। वाहेगुरू जी का खालसा वाहेगुरू जी की फतेह। बेनती करांगा सज जसवीर सिंह संधु श्री वाहेगुरू जी का खालसा वाहेगुरू जी की फतेह। ऑन बिहाफ ऑफ द एनडीपी कैनेडा एनडीपी आई टू कंडेम द डेस्क्रेशन ऑफ श्री गुरु ग्रंथ साहब जी
पिछले 4 साल मैं हमेशा ही अपनी कम्यूनिटी की संगत की आवाज़ सुनी है तो पार्लीमेंट में भी जाके 1984 के जो अपन हाले तक जस्टिस नहीं मिलया वो बाद गल की है जो भी संगत का हुक्म होगा क्योंकि कल इलेक्शन मैं अपनी कम्यूनिटी के नाल हमेशा खड़ा रहूँगा। वाहेगुरू जी का खालसा वाहेगुरू जी। वाहेगुरू जी का खालसा वाहेगुरू जी की फतेह। सात संगत जी आप सारे बेनती करते हैं कि एजेंडे पर फोकस रख के जड़ी गल करनी बनती है उसकी आप गल करते जाइए नाल दी नाल। जो पिछले दिनों के बादल क्या ने बाबर क्या का रोल निभाया और श्रोमणी गुरुद्वारा प्रबंधक कमेटी ते अकाली दल श्रोमणी अकाली दल इन्होंने भी नारायण वाला रोल अदा किया और समुची सिख जगत इस गल तो भली भांत जाणू है। 2 सिंह शहीद होए ने जो कि भाई लक्ष्मण सिंह धारोवाली बन के नितरे सोदास हूँ ज़्यादा समा ना लवे जसवीर सिंह संधु उन्हों का धन्यवाद किया जाता है। इन्हों तो उपरंत दास बेनती करेगा भाई जगताप सिंह जी संधु वो अपने विचार संगतान के नाल साझे कर। इन्हों तो उपरंत गुरु नानक सिंह गुरुद्वारा सरी डेल्टा तो भैन जी भुपिंदर कौर बिरन वो अपने विचार पेश करेंगे जी। वाहेगुरु जी का खालसा वाहेगुरु जी की फतेह। साहेब संकट वे सेवक भजे चरण काल ना जीवे दो कुल लजे पंथ का दर्द गुरु ग्रंथ साहब की बेअदबी का दर्द लैके बैठे समूह खालसा पंथ जी फतेह प्रवान करनी। वाहेगुरु जी का खालसा वाहेगुरु जी की फतेह। दास ने पहला कुछ पंक्तियां बोलिया ने वो अर्थ मंगदियां ने सहज संकट वे सेव भजे चिरंकाल ना जीवे तो कुल लजे। जदों किसी कौम का साहिब साडा साहिब साहिब श्री गुरु ग्रंथ साहिब जी है किसी भी धर्म किसी भी कौम का साहिब जदों संकट में होवे उहदे चेले बाल के भजन लग पैण वो बच नहीं सकते वो जी नहीं सकते। बचना तो की उन्होंने दोहां जहानों के शर्मसार होना पैंदा है। मैं आप जी का बहुता समा ना लवां मैं बेनती करता हाँ कि संकट का समा जदों साहिब श्री गुरु नानक देव जी घरों तुरे तो आया विपरन की रूप दे विच ते गुरु ग्रंथ साहब ने अजे हुक्म विच आउणा सी उस समय ते विरोधियां दे जनेऊ पासे रख के गुरु नानक साहब ने निर्मल पंथी शुरू की। उस तो बाद समा संकट का आया पंजे पातशाह के समय साहिब श्री गुरु ग्रंथ साहब जी होंद विच आए ते मीरी पीरी का सिद्धांत होंद विच आया। उस तो बाद समा संकट का आया साहिब श्री गुरु तेग बहादुर जी ने शहादत दिती खालसा पंथ संसार दे विच प्रकट होया। जदों भी संकट आते ने सिख कौम अपना गुरु स्वरूप देश नूं अगे रख के निखर के सामने आती है। अंग्रेज गए संकट का समा आया सिंह सभा लहर उठी जिहदे चों तमाम लहरां उठियां। फिर संकट का समा आया संत जरनैल सिंह जी पिंडरां वाले आए उन्होंने उस संकट का मुकाबला किया ते उन्होंने साथियों ने लहू की नदी तरके सुरमिया ने इस संकट के विचों गुजरे।
अगर तुम चाहते हो संकट के पंजाब की धरती से बैठा चंडीगढ़ मरख भागो ओदी पाप की कमाई ने खालसा पंथ को अपने मुठ में लै के उसके खून की पाप की रत निचोड़ के संसार के सामने दिखाना है तो फिर खालसा पंथ को एक काम करना पवेगा अपने मिशन अपने इष्ट अपने सिद्धांत गुरु ग्रंथ साहब के नाल जुड़ना पवेगा और उसके नाल गल्लां जज्बाती जिन्नी मर्जी करी चलो और पंजाब की धरती से जथेबंदियों को सद के मैं 7 साल पहले गया सी अगर तुसी श्रोमणी कमेटी की इलैक्शन उस कानून उस संविधान के थले नहीं लड़के इन्हों पासे नहीं करते थोड़ा कोई मसला हल नहीं होगा अज फिर असी सारे सिंह सभावां नूं सारी श्रोमणी कमेटी नूं बाहरले सिख समुचे तौर पर रद्द करते हाँ और जो पंजाब की धरती के सिंह जूझते हैं उन्होंने चाहिए है कि उस निजाम के थले मैं फूलका साहब इतने पूछा कि तुसी भारतीय अदालत के विच अपना विश्वास रखते हो और उन्होंने बड़ी धीमी आवाज किया कि साढ़े को चारा भी की है और सानू श्रोमणी कमेटी की इलैक्शन जथेबंदियों को इकट्ठे होकर लड़के ये सारे के सारे पासे करने पैने ने और उस तो बाद ही असी कौम नू कोई नवी दिशा नवे लैब ते ले जा सकते हाँ और बाहरले सिखां दा फर्ज बनता है जदों असी हिंदुस्तान में छलाने करन जांदे हाँ जिथे साडा 2 लख दा बजट हुंदा है अपनी ऐश प्रस्ती लई उत्थे 2-3 लख दा बजट धर्म प्रचार दा भी होना चाहीदा है अपने गली महल अपने इलाके दौरा सानू सुधार करना चाहिए है जिस तरह एक सदी पहलो गदरिया ने इतों जाके उत्थे बुलंदाबाद की सी बिल्कुल इस तरह बाहरला सिख पंथ मिसलों के बैठा है उन्होंने पंजाब की धरती से गुरमते गुरु ग्रंथ साहब के लड़ सिंची प्रचार से लड़ना चाहिए है जेड़ा सिख शब्द के जागेगा वह वोट सही थान पाएगा जेड़ा सिख शब्द तो जागूगा वह नशे जागूगा जेड़ा सिख शब्द के जागूगा वह अपना परिवार संभालूगा अपनी कौम संभालूगा मैं बहुत समा ना लेता हुआ इन बेनती प्रवान कर दी वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह बहुत बहुत धन्यवाद साध संगत जी अज इतने सहकट के पंथक घट के सारिया ही जथेबंदियां संगत हाजिर हुई है पर अज आप एक इतों कसम खा के तहिया करके जाना कि यह ना हो कि अज का इकट्ठ इतने करके अपना अपने अपने घरों में चल जाइए जिन्निया भी अपना लोअर मेन लैंड के विच पंथक स्टेजा पंथक जथेबंदियां जवाब दे हन गुरुद्वारे जवाब दे हन संगत नो इतों कोई ना कोई अज आप फैसला करके जाना है जेडे साडे वीर पंजाब दे विच संघर्ष कर रहे उन्होंने नाल जुड़ के किस तरह आप संघर्ष लड़ सकते हाँ कि अगर सब तो व्डा अच्छ संघर्ष अच्छे प्रकाश सिंह बादल या अच्छ मुख्यमंत्री की कुर्सी तो लह जाता है जे उसके को SGPC का प्रबंध है वह मुख्यमंत्री ही है समझ लेना चाहिए आपको वो जो SGPC का प्रबंध है सिख कौम को एक चंगी गल है कि जो विदेशों के खालसा पंथ बसता है वह प्रभाव पंजाब के अपने भरावान से अपने परिवारों के उपर है आप अपने परिवारों अपने रिश्तेदार सचेत करिए कि पंथ बोर्ड जिन्होंने समझ रहे हो पंथ तकड़ी गुरु नानक वाली तकड़ी नहीं इन्होंने गांधियों के कोल अपनी बोर्ड का सोच समझ के जरा इस्तेमाल करना ये आप आने वाली SGPC की चोणों के जेडे गुरु को मनण वाले गुरु का भय रखने वाले जेडे गुरसिख आपहरे लैके आईए सात संगत जी यस की जिन्या भी जथेबंदियां संगत आई आ मेरी हाथ जोड़ के बेनती आप जी के चरणों के प्यारे खालसा जी इस व्डा अनर्थ इस तो वही गल कोई होर हो नहीं सकती कि गुरु ग्रंथ साहब महाराज जी की बिरादरी वो इस तरीके की गई हो गई सो मैं बेनती करांगा मेरे सत्कारयोग भैन जी बिंदर बिलन बिंदर कौर बिलन गुरद्वारा साहब गुरु नानक सिख डेल्टा श्री भैन जी 2-3 मिनट वास्ते बोलन गए उन्होंने बाद भैन जी तजिंद्र कौर भैन जी बिंदर कौर बिलन
पिछले हफ्ते मुड़े आया पर सारे ने तुम पता ही है जे आप पीड़ दर्द ना हों तो आप इतने आते ना पर ऐसा दर्द है कि कोई लफ्ज बयान नहीं कर सकता साड़ी सिर्फ पिता की पग नहीं पर साड़ी आत्मा के अच्छे जालम ने वो नोच पाई है ये तो परे वो बादल सरकार या इंडिया की सरकार कुछ नहीं कर सकती पर तुम इतने सोचो जो साडा आपका घर हों साडा आपका निशान साहब हों कि उन्होंने मिलिट्री दियां व्हीकल्स आए थे उन्होंने वो झंडे देखो कि रंग के आए थे कोई इंडिया का झंडा नहीं सी सिर्फ एक नशन तुम सू दस रहे हैं कि असी हिंदू हाँ ये साडा आ पर सारे नहीं रहे नहीं गए पर साडा जो आपका घर हो गए वी आर ए नेशन विदाउट अ होम जे साडे को अपना हुंदा खालिस्तान ते फिर असीं जरूर हुंदे चाहे तुसीं उहनूं खालिस्तान कह लो जां एवन गुरु पीरां दी धरती कह लो पर इंडिया हिंदुस्तान सिर्फ हिंदुआं ने अपने ते रखा आ भारत जां इंडिया उहदा इक नां आ पर जिथे असीं अज खड़े आ कि असीं कॉन्फ्रेंस कर करके चल जांगे किन्नी वार आपां इत्थों लै के आर्ट गैलरी च जाके तुसीं कैंडल लाइट ला लो 1984 इंडिया दी गवर्नमेंट ने 2050 दे विच साडे कोल जेड़े साडे वीर बच्चे और नौजवान जेड़े अपने पिता की शहीदी तो बाद जन्मे ने अज वह जवान पढ़ के उन्होंने जालमां दी अखां विच ऐडा रड़के ने कि शांत नहीं जिते गुरु साहब का पाठ हो रहा होवे मिलिट्री जां पुलिस आई लानत है अजे पंजाब दी पुलिस ते जिन्हें अपने वीरां ते गोलियां चला दित्तियां डेरे बाद बनाए कि नहीं असी सिर्फ इंडिया विच नहीं अपने आप नूं जाके देखो थोड़े इसे शहर इसे प्रोविंस विच किन्ने डेरे ने किन्ने इतने जिन्हिया सिख सोसाइटियां इकट्ठिया हुई ने खुशी की गल है इकट्ठे हुए हैं पर जिदन उदन मोदी आया सी सिखा गुरद्वारे तो बाहर खड़ा किया गया सरोपा पाया अज उन्होंने जाके पुछो तुम सरोपा किस दिन का दिखे साडे गुरुआ ने सरोपा तां दिता से जो कोई पंथ में शहीदी करता से जे तुम कुछ किया असं तो जने खड़े को चक्के सरोपा दे दें असं अपने गुरु साहब की व्यक्ति के अद्धे तो ज्यादा जिम्मेवार मानते हैं अज भी इतने किन्ने ने जिन्हें डेरे खोल है सरसे वाला उत्थे खत्म कर दोगे पर उन्हें सरसे वाले थोड़े इतने ही खुले हुए हैं एक डेरे का जिसनों मैं हर सोसायटी को जाके गई सी यह दर दसन कि वीर आ जे अज इतने बैठे ये भी कहोगे सानू भैन जी पता नहीं सी पर एक दिन उन्होंने मैं दस भी दिता से पता लग गया पर किसी ने आहन नहीं की जे तुम अज इतने दर्द आ थोड़ू अपनी कौम का अपने पंथ का अपने उस गुरु पीर ने जो उन्हें गलिया के रोड़ दिता तो फिर अज इतों एक प्राण करके जायो फिर तुम एक झंडे एक पंथ के किसी तुम धड़ेबाजी ने ना आओ कदे असं अपने यूथ आने वाली पीढ़ी में तिना चौन घंटिया में वंडी जा रहे हैं आप जहर अपने आने वाली नस्ल बचाई जाने माता के बीबियां अपने घर अपने हर बच्चे एक इतिहास की कहानी सुनाओ अपने सिर के दस्तारा बनो गुरु गुरु गोबिंद सिंह ने सानू ताज दिताया जोड़ा अच्छ सालों कहता कि रोड़ देगा वो सानू डराते हैं उन्होंने डर सातों लगता है साड़िया दस्तारा अज चुभदियां ने साडे बच्चे पंजाब 84 तो बाद नौजवान हो गए अज गोलियां का शिकार फिर बन गए हैं पर उस सरकार ये सोच लवे सिखी कदे खत्म नहीं होगी असी बार बार जान के बार बार मत बन के आवेंगे तो उन्होंने बिचों निकलेंगे तो जेडे पुलिस अफसर ने उन्होंने जमीर बन चुकी ने उन्होंने खून पानी बन चुका ने जिन्हें ये नहीं सोचा कि जिन्होंने लाठीचार्ज गौरमेंट ने किया तो वह चार्ज करने वाले ने क्यों नहीं करते बादल का सरकार बादल के पुत्र सारी उम्र क्यों नहीं धरना रख लिया पर आप सदा ही कहते हैं कि कल तक साड़ी सुप्रीम पावर आ साडे हाथ कि सुप्रीम पावर आ मैं एक बार भी सोसाइटियां रिक्वेस्ट किया कि तुम उ जथेदार कोई बदल नहीं सकते मैं बड़ी शर्म आई सी अपने आप को कि लोग ही कही रहे हैं नहीं जी असी नहीं बदल सकते नहीं वीरो कल तक तो सुप्रीम पावर साडा आनू अपने हाथ में लो जे तुम अज भी ना जागे तो फिर असं कदे भी ना जागे अज तो बाद 84 देखते हैं विजुअलाइज करी जाते हैं सब कुछ करी जाते हैं अज तो बाद असं की 2050 मनानी शुरू करा फिर 2030 आ जाऊगी 25 साल बाद फिर उधर आने कि बार असं यह सहांगे अपने आप को सोच के जाओ जिम्मे भाई साहब ने कहा 30 सैकंड दिता अपनी अपनी जमीन ना सोचो खंड पाठ कराई जा रहे हैं भाइयों पैसे दे जा रहे हैं कदे आप पाठ करके देखा कदे आप उस बाणी ना जुड़े हाँ साडा फर्श रिश्ती है ना असी जुड़े ना असी अपने बच्चों को जोड़िया जे असी बाणी ना जुड़े होंगे तो इतने तक नहीं आती पर फिर भी गुरु महाराज की कृपा इन्नी आ कि हर एक ने देखा कि अज असी इकट्ठे हो गए अठे इकट्ठे हो गए पर कट्ठ करके
घर को चल जाएंगे हफ्ते दो हफ्त्या बाद उही घाट हों के असं बेबस महसूस कर देवे नहीं अज तुम दुनिया भर से दस दो जब सिंह एक निशान थले कट्ठे होंगे ने अपने अपने धड़ेबाजिया तो उत्ते उठ खड़ो क्योंकि असं सारे गुरु गोबिंद सिंह के पुत्र हाँ तो माता साहबगढ़ के बच्चे हाँ अज वो दुनिया में वो गौरमेंट के मुँह से वो चपेट करके दसो कि तुम सानू कदे तो साढ़े नितने माते शंका करी जाने कदे साड़ी बाणी ना सानू तोड़ दे जिथे साढ़े साड़ी स्ट्रेंथ है वो साड़ी बाणी है वो साड़ा गुरु आ गुरु बिना साड़ी गति नहीं तो जे असी गुरु तो पासे हो गए तो अज मैं थोड़ा ये भी कह दिनी हाँ कि साड़ी वाकई कोई गति नहीं साड़ी अणख मर चुकी होगी पर अपनी अणख जगा के रखियो कद भी किसी को डरो ना एक इंडिया के विजय की खाता कोई बोलने नहीं तैयार नहीं होंगे कद कोई कहता नारा ना मारो जी खालसा का नाम क्यों नहीं मारा सानू टेरिस बनाया इंडिया की गवर्नमेंट ने साडे बच्चों मजबूर किया कि वह AK-47 चक के उस सड़कों के तरफ कॉलेजों का आंदा उन्होंने जेलों से तसीए दिए गए साडे सिंह अपन सजा भी भुग चुके हैं हालांकि उन्हें शायद कोई प्रणाम नहीं किया उस तो बाद भी छे जाते बापू सूरज सिंह जी किन्ने किन्ने ना देंगे सारी रात पै जाएगी किनू किनू चेता रखेंगे पर अज इतों एक गुरु ग्रंथ साहब अपना गुरु मन के ये जाओ भी जो भी अच्छ मता पास होगा थोड़ा मन शायद सहमत करे ना ना करे जी पंथ ना लिया जी बादल की सरकार ना लिया बाबा दीप सिंह ने भी खंडे ना एक लकीर खिंची सी अज तुम भी खिंचते हो ताकि दुनिया भर तक तुम बने आप इंडिया के वो कुछ नहीं आई एडे वे राजे महाराजे वो इतने रेंदे हो वो सारा कुछ छड के धरने मार के परिवार छड के वो माता का सुनया कहती मेरा एको एक पोता दोह पट्टा में गोलियां लगिया ने पर मैनू परवाह नहीं मेरा जो गुरु एहोजे भाणे में रखो शहीदी देनी साडा फर्ज आ जे कलू नहीं तो अज वाना तो एक दिन हैगा ही है क्यों नहीं तुम अपने कौम अपने गुरु ले बढ़ोगे जिते निज घर वासा हो जाएगा साडा मैं बड़ा समा ना लगे हुए गलती हो गई हुई अखर वध घाटा हो गया हो मैं माफ करना पर अपने अज जरूर जमीन ना जाके जायो धड़िया तो उठ खड़ो इतने कुछ नहीं है जे अपना गुरु ही नहीं तो इतने तक असं अज आते ना जे तुम दर्द समझ के तुर के आए हो तो फिर अज एक पंथ एक झंडे होके जाए खालिस्तान जिंदाबाद वाहेगुरु जी का खालसा वाहेगुरु जी की फतह वाहेगुरु जी का खालसा वाहेगुरु जी की फतेह बहुत बहुत धन्यवाद सरकार योग भैन जी बिंद्र कौर मिलन जिन्होंने अज का जो दुखदायी पहलू जो संगतों के नाल साझा किया है सो अति धन्यवादी हैं भैन जी के इन्हों तो बाद भैन जी तजेंद्र कौर को बेनती करा बाद ज्ञान सिंह जी संधु उन्होंने बेनती करा खालसा जी अज मैं बुलारियों भी बेनती करा कि अज आप कोई ना कोई प्रोग्राम देना है संगतों को क्योंकि जड़िया पंथक संघर्ष कर रही है जथेबंदियां पंजाब दे विच उन्हां दे नाल मोढ़े ना मोढ़ा जोड़ के किवें चलिया जा सके गुरुद्वारे हम तुहाडे कोई संस्था खड़ी करनी है जां अपनियां कमेटी बना के किस तरह उन्हां दे तालमेल रख के किस तरह उन्हां नूं संघर्ष दे विच योगदान देना है आपां कोई ना कोई अज आपां प्रोग्राम देईए वाहिगुरू जी का खालसा वाहिगुरू जी का फतेह एक बार फिर ट्राई कर दे वाहेगुरु जी का खालसा आवाज खालसा बैठा होवे इकट्ठ होवे तो ढहदियां कलां च नहीं चढ़दी कलां च आवाज आनी चाहिए एक और बेनती है कि जेडे मेरे वीर साइड ते बैठे हैं तो बाहर भी जेडी संगत खड़ी है उन्होंने असं अंदर ता लैके आ सकते हैं जे सानू इत्थे बैठ के लई सीटिंग होएगी मैं देख रही है कि बिच बिच जेडिया चेहरा खाली है जे तुसी इकट्ठे हो जाओगे अंदरले पासे आ जाओ जिते चेहरा खाली है तो बाहर भी जी साइड चेहरा तो उत्ते संगत बह सकती है प्लीज बेनती है थैंक यू खालिस्तान
ਇਹੀ ਸਾਡੀ ਮਜਬੂਰੀ ਹੈ। ਇਹ ਨਾਰੇ ਜਦੋਂ ਸ਼ਹੀਦ ਦਾ ਭੋਗ ਪਿਆ ਸੀਗਾ ਗੁਰਜੀਤ ਸਿੰਘ ਦਾ ਤਾਂ ਉੱਥੇ ਸੁਣੇ ਗਏ। ਮਹਿਤੀਕਾ ਚੌਕ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਸੁਣੇ ਗਏ ਸੀ। ਤੇ ਜਦੋਂ ਮੈਨੂੰ ਇੱਥੋਂ ਕਿਹਾ ਜਾਂਦਾ ਵਾਰ ਵਾਰ ਕਿ ਪੰਜਾਬ 'ਚ ਤਾਂ ਜੀ ਸਿੱਖੀ ਖਤਮ ਹੋ ਗਈ, ਪੰਜਾਬ ਦੇ ਲੋਕ ਨਹੀਂ ਚਾਹੁੰਦੇ ਖਾਲਿਸਤਾਨ, ਤੁਸੀਂ ਇੱਥੋਂ ਬਾਹਰ ਜ਼ਿਆਦਾ ਬੋਲਦੇ ਹੋ। ਤੇ ਅੱਜ ਜਦੋਂ ਉੱਥੇ ਸਿੱਖ ਖੜਾ ਲਾਠੀਆਂ ਚਾਦੇ 'ਚ ਵੀ ਸ਼ਹੀਦਾਂ ਦੀ ਸ਼ਹੀਦ ਹੁੰਦੇ ਹੋਏ ਵੀ ਕੰਮ ਕਾਰ ਛੱਡ ਗਏ ਵੀ, ਤੇ ਅੱਜ ਮੈਂ ਉਹਨਾਂ ਸਾਰਿਆਂ ਵੀਰਾਂ ਨੂੰ ਜੋ ਮੈਨੂੰ ਤਾਨੇ ਦਿੰਦੇ ਸੀ ਤੇ ਕਹਿੰਦੇ ਸੀ ਦਿਖਾ ਦੇਣਾ ਚਾਹੁੰਦੀ ਆ ਤੇ ਦੱਸ ਦੇਣਾ ਚਾਹੁੰਦੀ ਆ ਕਿ ਇਹ ਭੈਣ ਦਾ ਮਾਣ ਤੇ ਸਿਰ ਮਾਣ ਦੇ ਨਾਲ ਉੱਚਾ ਕਿ ਮੇਰਾ ਪੰਜਾਬ ਜਾਗਦਾ, ਜਾਗਦੀ ਜਮੀਨ ਵਾਲਾ ਤੇ ਅਜੇ ਵੀ ਮੋਹਰੇ ਹੋ ਕੇ ਸੰਘਰਸ਼ ਲਈ ਖੜਾ, ਸਾਡੇ ਨਾਲੋਂ ਜ਼ਿਆਦਾ ਤਤਪਰ ਹੈ। ਅਸੀਂ ਕਹਿਣ ਵਾਲੇ ਆ ਤੇ ਉਹ ਕਰਨ ਵਾਲੇ। ਤੇ ਅੱਜ ਇੱਥੇ ਬੈਠੇ ਸਿੱਖਾਂ ਨੂੰ ਬਹੁਤ ਸਾਰੇ ਬੁਲਾਰੇ ਬੋਲ ਕੇ ਗਏ ਆ ਤੇ ਆਉਣ ਵਾਲੇ ਬੁਲਾਰਿਆਂ ਨੇ ਵੀ ਬੋਲਣਾ। ਬੇਅਦਬੀ ਗੁਰੂ ਸਾਹਿਬ ਦੇ ਸਰੂਪਾਂ ਦੀ ਹੁੰਦੀ ਆ ਰਹੀ ਹੈ 1978 ਤੋਂ। ਇਹ ਵੀ ਮੈਂ ਸੁਣਿਆ ਕਿ ਜਦੋਂ ਜਾਪ ਸਾਹਿਬ ਕਰਦੇ ਸਿੱਖਾਂ ਦੇ ਉੱਤੇ ਗੋਲੀਆਂ ਚੜੀਆਂ ਤਾਂ ਜਲੀਆਂ ਵਾਲਾ ਬਾਗ ਦਾ ਸਾਕਾ ਚੇਤੇ ਆ ਗਿਆ। ਕਿਉਂ 1978 ਦਾ ਸਾਕਾ ਚੇਤੇ ਭੁੱਲ ਗਿਆ? 13 ਸਿੰਘ ਸ਼ਹੀਦ ਹੋਏ ਸੀ ਸਾਡੇ ਪਾਠ ਕਰਦਿਆਂ ਦੇ, ਉਹ ਆਪਣੀ ਸਰਕਾਰ ਸੀ ਜਿਹਨੂੰ ਕਹਿੰਦੇ ਆ ਸੀ। ਆਈ ਵਿਲ ਨਾਟ ਕੀਪ ਔਨ ਰਿਪੀਟਿੰਗ ਵਟ ਹੈਜ਼ ਆਲਰੇਡੀ ਬੀਨ ਸੈਡ, ਬਟ ਵੀ ਹੈਵ ਟੂ ਅੰਡਰਸਟੈਂਡ ਕਿ ਅਸੀਂ ਮੁੜ ਮੁੜ ਕੇ ਉਹ ਗੱਲਾਂ ਤੇ ਕਰੀ ਜਾਂਦੇ ਹਾਂ ਕਿ ਸਰੂਪਾਂ ਦੀ ਬੇਅਦਬੀ ਹੋਈ ਹੈ, ਹੁੰਦੀ ਆ ਰਹੀ ਹੈ, ਤੇ ਜੇ ਇਹੀ ਸਰਕਾਰ ਰਹੀ, ਜੇ ਉਸੀ ਸੰਵਿਧਾਨ ਦੀ ਈਨ ਮੰਨ ਕੇ ਅਸੀਂ ਸਰਕਾਰਾਂ ਬਦਲਦੇ ਰਹੇ ਤੇ ਸਰੂਪਾਂ ਦੀ ਬੇਅਦਬੀ ਹੁੰਦੀ ਰਹੇਗੀ। ਕਿਉਂ ਕਿਉਂ ਸਾਨੂੰ ਆਪਣੇ ਗੁਰਦੁਆਰਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਉਣੇ ਪੈਣੇ ਆ? ਕਿਉਂ ਅੰਡਰ ਯੂਨਾਈਟਿਡ ਨੇਸ਼ਨਸ ਐਨੀ ਨੇਸ਼ਨ ਦੈਟ ਇਜ਼ ਫੋਰਮਡ ਦੇਰ ਇਜ਼ ਅ ਸੋਸ਼ਲ ਕੰਟਰੈਕਟ ਐਵਰੀ ਸਿਟੀਜ਼ਨ ਹੈਵ, ਹਰੇਕ ਨਾਗਰਿਕ ਦਾ ਉੱਥੇ ਦੀ ਸਰਕਾਰ ਦੇ ਨਾਲ ਇੱਕ ਸੋਸ਼ਲ ਕੰਟਰੈਕਟ ਹੁੰਦਾ ਜਦੋਂ ਅਸੀਂ ਕਿਸੇ ਦੇਸ਼ ਦੀ ਨਾਗਰਿਕਤਾ ਸਵੀਕਾਰ ਕਰਦੇ ਹਾਂ ਕਿ ਅਸੀਂ ਤੁਹਾਨੂੰ ਟੈਕਸ ਦੇਵਾਂਗੇ, ਬਦਲੇ ਦੇ ਵਿੱਚ ਸਰਕਾਰ ਇਹ ਪ੍ਰਣ ਕਰਦੀ ਹੈ ਸਾਨੂੰ ਕਿ ਅਸੀਂ ਉਸ ਟੈਕਸ ਦੇ ਬਦਲੇ ਤੁਹਾਨੂੰ ਜਾਨ ਦੀ ਮਾਲ ਦੀ ਰਕਸ਼ਾ ਦੀ ਗਾਰੰਟੀ ਦਿੰਦੇ ਹਾਂ। ਰਾਜਨੀਤਿਕ, ਸਮਾਜਿਕ, ਆਰਥਿਕ, ਰਿਲੀਜੀਅਸ, ਧਾਰਮਿਕ ਇਹ ਗਾਰੰਟੀ ਦਿੰਦੇ ਹਾਂ। ਯੂਨਾਈਟਿਡ ਨੇਸ਼ਨਸ ਦੀ ਚੈਪਟਰ 1 ਹਰ ਨਾਗਰਿਕ ਨੂੰ ਇਹ ਹੱਕ ਦਿੰਦਾ ਕਿ ਜਦੋਂ ਉਹ ਸਰਕਾਰ ਸੋਸ਼ਲ ਕੰਟਰੈਕਟ ਆਪਣਾ ਤੋੜ ਦਿੰਦੀ ਹੈ ਤਾਂ ਉਸ ਨਾਗਰਿਕ ਨੂੰ, ਉਹਨਾਂ ਨਾਗਰਿਕਾਂ ਨੂੰ, ਉਸ ਕੌਮ ਨੂੰ, ਉਸ ਕਮਿਊਨਿਟੀ ਨੂੰ ਇਹ ਹੱਕ ਹੈ ਕਿ ਫਿਰ ਆਪਣਾ ਦੇਸ਼ ਮੰਗ ਸਕੇ। ਅਸੀਂ ਉਹਨਾਂ ਸਾਰੀਆਂ ਧਾਰਾਵਾਂ ਦੇ ਉੱਤੇ ਖੜੇ ਉਤਰਦੇ ਹਾਂ ਜਿਨ੍ਹਾਂ ਦੇ ਥੱਲੇ 50 ਤੋਂ ਉੱਤੇ ਦੇਸ਼ 1945 ਤੋਂ ਬਾਅਦ ਬਣੇ ਹਨ, ਮਗਰ ਉਹਦੇ ਲਈ ਸਾਨੂੰ ਲੈਣੇ ਪੈਣੇ ਆ, ਸਾਨੂੰ ਮੰਗ ਕਰਨੀ ਪੈਣੀ ਹੈ ਯੂਨਾਈਟਿਡ ਨੇਸ਼ਨਸ ਤੋਂ, ਸਾਨੂੰ ਦੱਸਣਾ ਪੈਣਾ ਇਨ ਕਲੀਅਰ ਟਰਮਸ ਕਿ ਸਾਡੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ ਹੱਕਾਂ ਦਾ ਜਿਹੜਾ ਪ੍ਰਣ ਇਸ ਦੇਸ਼ ਦੀ ਸਰਕਾਰ ਨੇ ਲਿਆ ਸੀ ਤੇ ਕਿਉਂਕਿ ਅਸੀਂ ਟੈਕਸ ਦਿੰਦੇ ਹਾਂ ਉਹਨਾਂ ਨੇ ਤੋੜਤਾ। ਤੇ ਇਸ ਕਰਕੇ ਨਾਰੇ ਪੰਜਾਬ ਦੇ ਵਿੱਚ ਮੇਰੇ ਵੀਰਾਂ ਤੇ ਭੈਣਾਂ ਨੇ ਲਾਏ ਹੈ ਕਿ ਇਹ ਸਾਡੀ ਮਜਬੂਰੀ ਹੈ। ਇਹ ਉਹਨਾਂ ਦੀ ਮਜਬੂਰੀ ਤਾਂ ਹੋ ਸਕਦੀ ਹੈ ਪਰ ਸਾਡੀ ਮਜਬੂਰੀ ਤਾਂ ਨਹੀਂ, ਉਹਨਾਂ ਨੂੰ ਤਾਂ ਮਜਬੂਰੀ ਹੈ
नहीं की मजबूरी है साड़ी कि साड़े वीजे खारिज हो जाएंगे पर्सनल एक्ट एंड प्रॉपर्टी सक्सेशन एक्ट ऑफ इंडिया जिसके थले असीं प्रॉपर्टीज अपनी रखते हैं जमीन जायदाद रखते हैं अपने आप को असीं हिंदू करार देने हैं हिंदू सक्सेशन एक्ट है एक ईसाइयों का हैगा प्रॉपर्टी एक्ट एक मुसलमानों का तो तुसी केड़े प्रॉपर्टी एक्ट के थले आने वो हिंदू एक्ट है थोड़ी होंद को स्वीकारिया नहीं जाता तो असीं उन्हां प्रॉपर्टियां के लिए जिहदे थले जदों असीं हस्ताक्षर करते हैं तो अपने आप को हिंदू कहना मंजूर करवाने हैं सोचना पैना जिदा मेरी भैन ने कहा तो होर बुलाया ने कहा कि असी ये सानू मंजूर है कि इहदा सलूशन की है बी आर पी रोकी कितना जाएगी इहदा एक ही सलूशन है मैं बार बार कहा जाता भी भैन जी एक कौड़ा घोटिया हजे तक लोग खालिस्तान सुनना या कहना कई लोग साड़ी संगत बर्दाश्त नहीं करते इस करके असी अरदास दे विच कह नहीं सकते ते आज मैं अपने हाथों आज चूड़ियां ला के सकती है ते ए संकल्प करती है कि आज तो लेके मैं अपने आखिरी सांस तक मन वचन विचार ते कर्मां दे नाल खालिस्तान के इस संघर्ष के विच ते जदों तक मर नहीं जांदा संघर्षशील रहांगी तो मैं वचनबद्ध हां बोले ते जेड़े मेरे वीर इत्थे ओह कौड़ा कुट पीण नूं तैयार है ते हाथ खड़े करो जी खालसे बनजो पहला पे बनजू नहीं नहीं जी जब तुसी साइन करते हो ना इस पेपर दे उते कि असी हिंदू हां तो उस वेले तुसी हिंदू रहंदे हो ए लॉ सोसाइटी है इते सानू पेपर दिखाई जांदे आ जदों असी इते तुहाडियां पक्का अपनियां पक्का दे लई संघर्ष करदे आ ते इते दी गवर्नमेंट सानू कहंदी आ कि तुसी तां उते नहीं हैगे खालसे इते काते करदे हो सानू अपना देश चाहिदा ता साडे हक इत्थे भी ते उत्थे भी मैं दस देना चाहुंदी उस वीर नूं 2011 दे विच रशिया दे विच गीता दे उत्ते बैन कीता गया सी तां भारत दी सरकार ने अपने नुमाइंदे रशिया भेजे तो उस बैन नूं हटाया ए हुंदा अपना देश होवे तां चाहे जे आस्ट्रेलिया दे विच जे उहनां दी साडे वीरां दी पग नूं ते किरपान नूं लाया जांदा फ्रांस दे विच कैनेडा दे विच जे अपना देश होएगा तो भी पैरवाई करन लई खड़ा होएगा कि असी इस गल तो इस करके भजन दे आ कि असी पाला कोड़ा चाहुंदे आ जिहड़ा वीर पंजाब दे विच दो वीरां दी शहीदी होई आ ते अज तक किन्ने योद्धे आ जिहड़े खालसे पूरन रूप ते नहीं सी बणे कि अज असी इस गल दे उत्ते पाड़ा पावांगे कि असी खालिस्तान जिथे देग और तेग का संकल्प पते है जिथे हर एक नु बराबर दे हक होणगे जिथे कट्टरवाद नहीं होएगा ओ कैरेक्टर ओ देश असी देना है ते उहदे विच हर एक बैठा वीर इंक्लूडिंग मी उन्ना ही हकदार है जिन्ना गुरु ग्रंथ साहिब जी दे उत्ते शहीदियां देण लई असी हकदार है ते तुसी हकदार हो कट्ठे होना कल्ले कल्ले नहीं होना ना इदां दी आवाज़ां नूं सुणना असी असी कट्ठे
रहांगे। मेरी आवाज नूं ते कालस्तान दी इस आवाज नूं ना कोई दबा सकिया ते ना ही दबा सकेगा। टाइम थोड़ा तो मैं ते हुण खत्म कर देना चाहनी है। एक बेनती है कि सिक्स फॉर जस्टिस वालों www.referendum2020.org दे उत्ते एक ईमेल यूनाइटेड नेशन रैपोर्टर्स नूं भेजी जा रही है ताकि उत्ते जाके एक इंडिविजुअल ईमेल हैगी है अपना फर्स्ट नेम लास्ट नेम ते कॉन्टैक्ट जिहड़ा हैगा ईमेल दा जिहदे विच इह दरखास्त कीती गई है यूनाइटेड नेशन दे रैपोर्टर नूं कि तुसीं उत्ते जाओ ते देखो कि लोग पंजाब के लोग सिखां दा किस तरह के नाल उन्होंने जेडे मौलिक अधिकार है उन्होंने घाट हो रहा है इस वेले ते वो अपना देश चाहते हैं। सो प्लीज जिन्नियां ज्यादा ईमेल्स होणगियां उन्ना ज्यादा प्रभाव पएगा ते जिहड़ी रेफरेंडम 2020 का कैंपेन है वो इस करके चलाया जा रहा है क्योंकि हुणी
अज बहुत दुख लग रहा है भी आप किस कारण इतने कट्ठे हुए हैं। तो सब तो पहला आप शामिल हुए हैं उन परिवारों जिन्होंने अपने बेटे अपना भरा अपना पति जिहड़ियां जानां गई हैं। अज मैं पहला भी इतने 2:15 पहुँच गई सी पर फिर जाना पिया होर कोई फंक्शन सीगा तो मैं कह के गई सी भी मैं जदों वो खत्म हो गया वापस जरूर आऊँगी। असी छोटे जे सके जो साडे डैडी ने सानू कैम कर दिता सीगा भी ह्यूमन राइट्स के इशू से सदा ही आवाज़ इंसान की खुलनी चाहिए आ करके उहदे विच ही इंसानियत है। तो पार्लमेंट विच मेरी आवाज़ पार्लमेंट तो बाद जो पहला मैं टीचर्स यूनियन की प्रेजिडेंट भी सी हरेक बारी मेरी आवाज़ ह्यूमन राइट्स इशू से उठी आ बेशक भी साडे सीरिया चो हो बेशक की इंडिया चो हो बेशक की US विच हो जिथे भी ये प्रॉब्लम्स होन आपां नूं जरूर आवाज़ खोल के गल करनी चाहिए आ। तो आपां नूं अज आपां स्पैशली इकट्ठे हो रहे हैं क्योंकि ये इशू पंजाब विच हो रहा है इस करके तुहानूं पूरा तुहाडे नाल इहो ही कहण आए हैं भी मेरी आवाज़ अगे भी बुलंद रही है ह्यूमन राइट्स इशू पर ते गां भी बुलंद रहूगी ह्यूमन राइट्स के इशू पर। वाहेगुरु जी का खालसा वाहेगुरु जी की फतेह। धन्यवाद किया जाता है जिनी सिंह जी और इन्हों तो उपरंत आओ विचार सामने करिए भाई रणजीत सिंह जी खालसा गुरद्वारा बाबा बंदा सिंह जी बहादुर एबर्सपुर। एक दुख की घड़ी में एकत्र हुए सरबत सदानी दे वारसो फतेह प्रवान करिए वाहेगुरु जी का खालसा वाहेगुरु जी की फतेह। साडे सतगुरु जी ने सानू ये गल समझाई कि श्री मुख वाक भन्यो गरीब नवाज शास्त्र के अधीन है राज राज बिना नहीं धर्म चले है धर्म बिना सब गले मिले हैं। कि राज जीवियां कौमां दे दिल की धड़कन होंदे आ जे वो राज ना रहे और सामने साडा इष्ट जिन्हों सवेरे मत्था टेकण तो बगैर सिख नूं चैन नहीं आउंदा उहदा हाल अजे है। ये साडियां कमजोरियां ने किसी वेले सानू नवाबी कोई ऑफर करता सी असी जुत्ती दी नोक ते रखते सी अज असी कित्थे खड़े हां ये झाती मारनी आ। अज जो पंजाब दीआं धीआं पंजाब दीआं मावां कहिंदे जी उत्थे तां कोई खालिस्तान नहीं मंगदा जिहड़े लोग कहिंदे ना सिंध बण जाओ पहलां 28 अक्तूबर 1984 नूं सूरमे दा दिन आ रहा की सी उह 31 अक्तूबर 1984 नूं शहीद आजम सी इह आ सिखी एक साध ने उत्थे जिहड़ा काम कीता कहिंदा जी चिट्ठी वापस लै ली ओह बेअदबी तां तेरे इष्ट दी होई है यार ओह गुरु ग्रंथ साहिब दे पत्रे पैरां च रोले जा रहे ने ते तू कहिंदा जी हुण धरना चक दईए और मैं उस वीर नूं सलाम करदा जिहने उस वेले जा के दुकान तों चूड़ियां खरीद के उन्होंने ऑफर कीतियां और मैं सलाम करना पाकिस्तान के उस पुलिस सुपरिटेंडेंट नूं जिन्हें पंजाब के सिर पर पगां बंद के अपने वीरां दे गोलियां चलाईयां कहिंदा लानत है कि टुकड़ बदले आकार पंख दे आसरा रखो रोटी उन्हें देनी आ इन्हां टुकड़ बच्चां ने देनी और तुसीं अपने भावां नूं गोलियां मारो। मैनूं बैक सवाल दा पता नहीं बनना तो बाद मैं सवाल करके तुहाडे अगे चले जाणा। मोदी आया बहुत सारे वीरां दे मैनूं फोन आया कि तुसीं आए नहीं आ बिक्रमजीत सिंह इत्थे खड़ा है 3 दिन जिस दिन साडी इतरां दी सोच होऊ ना फिर असीं खालसे हाँ। 8 पुलिस अफसर मेरे घर नूं सील करके बैठे सी आज इत्थे बिक्रमजीत सिंह बैठा है क्यों खतरा सी मेरे तो मैं कितने अड़खाली जगह पर खड़ा हाँ
8 बंदे दो दो घंटे बाद ड्यूटी बदल दी सा सकती फ्लाइट सर अपना जिस दिन आया उस तो एक दिन पहला तो एक दिन बाद इन्हों ने पग बंध के कपड़े बन के मैं बाहर ना निकली तेन भी रेस्ट कर लू एक काम वाले कपड़े पा के मेरे घर को बाहर निकले जितने सोच हो गई ना खालसा भी मिल जाएगा वाहेगुरु जी का खालसा वाहेगुरु जी वाहेगुरु जी का खालसा वाहेगुरु जी की फतेह बहुत बहुत धन्यवाद रणजीत सिंह जी खालसा इन्हों तो बाद बेनती करांगा गुरद्वारा साहब दुख निवारण तो बाबा नरेंद्र सिंह जी क्योंकि इस तरह संगत दे विच आपां संगत की प्रवानगी लैंदिआं होइआं जिहड़े मते आपां एक दो बुलारियां तो बाद आपां जिहड़े मते उह पढ़ने हन जिहड़े कि पंजाब दे विच उहनां वीरां तक ਜਿਹੜੇ ਸੰਘਰਸ਼ ਕਰ ਰਹੇ ਆ ਉਹਨਾਂ ਤੱਕ ਪਹੁੰਚਣੀ ਤੁਹਾਡੀ ਜਿਹੜੀ ਆਵਾਜ਼ ਪਹੁੰਚਣੀ ਤੁਹਾਡਾ ਜਿਹੜਾ ਸੁਨੇਹਾ ਪਹੁੰਚਣਾ ਹੈ ਇਹਨਾਂ ਮਤਿਆਂ ਦੇ ਵਿੱਚ ਮੈਂ ਬੇਨਤੀ ਕਰਾਂਗਾ ਗਿਆਨੀ ਨਰਿੰਦਰ ਸਿੰਘ ਜੀ ਨੂੰ ਹੋਰ ਸੁਸਾਇਟੀਆਂ ਦੇ ਜਿਹੜੇ ਵੀ ਆ ਜਾਓ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਮ ਸਨਮਾਨਯੋਗ ਗੁਰੂ ਰੂਪ खालसा जी वाहेगुरु जी का खालसा वाहेगुरु जी की फतेह अज का इत समुचे इकट्ठ का जो एजेंडा है साहेब श्री गुरु ग्रंथ साहिब महाराज जी दे स्वरूप दिन दिन जिन्हां दी बेअदबी कीती जा रही है उस दर्द नूं लै के अते नाल नाल जो उत्थे शांतमई रोस प्रगट करदिआं ते गुरबाणी पढ़दिआं ते अन्ना धुंद गोली चलाई गई सिंह शहीद होए अते बहुत सारे जख्मी होए अज पंजाब दी गली गली दे विच सिख कौम वालों अपने रोस मुजाहरे कीते जा रहे ने और गुरु नानक नाम लेवा सिख पूरी दुनिया दे विच जिथे वस रहा है हर एक सिख का हिरदा बलूंगड़ा गया और हर एक सिख अज सड़क ते उतरिया होया अपने रोस नूं लै के उसे दर्द नूं लै के उसे रोस नूं लै के अज आपां सारे इत्थे एकत्र होए हां और जिथों यह गल शुरू हुंदी है जदों थानू याद होएगा गुरद्वारा गुरु नानक सिख सरी डेल्टा विखे जदों गुरबख्श सिंह ने भुख हड़ताल रखी उदों भी एक कन्वेंशन सिख कन्वेंशन के रूप के उत्थे कीती गई सी मैं उत्थे भी यह गल कही सी अज फिर दोहरावांगा कि सत संगत जी खालिस्तान भी उस दिन बनना है बाकी मसले भी उस दिन हल होने ने जिस दिन श्री अकाल तख्त साहब का जथेदार सुतंत्र हो जाएगा जेडे मते पढ़ने ने उन्हां मतियां विच भी इसका जिक्र किया जाएगा पर मैं इत्थे सारियां जथेबंदियां नूं बेनती करांगा कि साढ़े सारियां दे संबंध उत्थे बसदे सिखां नाल उत्थे बसदियां पोलिटिकल जथेबंदियां जिन्हां नूं असीं पंथक जथेबंदियां कहिंदे आ उन्हां दे नाल साढ़े किते ना किते हर एक दे लिंक जुड़े हुए ने और अज लोड़ है उन्हां जथेबंदियां ते दबाव पाउण दी कि एटलीस्ट जिहड़ियां पंथक जथेबंदियां ने जिहड़ियां इह गल कहिंदियां ने कि असीं सिखां दी रहनुमाई कर सकदे हां और असीं पंथक जथेबंदियां अज दी तरीक दे विच उन्हां जथेबंदियां नूं इक मंच ते खड़ा होना चाहीदा जे उत्थों दीआं इह पंथक जथेबंदियां एक मंच ते खड़ियां हो जाण
ਤੇ ਸਾਡਾ ਕੁਝ ਨਾ ਕੁਝ ਪੋਲੀਟੀਕਲ ਤੌਰ ਤੇ ਸਾਡਾ ਕੋਈ ਵਿੰਗ ਬਣ ਸਕੇ ਤੇ ਅਸੀਂ ਜਿੰਨਾ ਚਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੁਤੰਤਰ ਨਹੀਂ ਕਰਾ ਲੈਂਦੇ ਔਰ ਅੱਜ ਉਹ ਸਮਾਂ ਆਇਆ ਹੋਇਆ ਜਦੋਂ ਹਿੰਦੁਸਤਾਨ ਦੇ ਅੰਦਰ ਪੰਜਾਬ ਦੀ ਧਰਤੀ ਤੇ ਸਰਬੱਤ ਖਾਲਸਾ ਕਾਲ ਕੀਤਾ ਹੋਇਆ ਸਰਬੱਤ ਖਾਲਸਾ ਸੱਦਿਆ ਗਿਆ ਜਿਹੜਾ 10 ਨਵੰਬਰ ਨੂੰ ਸਰਬੱਤ ਖਾਲਸਾ ਹੋ ਰਿਹਾ ਔਰ ਹਰ ਇੱਕ ਸਿੱਖ ਤਨ ਮਨ ਤੇ ਧਨ ਦੇ ਨਾਲ ਜੇ ਇਸ ਸਰਬੱਤ ਖਾਲਸੇ ਨੂੰ ਆਪਣਾ ਸਮਰਥਨ ਦੇਵੇ ਦੁਨੀਆਂ ਦੇ ਜਿਹੜੇ ਮਰਜ਼ੀ ਕੋਨੇ 'ਚ ਬੈਠਾ ਹੋਵੇ ਔਰ ਜੇ ਇਹ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਤਖਤਾਂ ਦੇ ਜਥੇਦਾਰਾਂ ਨੂੰ ਸੁਤੰਤਰ ਕਰ ਜਾਏ ਤੇ ਮੈਂ ਸਮਝਦਾ ਸਿੱਖ ਕੌਮ ਆਪਣਾ ਇੱਕ ਮੰਜ਼ਿਲ ਸਰ ਕਰ ਲਏਗੀ ਇੱਕ ਜਿਹੜਾ ਸਾਡਾ ਵਿੰਗ ਹੈ ਅਸੀਂ ਉਹਨੂੰ ਜਿੱਤ ਕਰ ਸਕਦੇ ਹਾਂ ਸੋ ਇਹ ਜਿਹੜੀ ਬਹੁਤ ਇੱਕ ਜ਼ਰੂਰੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਪੋਲੀਟੀਕਲ ਪੰਥਕ ਜਥੇਬੰਦੀਆਂ ਨੇ ਉਹ ਇੱਕ ਮੰਚ ਤੇ ਇਕੱਠੀਆਂ ਹੋਣ ਉਹ ਆਪਣੇ ਵੱਖਰੇ ਵੱਖਰੇ ਝੰਡੇ ਲੈ ਕੇ ਨਹੀਂ ਜੇ ਇੱਕ ਮੰਚ ਤੇ ਇਕੱਠੇ ਹੋਣ ਤਾਂ ਕਿ ਉੱਥੇ ਕੋਈ ਬਦਲ ਤੇ ਹੋ ਸਕੇ ਉੱਥੇ ਮੈਨੂੰ ਯਾਦ ਹੈ ਜਦੋਂ ਵੀ ਗੁਰਦੁਆਰਾ ਸਾਹਿਬ ਦੀਆਂ ਸੁਸਾਇਟੀਆਂ ਦੀ ਮੀਟਿੰਗ ਹੁੰਦੀ ਹੈ ਉੱਥੇ ਵੀ ਅਸੀਂ ਇਹ ਗੱਲ ਕਰਦੇ ਹਾਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਕੇਵਲ 100-100 ਵੋਟ ਤੇ 200-200 ਵੋਟ ਤੇ ਜਿਹੜੇ ਬਾਦਲ ਦੇ ਕੈਂਡੀਡੇਟ ਜਿੱਤੇ ਨੇ ਉੱਥੇ ਸਾਡੀਆਂ ਜਥੇਬੰਦੀਆਂ ਦੇ 3-3 ਕੈਂਡੀਡੇਟ ਖੜੇ ਸਨ ਔਰ ਜੇ ਕਿਤੇ ਉਹੀ ਇਲੈਕਸ਼ਨ ਇਕੱਠੀ ਲੜੀ ਜਾਏ ਤੇ ਮੈਂ ਸਮਝਦਾ ਸ਼੍ਰੋਮਣੀ ਕਮੇਟੀ ਤੋਂ ਜੇ ਕਿਤੇ ਬਾਦਲ ਨੂੰ ਪਾਸੇ ਕੀਤਾ ਜਾਏ ਕਿਉਂਕਿ ਅਸੈਂਬਲੀ ਹਾਰ ਵੀ ਜਾਏ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਉਹਦੇ ਹੱਥ ਵਿੱਚ ਆ ਮਿੰਨੀ ਅਸੈਂਬਲੀ ਉਹ ਮੁੱਖ ਮੰਤਰੀ ਉਹਨਾਂ ਚਿਰ ਬਣਿਆ ਹੀ ਰਹਿਣਾ ਸਭ ਤੋਂ ਪਹਿਲੀ ਹੈ ਕਿ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਸਾਡੇ ਸਿੱਖਾਂ ਦੇ ਹੱਥ ਵਿੱਚ ਆਉਣੀ ਚਾਹੀਦੀ ਹੈ ਔਰ ਅੱਜ ਦੇ ਮਤਿਆਂ ਵਿੱਚ ਤੁਸੀਂ ਇਹਨੂੰ ਪ੍ਰਵਾਨਗੀ ਦੇਣੀ ਹੈ ਇਹ ਸਾਰੇ ਮਤੇ 8 ਸੁਸਾਇਟੀਆਂ ਵੱਲੋਂ ਇਹ ਉਲੀਕੇ ਗਏ ਨੇ ਉਹ ਪੜ੍ਹ ਕੇ ਤੁਹਾਨੂੰ ਸੁਣਾਏ ਜਾਣਗੇ ਸੋ ਮੈਂ ਬਹੁਤਾ ਸਮਾਂ ਆਪ ਜੀ ਦਾ ਨਾਂ ਲਵਾਂ ਕਿਉਂਕਿ ਜਿੰਨੀਆਂ ਵੀ ਇਹ ਗੱਲਾਂ ਨੇ ਸਾਰੀਆਂ ਉਹਨਾਂ ਮਤਿਆਂ ਵਿੱਚ ਆ ਜਾਣੀਆਂ ਪਰ ਮੈਂ ਤੁਹਾਡਾ ਸਮੁੱਚੀਆਂ ਸੰਗਤਾਂ ਦਾ ਜੋ ਤੁਸੀਂ ਗੁਰਦੁਆਰਾ ਸਾਹਿਬਾਨਾਂ ਦੇ ਸੱਦੇ ਪੱਤਰ ਤੇ ਇੱਥੇ ਸਾਰੇ ਹੁੰਮ ਹਵਾ ਕੇ ਪਹੁੰਚੇ ਕਿਉਂਕਿ ਹਰ ਇੱਕ ਦੇ ਅੰਦਰ ਇਹ ਦਰਦ ਹੈ ਕਿ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਜਿਹੜੀ ਹੋਈ ਹੈ ਸਿੱਖ ਆਪਣਾ ਇਸ ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ ਤੇ ਜਦੋਂ ਕਿਸੇ ਦੀ ਇਸ ਤੇ ਕੋਈ ਹਮਲਾ ਹੁੰਦਾ ਹੈ ਉਦੋਂ ਹਰ ਇੱਕ ਸਿੱਖ ਦਾ ਹਿਰਦਾ ਕਲੁੰਦੜਿਆ ਜਾਂਦਾ ਹੈ ਔਰ ਉਹ ਆਪਣੀਆਂ ਅੱਖਾਂ ਦੇ ਵਿੱਚੋਂ ਲਹੂ ਦੇ ਅੱਥਰੂ ਰੋਂਦਾ ਹੈ ਅੱਜ ਹਰ ਇੱਕ ਸਿੱਖ ਦਾ ਦਿਲ ਰੋ ਰਿਹਾ ਹੈ ਔਰ ਅਸੀਂ ਉਸ ਦਰਦ ਨੂੰ ਲੈ ਕੇ ਇੱਥੇ ਇਕੱਤਰ ਹੋਏ ਹਾਂ ਤੁਹਾਡਾ ਆਇਆ ਸਾਰਿਆਂ ਦਾ ਧੰਨਵਾਦ ਔਰ ਜਿਹੜੇ ਵੀ ਅੱਜ ਇੱਥੇ ਫੈਸਲੇ ਹੋਣੇ ਨੇ ਸਰਬ ਸੰਮਤੀ ਦੇ ਨਾਲ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਉਹਨਾਂ ਫੈਸਲਿਆਂ 'ਤੇ ਆਪਾਂ ਵੀ ਪਹਿਰਾ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬਾਨਾਂ ਦੇ ਨਾਲ ਪੰਥਕ ਜਥੇਬੰਦੀਆਂ ਸਿੱਖ ਫੋਰ ਜਸਟਿਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਚ ਪ੍ਰਧਾਨ ਨੇ ਜਿੰਨੀਆਂ ਵੀ ਜਥੇਬੰਦੀਆਂ ਹਨ ਉਹ ਸਹਿਯੋਗ ਦੇ ਰਹੀਆਂ ਹਨ ਅਤੇ ਨਾਲ ਦੀ ਨਾਲ ਸਤਸੰਗਤ ਜੀ ਮੈਂ ਬੇਨਤੀ ਕਰਾਂਗਾ ਸਰਬਜੀਤ ਸਿੰਘ ਉਹਨਾਂ ਨੇ ਬੋਲਣਾ ਹੈ ਗੁਰਦੁਆਰਾ ਸਾਹਿਬ ਸਪੋਰਟ ਗੁਰਦੁਆਰਾ ਸਾਹਿਬ ਕਲਗੀਧਰ ਦੇ ਪ੍ਰਧਾਨ ਜਿਹੜੀ ਕਿ ਪਿੱਛੇ ਜਿਹੇ ਚੋਣ ਹੋਈ ਉਹਨਾਂ ਦੇ ਵਿੱਚ ਸੇਵਾ ਮਿਲੀ ਹੈ ਸੰਗਤ ਵੱਲੋਂ ਭਾਈ ਸਾਹਿਬ ਜੀ ਨੂੰ ਉਹਨਾਂ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸੁੱਖ ਧਾਲੀਵਾਲ ਜਿਹੜੇ ਕਿ ਕੈਂਡੀਡੇਟ ਹਨ ਇਲੈਕਸ਼ਨ ਦੇ ਵਿੱਚ ਜਿਹੜੀ ਕੱਲ੍ਹ ਹੋ ਰਹੀ ਉਹਦੇ ਵਿੱਚ ਖੜ੍ਹੇ ਸਤਸੰਗ ਜੀ ਉਹ ਇਨਸਾਨ ਹੈ ਜਦੋਂ ਸਿੱਖ ਕੌਮ ਨੂੰ ਲੋੜ ਪਈ ਜਦੋਂ ਜੈਨੋਸਾਈਡ ਜਿਹੜਾ ਕਤਲੇਆਮ ਸਿੱਖਾਂ ਦਾ ਹੋਇਆ ਸੀ ਅਤੇ ਉਹ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਈ ਗਈ ਸੁੱਖ ਧਾਲੀਵਾਲ ਜੀ ਵੱਲੋਂ ਕਿਉਂਕਿ ਸਿੱਖ ਕੌਮ ਹਮੇਸ਼ਾ ਹੀ ਜਿਸ ਨੇ ਵੀ ਇਸ ਦੇ ਲਈ ਹੱਦ ਨਾਰਾ ਮਾਰਿਆ ਸਿੱਖ ਕੌਮ ਹਮੇਸ਼ਾ ਉਹਨਾਂ ਨੂੰ ਦਿਲਾਂ ਦੇ ਵਿੱਚ ਰੱਖਦੀ ਹੈ ਮੈਂ ਬੇਨਤੀ ਕਰਾਂਗਾ ਸੁੱਖ ਧਾਲੀਵਾਲ ਜੀ ਨੂੰ ਅਤੇ ਉਪਰੰਤ ਸਰਬਜੀਤ ਸਿੰਘ ਜੀ ਅਤੇ ਉਪਰੰਤ 1-2 ਬੁਲਾਰਿਆਂ ਤੋਂ ਬਾਅਦ ਆਪਾਂ ਜਿਹੜੇ ਆਪ ਸੰਗਤਾਂ ਦੀ ਪ੍ਰਵਾਨਗੀ ਲੈਣੀ ਹੈ ਮਤਿਆਂ ਦੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜਦੋਂ ਇਹ ਘਟਨਾ ਬਾਰੇ ਸੁਣਿਆ ਔਰ ਬੱਚਿਆਂ ਨੇ ਸਾਡਿਆਂ ਨੇ ਮੇਰਿਆਂ ਨੇ ਇਹ ਸੁਣਿਆ ਤਾਂ ਉਹ ਦੇਖਦੇ ਆ ਕਿਉਂਕਿ ਪੋਲੀਟੀਕਲ ਮਾਹੌਲ 'ਚੋਂ ਜਦੋਂ ਲੰਘਦੇ ਸੀ ਤਾਂ ਵਾਰ ਵਾਰ ਜਿਹੜਾ ਸੀਗਾ ਉਹ ਜਦੋਂ ਮੈਂ ਕਹਿੰਦਾ ਕਿ ਮੈਂ ਇਹ ਦੇਸ਼ ਚੁਣਿਆ ਸੀਗਾ ਉਹ ਚੁਣਿਆ ਸੀ ਕਿ ਅੱਜ ਅਸੀਂ ਟੂਡੋ ਦਾ ਜਨਮਦਿਨ ਵੀ ਆ ਉਸ ਨੇ ਚਾਰਟਰ ਆਫ ਰਾਈਟਸ ਐਂਡ ਫਰੀਡਮ ਜਿਹੜੇ ਸੀ ਇਸ ਦੇਸ਼ ਦੇ ਵਿੱਚ ਲਿਆਉਂਦੇ ਸੀਗੇ ਇਹ ਇੱਕ ਦੇਸ਼ ਹੈ ਐਸਾ ਜਿਹਦੇ ਵਿੱਚ ਹਰ ਇੱਕ ਇਨਸਾਨ ਜਿਹੜਾ ਹੈ
वह बराबरता माण रहा और हर एक जड़ा है धर्म होवे कोई साडा रंग होवे साडा कोई जेंडर होवे असी जिहड़ी इक्वैलिटी इत्थे जिहड़ी है वह बरकरार है। यही मेरे बच्चे कहते ने भी डैड वी यू हैव कम सो फार के और तू जिहड़ा इस विषय के उत्ते कंसिस्टेंट रहा सारी जिंदगी ये तू सानू जिहड़ा है साडे लई जिथे रोल मॉडल बनिया। अज भी मैं इतने जो मैं देखता सी मैं टैलीफोन कॉल जा रही सी जा टैक्सट मैसेज आ रहे थे जिहड़े इत्थे बच्चे बॉर्न होए ने उन्होंने जिहड़े सीगे वह इस गल बारे बड़े चिंतित सीगे कि यह गल हुई बड़ी माड़ी गल आ और मैं इस जिहड़ा है अज तुहाडे नाल जिहड़ा है वह इत्थे शरीक होकर जिहड़ा है जिहड़े परिवार जिन्होंने लूज किया वो और गुरु साहब की जिहड़ी बेअदबी हुई है उस लई मैं दुख का जिहड़ा प्रगटावा करदा और कल लोगों ने जिहड़ा है नवी सरकार चुन देनी है उस तो बाद जिहड़ा है मैं कहना भी अगे भी जो गल हुई सी सानू इस पोलीटिकल जिहड़ा है पार्टीजन पॉलिटिक्स नहीं बनानी चाहिए जो इहोजा इशू आता है अगे भी जो जेनोसाइड की गल जिहड़ी सी पार्लीमेंट चाहिए मैं दावे ना कह सकता कि जो इतने सिख स्पा जस्टिस वाले आए थे मिस्टर पन्नू नाल गरेवाल से इतों पारी दुल्लेवाणी जो पहली बार मैं मिले मैं उन्होंने ये कहा भी इसमें असं इशू ये ना बनाइए कि भी ये लिबरल का इशू है जां एनडीपी का इशू है जां कंजरवेटिव का इशू है ये एक ह्यूमैनिटी का इशू हैगा सानू सारे इस पर रल के चलना चाहिए। उस दिन जदों उस पार्लीमेंट के जिहड़ी सी आवाज़ जिहड़ी सी वो साडे चुने हुए नुमाइंदियां दी बंद की जा रही सी फिर मैनू जिहड़ा सीगा हौसला किया उहदे भी मेरे बच्चों ने मैं हौसला दिता मेरी वड्डी डॉटर ने कि डैड स्टे स्ट्रोंग यू आर इलैक्टेड मैंबर ऑफ पार्लीमेंट एंड यू कैन रिमेन इलैक्टेड मैंबर ऑफ पार्लीमेंट एंड टेल द पीपल ऑफ सरी न्यूटन डेल्टा ग्रेटर। मैं कह सकता अपने करेज के नाल उस दिन मैं जो फैसला लिया सी कि अज कैनेडा च रेंदे हुए जिहड़ा इंसान ये फील करता भी नॉन पार्टीजन इशू है एक ह्यूमैनिटी का इशू है उत्थे फिर जो साडी पार्लीमेंट दी साडी आवाज़ बंद की जाए मैं उसनू ना बर्दाश्त करते हुए उस वेले जिहड़ा सी इह स्टैप लैंदे हुए जिहड़ा जेनोसाइड का इशू जिहड़ा सी उत्थे उदों उठाया उहदे चाहे जो भी हरजाना मैनू मेरे परिवार को भुगतना पिया लॉन्ग टर्म उहदे तो मैं कदे परवाह नहीं की और मैं अज भी ये कहना कि जो ये अज होया वो असी सारे मैंबरस के नाल डजनट मैटर कि पार्टी की मैं उन्होंने नाल लैके चलूँगा और असी इस इशू के उत्ते जी है एक यूनाइटेड आवाज़ उठावे कि योजी हरकत जी है सब का धनवादी है कि तुम एड्डी वीड्डी गिणती के बच्चे बीबिया भैन बजुर्ग आए हो और ये सानू भी इंस्पीरेशन मिलती हौसला मिलता कि जे असी आवाज़ जी है वो उत्थे लैके जानी है तो तुम जड़ा जी इतने बहुत मजबूत हैं उन्हें कहता है मैं थोड़े नाल जोड़ा खड़ा इस समय मोटे का मोटा ला के और खड़ा रहूँगा इतने की मान जात सिंह फतेह प्रवान वाहेगुरु जी बेनती करा मैं धर्म सिंह जी ने एक मिनट वास्ते संगत विचार साझी कर नाल दी नाल स्टेज के उपर आ जाना गुरद्वारा कलगीधर साहब के प्रधान सरदार सरजीत सिंह जी वाहेगुरू जी का खालसा वाहेगुरू जी की फतेह। गुरु रूप साध संगत जी वाहेगुरू जी का खालसा वाहेगुरू जी की फतेह। पता 78 तो लैके 84 तक 84 तो लैके 92 तक 92 तो लैके अज तक जो इन्हां लोकां दा हिंद सरकार दा पंजाब सरकार दा खास तौर ते उहदे च बादल RSS दा जिहड़ा रोल आ इहदे ते सानूं वर्क करन दी लोड़ आ। गुरु ग्रंथ साहिब दी नित प्रतिदिन हो रही बेअदबी की कारण ने इह सब नूं भली पता चंगी तरह पता वा उन्हों आप रिपीट करिए ना करिए बहुता फर्क नहीं पैंदा गल तो इस चीज़ को आप प्रिवेंट किवें करना जिवें कहिंदे ने हाथी दे पैर च सब दी पैड़ आ जाती है। इस गल का 47 तो लैके सिख कौम की हो रही बेहरमती सिखा तो हो रहे जुल्म
सिखां दा हो रहा कतलेआम इहदा मुख कारण गुलामी आ। आजादी दवाउण वाले असी ते आजादी दा नायक मानण वाले होर इस चीज नू जिन्ना चिर हरेक वीर भैण बच्चा बच्ची आप अपने मन दे विच नहीं बसा लैंदे उन्ना चिर अपना कुछ नहीं होना। ये गल आपां हुण पॉजिटिव तरीके नाल करनी पैनी आ क्योंकि सानू आम तौर पर यही हुण दस्या जा रहा असी जी राज नहीं कर सकते, असी पाटे होए आ, असी पाटो धाड़ होए आ, कदे असी दुनिया दे विच राज नहीं करांगे। मैं कल एक वीर दे नाल यही गल कर रहा सी, फिर असी गुरु साहब उसदे साजे हुए खालसा नू गुरु साहब के बचना उलटा रहे हैं। जिहड़ा असली सिखा गुरु का सिखा गुरु के बचन कदे भी नहीं उलटा सकता। गुरु साहब ने सानू सरदारियां बख्शिया ने, राज बख्शिया जा, हुण तो दो हुण तक दो या तीन बार सिखा का राज आया दुनिया के विच, अज तक कदे भी ऐसा राज नहीं आया, ना डेमोक्रेटिक ना किसी भी होर तरह का राज जिहा जिहा बाबा वकील सिंह, बाबा बंदा सिंह बहादुर, महाराणा रणजीत सिंह, पर कुछ ऐसे साढ़े विद्वान ने जां कुछ कह लो की कारण ने जां उन्हां नूं कोई ऐसी पढ़ाई कराई जा रही आ, इन्हां सूरबीरां ते ऐसे इल्जाम ला के सानूं नीवा दिखा रहे हैं जिन्हां नूं कि असीं बार बार दुनिया दे विच इह कहिण दी कोशिश कर रहे हैं बई सिख एक वधिया राज कर सकता, सब तो वधिया सारिआं दे नाल इक्वैलिटी दे नाल कम कर सकता, पर असी साडियां स्टेजां तो सानू जिहड़े भी कोई प्रचारक जां कोई भी बुलारे आके इह गल कहिंदे ने असी राज नहीं कर सकदे, उहनां नूं इह कहिणा पैणा वा इह गल ना करो, असी राज कर सकदे आ ते करांगे। एक अपनी संगत दे विच इह गल मैं थोड़ी जी करनी चाहुंदा खुल के, जतन बहुत सुख के किए दुख को कियो ना कोए, कहो नानक हर भज मना आप हर भावे सो होए। असी सारे सुखा दे जतन करते हैं, ये करते हैं भी साढ़े को कोई तत्ती बाह ना लग जाए, ता ही असी डेमोस्ट्रेशनां दे विच जां जालम लोगों के विरोध के खड़न लई असी कदे भी राजी नहीं होंदे, अपने घरों के अपने सोफिया से बैठ के अपनिया लग्जरी कारां दे विच बैठ के कहिंदे परा हो। पर वीरो एक गल आ, जिद्दण दुख आउणा कि ना थोनू लग्जरी गड्डिया दे विच शीशे दे महलां दे विच बैठिया नू भी आ जाणा, पता नहीं किहदे बच्चे नू बीमारी हो जाणी है, किस नू आप नू बीमारी हो जाणी आ। सीनियर सेंटर जाके देखो, ओल्ड एज सेंटर जाके देखो किवें बजुर्ग तड़फ रहे ने। प्लीज जिथे गुरु नाल आपां जे प्यार करन वाले आ, गुरु अज संत महापुरश संत जरनैल सिंह भिंडरां वालिआं दे बचन इक मैं दोहराउणे चाहुणा, वो बार बार ही कहिंदे सी जिवें मुसलमान लई मक्के तो पड़े परे उजाड़ आ, सिख दे लई भी गुरु ग्रंथ साहिब तो परे उजाड़ आ। जिहड़ा सिख अज भी उस जालमां दा जां उहनां दे चपली झाड़ां दा साथ दे रहे ने, अज अपनी श्रोमणी कमेटी मैंबर इत्थे आए असीं उहनां दा बहुत धन्नवाद करदे हाँ। बहुत चेहरे इत्थे बैठे ने देख रहे ने, आपां नूं लगदा हुंदा वी दुनिया नूं पता नहीं, जे शायद दुनिया नूं ना भी पता होवे उस अकाल पुरख वाहिगुरू नूं उस गुरु नूं पता वी असीं अंदर लुक के की कर रहे हाँ, किन्हां दा साथ दे रहे हाँ, किन्हां नूं अपनियां स्टेजां ते बुला रहे हाँ। कृपा करके अज भी समा इंसान अपने इमानदारी दे नाल उन्हां लोकां दा साथ छड्ड के गुरु अपने पंथ दे विच शामिल होवो ते कौम दी आजादी दी गल करो। जे नहीं कर सकदे चुप करके घरां दे विच बैठ जाओ, गुर अपने साडियां कौमी स्टेजां ते कब्जा करन, कौम नूं कंट्रोल करन दी कोशिश ना करो, किते साडा हाल भी मसंदा वाला ना हो जावे, साडा हाल भी किते गदाफी वाला ना होवे। एक कह रहे ने हो नहीं सकता, बहुता दूर नहीं समा, करन कराउण वाला तां अकाल पुरख वाहिगुरू आ, पर कृपा करके सिर भी आपां हिला रहे हां, उहनां दा साथ छड्ड दिओ, छड्ड दिओ, छड्ड दिओ, अजे भी समा वा। देख रहे ने ओह चेहरे, संगत नूं पता वा
ਉਹਨਾਂ ਦਾ ਸਾਥ ਛੱਡ ਕੇ ਕੌਮ ਦੇ ਵਿੱਚ ਕੌਮ ਹਜੇ ਵੀ ਤੁਹਾਡਾ ਸਤਿਕਾਰ ਕਰੂਗੀ, ਨਹੀਂ ਤਾਂ ਇਹ ਗੱਲ ਨਾ ਹੋਵੇ ਵੀ ਕੌਮ ਤੁਹਾਨੂੰ ਇੱਥੇ ਵੀ ਖਿੱਚ ਤੂੰ ਕਰਦੀ ਫਿਰੇ, ਤੁਹਾਡੇ ਘਰਾਂ ਦਾ ਘਰਾਓ ਕਰੇ। ਕਿਰਪਾ ਕਰਕੇ ਇਹੀ ਬੇਨਤੀ ਆ, ਆਪਣੇ ਹਜੇ ਵੀ ਸਮਾਂ ਡੁੱਲੇ ਬੇਰਾਂ ਦਾ ਬਹੁਤ ਇਕੱਠੇ ਕਰਨ ਦਾ ਕਰ ਸਕਦੇ ਹਾਂ, ਕੁਛ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਆ ਜਾਵੇ। ਕੌਮ ਹੱਥ ਬਾਹਾਂ ਖੋਲ ਕੇ ਖੜੀ ਆ, ਪਰ ਚੁਸਤੀਆਂ ਚਲਾਕੀਆਂ ਨਾ ਕਰਿਓ। ਗੁਰੂ ਕਾ ਖਾਲਸਾ, ਗੁਰੂ ਪਰਮਾਤਮਾ ਸਭ ਜਾਣੀ ਜਾਣਾ। ਜੇ ਕੋਈ ਆ ਵੀ ਰਿਹਾ ਵਾ, ਚਾਹੇ ਪੰਜਾਬ 'ਚ ਚਾਹੇ ਇੱਥੇ, ਇਹ ਨਾ ਕਹੇ ਵੀ ਮੈਂ ਕੌਮ ਨੂੰ ਵਿੱਚ ਵੜ ਕੇ ਇਨਫਿਲਟ੍ਰੇਸ਼ਨ ਕਰਕੇ ਫਿਰ ਕੌਮ ਦੀ ਪਿੱਠ 'ਚ ਛੁਰਾ ਮਰਵਾ ਜੂੰਗਾ। ਇਹ ਸਮਾਂ ਹੁਣ ਸ਼ਾਇਦ ਨਹੀਂ ਆਊਗਾ, ਤੁਸੀਂ ਆਪਣੀਆਂ ਗਰਦਨਾਂ ਬਚਾਇਓ। ਇਹੀ ਕਹਿਣ ਦਾ ਇੱਕ ਮੈਂ ਨਾਰਾ ਲਵਾਉਣਾ ਵਾ ਹੁਣ, ਜੇ ਆਪਣੀ ਜਾਗਦੀ ਜ਼ਮੀਰ ਆ, ਗੁਰੂ ਨਾਲ ਪਿਆਰ ਆ, ਸਾਨੂੰ ਜੇ ਲੱਗਦਾ ਵੀ ਅਸੀਂ ਗੁਲਾਮ ਹਾਂ, ਤਾਂ ਜ਼ੋਰ ਦੇ ਨਾਲ ਪੂਰੀ ਬੁਲੰਦ ਆਵਾਜ਼ ਦੇ ਵਿੱਚ ਜਿੰਦਾਬਾਦ ਕਹਿ ਦਿਓ, ਨਹੀਂ ਅਸੀਂ ਤਾਂ ਆਪਣਾ ਕੰਮ ਕਰੀ ਜਾਣਾ। ਜਿੱਦਣ ਸਾਡਾ ਗੁਰੂ ਸਾਡੇ 'ਤੇ ਬਖਸ਼ਿਸ਼ ਕਰੂਗਾ, ਅਸੀਂ ਰਾਜ ਲਵਾਂਗੇ। ਲਿਆ ਵਾ ਅਤੇ ਸਾਨੂੰ ਇਹ 'ਚ ਕੋਈ ਬੇਯਕੀਨੀ ਨਹੀਂ, ਗੁਰੂ ਸਾਹਿਬ ਪਰਮਾਤਮਾ, ਕਿਉਂਕਿ ਸਾਨੂੰ ਪੈਦਾ ਹੀ ਰਾਜ ਕਰਨ ਲਈ ਕੀਤਾ ਗੁਰੂ ਸਾਹਿਬ ਸਾਨੂੰ, ਪਰਮਾਤਮਾ ਸਾਨੂੰ ਆਪਣਾ ਘਰ ਘਾਟ ਆਪਣਾ ਰਾਜ ਦੇਵੇਗਾ। ਖਾਲਸਤਾਨ 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 ਖਾਲਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸੰਗਤ ਦਾ ਧੰਨਵਾਦ ਕਰਦਿਆਂ ਹੋਇਆ ਨਾਲ ਬੁਲਾ ਰਹੇ ਹਨ ਜਿਹੜੇ, ਕਿਉਂਕਿ ਹਰੇਕ ਹੀ ਪੰਥ ਦਰਦ ਰੱਖ ਕੇ ਆਇਆ, ਹਰੇਕ ਦਾ ਮਨ ਦੇ ਵਿੱਚ ਬਲਬਲੇ ਆ। ਪਰ 6 ਵਜੇ ਤੱਕ ਸਤਸੰਗ ਜੀ ਆਪਣੇ ਕੋਲ ਹਾਲ ਜਿਹੜਾ ਸਿਰਫ 6 ਵਜੇ ਤੱਕ ਹੀ ਹਾਲੇ, ਆਪਾਂ ਪ੍ਰਵਾਨਗੀ ਲੈਣੀ ਆ ਸੰਗਤਾਂ ਦੇ ਕੋਲੋਂ। ਜਗਰੂਪ ਸਿੰਘ ਬਰਾੜ ਉਹ ਵੀ ਆਏ ਹੋਏ ਹਨ, ਆਪਣੇ MLA ਹੁੰਦੇ ਸੀ, ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਹੋ ਸਕਦਾ ਬਹੁਤ ਬੁਲਾਰੇ ਇਹਦੇ ਵਿੱਚੋਂ ਰਹਿ ਜਾਣਗੇ, ਸਾਰਿਆਂ ਨੂੰ ਭਗਤਾ ਨਹੀਂ, ਕਿਉਂਕਿ ਆਪਾਂ ਪ੍ਰੋਗਰਾਮ ਵੀ ਦੇਣਾ। ਅੱਜ ਸ਼ਿੰਗਾਰ 'ਚ ਮੁੱਕ ਨਹੀਂ ਗਿਆ, ਖਾਲਸਾ ਜੀ ਅੱਜ ਸੜਕਾਂ ਦੇ ਉੱਪਰ ਹਾਲੇ ਖਾਲਸਾ ਪੰਥ ਬੈਠਾ ਪੰਜਾਬ ਦੇ ਵਿੱਚ, ਉਹਨਾਂ ਲਈ ਆਪਾਂ ਕੋਈ ਪ੍ਰੋਗਰਾਮ ਵੀ ਦੇ ਕੇ ਜਾਣਾ ਆ, ਜਿਹੜਾ ਕਿ ਬਾਅਦ ਦੇ ਵਿੱਚ ਉਹਦੇ 'ਤੇ ਢੋਕ ਕੇ ਕੰਮ ਕੀਤਾ ਜਾ ਸਕੇ। ਮੈਂ ਬੇਨਤੀ ਕਰਾਂਗਾ ਗਗਨ ਸਿੰਘ ਅਤੇ ਬ੍ਰਹਮ ਸ਼ਰਮ ਸਿੰਘ ਇਹਨਾਂ ਸੱਜਣਾਂ ਨੂੰ ਮੈਂ ਬੇਨਤੀ ਕਰਾਂਗਾ ਕੋਈ ਪ੍ਰੋਗਰਾਮ ਦਿੱਤਾ ਜਾਵੇ ਕਿ ਵਾਰ ਵਾਰ ਹੁਣ ਆਪਾਂ ਉਹ ਗੱਲ ਨੂੰ ਜਿਹੜਾ ਇਤਿਹਾਸ ਨੂੰ ਨਾ ਦੁਹਰਾਈਏ, ਹੁਣ ਪੁਆਇੰਟ 'ਤੇ ਆ ਕੇ ਕੋਈ ਨਾ ਕੋਈ ਸਲੂਸ਼ਨ, ਕੋਈ ਨਾ ਕੋਈ ਕੌਮ ਨੂੰ ਆਪਾਂ ਪ੍ਰੋਗਰਾਮ, ਅਤੇ ਆਪਾਂ ਇੱਥੇ ਬੈਠੇ ਕੀ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਬੇਨਤੀ ਕਰਾਂਗਾ ਜਿਹੜੇ ਵੀਰ ਮਾਤਾ ਜੀ ਬਜ਼ੁਰਗ ਜਿਹੜੇ ਆ ਪੌੜੀਆਂ ਦੇ ਵਿੱਚ ਬੈਠੇ, ਪਲੀਜ਼ ਇਹ ਫਾਇਰ ਹੈਜ਼ਰਡ ਆ, ਉਹਨਾਂ ਨੇ ਆਪਾਂ ਨੂੰ ਹੌਲ ਦੁਬਾਰਾ ਨਹੀਂ ਦੇਣਾ, ਆਪਾਂ ਨੂੰ ਇੱਥੋਂ ਜਗ੍ਹਾ ਖਾਲੀ ਕਰਨੀ ਪੈਣੀ ਆ, ਇੱਧਰਲੀ ਸਾਈਡ ਆ ਕੇ ਆਪਾਂ ਖੜ ਸਕਦੇ ਹਾਂ, ਪਲੀਜ਼ ਰਿਕੁਐਸਟ ਇਹ। ਪਾਤਸ਼ਾਹ ਦਾ ਹੁਕਮ ਹੈ ਕਬੀਰ ਸਾਚਾ ਸਾਚਾ ਸਤਿਗੁਰ ਕਿਹਾ ਕਰੇ, ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗਈ, ਜੋ ਬਾਸ ਵਜਾਈਏ ਫੂਕ। ਕਈ ਵਾਰੀ ਅਸੀਂ ਗੱਲਾਂ ਦਾ ਬਹੁਤ ਕਰਦੇ ਹਾਂ ਪਰ ਕਦੇ ਅਸੀਂ ਉਹਨਾਂ ਦੇ ਅਮਲ ਨਹੀਂ ਕੀਤਾ, ਸ਼ਾਇਦ ਇਸੇ ਕਰਕੇ ਪਾਤਸ਼ਾਹ ਨੂੰ ਫਰਮਾਨ ਕਰਨਾ ਪਿਆ ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ। ਇੱਕ ਚੀਜ਼ ਜਿਹੜੀ ਆਪਾਂ ਹੁਣ ਤੱਕ ਨਹੀਂ ਛੂਈ, ਇਸ ਆਪਣੀ ਇਕੱਤਰਤਾ ਕਾਹਦੇ ਲਈ ਹੋਈ, ਕੀ ਚੱਕਰ ਬਣਿਆ ਜਾਂ ਕੀ ਵਿਧਾਨ ਹੋਇਆ ਜਿਹੜਾ ਇੱਥੋਂ ਤੱਕ ਸਾਰੀ ਸੰਗਤ ਨੂੰ ਸਾਰੀ ਦੁਨੀਆਂ ਦੇ ਵਿੱਚ ਈਵਨ 2 ਸਿੰਘਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਖਾਲਸਾ ਜੀ, ਚੋਰ ਘਰ ਦੇ ਵਿੱਚ ਉਦੋਂ ਆਉਂਦਾ ਆ ਜਦੋਂ ਤੁਸੀਂ ਚੌਕੀਦਾਰ ਦੇ ਮੋਢਿਆਂ 'ਤੇ ਜ਼ਿੰਮੇਵਾਰੀ ਸਿੱਟ ਕੇ ਤੁਸੀਂ ਸੌਂ ਜਾਂਦੇ ਆ। ਚੌਕੀਦਾਰ ਸਾਰੀ ਰਾਤ ਕਹਿੰਦਾ ਰਹਿੰਦਾ ਜਾਗਦੇ ਰਹੋ ਜਾਗਦੇ ਰਹੋ, ਪਰ ਅਸੀਂ ਪਤਾ ਨਹੀਂ ਕਿਹੜੀ ਨੀਂਦ ਦੇ ਵਿੱਚ ਸੁੱਤੇ ਹਾਂ। ਭਾਵੇਂ ਅਸੀਂ ਆਪਣੇ ਜਥੇਦਾਰਾਂ ਤੇ ਗੱਲ ਛੱਡ ਦਈਏ, ਭਾਵੇਂ ਅਸੀਂ ਆਪਣੇ ਪ੍ਰਬੰਧਕਾਂ ਦੇ ਕਿਸੇ ਤੇ ਵੀ ਛੱਡ ਦਈਏ, ਜਿੰਨੀ ਦੇਰ ਆਮ ਸੰਗਤ ਉੱਠ ਕੇ ਖੜੀ ਨਹੀਂ ਹੁੰਦੀ
उन्नी देर आप कोई आस नहीं रख सकते। कोई कौम का जथेदार आ जाए, कोई भी आ जाए, जिनी देर साढ़े ने जरूरत नहीं होंगी कि असं सच को सच कह सकते हैं, उन्नी देर चाहे कोई भी आ जाए साडा कदे बचा नहीं हो सकता। ये सानू सोचना पैना, महाराज ने सानू बख्शिश की, महाराज ने हर जगह सानू गुरबाणी के राही सानू सिक्ख्या दी कि किहड़ी चीज नू किहड़े तरीके दे नाल हैंडल करना। दूजी चीज आवां बेअदबी ते, साडी गफलत दी नींद आंदी कि ज्यादा रुचि आ के असी जिन्नी देर महाराज की बेअदबी बहुत वड्डे पद्धर ते नहीं हुंदी सानू वो बेअदबी नहीं लगती। कल भी गल हुई सी, उत्थे भी यही बेनती की थी, गुरु ग्रंथ साहब की बेअदबी बेअदबी हुंदी आ। शायद साडे दिमागां दे विच इह गल भरी हो कि नहीं, जदों गुरु ग्रंथ साहब दा किते सरूप किते सड़दा आ जां किते पत्रे फड़दे आ फिर ही बेअदबी हुंदी आ। मैं ध्यान लियाउणा चाहूंगा, पिछले साल भी असीं वैनकूवर वाले ओसी दे गुनाहगार आ, 415 सरूपां की बेअदबी हुई सी। असी कहने असी प्रोग्राम देंगे, असी ओ करांगे, असी ओ करांगे, असी मते भी पढ़ांगे, जिन्नी देर असी उन्हां मतियां दे उपर अमल नहीं ना कर सक रहे साडे मते पढ़े बेकार आ। जिन्नी देर संगत उठ के नहीं आउंदी बाहर कि असी उन्हां मतियां दे पहरा देना, उन्नी देर ये सारा कुछ कीता व्यर्थ आ। हर वारी इदां हुंदा, स्पीचां हुंदियां, बड़े लच्छेदार भाषण हुंदे, सारा कुछ हुंदा, जिन्हां दे मामा दे पुत जलजदे ओह कदे वापस नहीं आउंदे। भाषण देण वाले नूं कदे पुछ के देखो, कदे उन्हां दा कदे अपना बच्चा कदे आया मोहरे, कदे असीं कदे खड़े होए आ। मैं सारी संगत विच कमेटियां वाले खड़े आ, माफी चाहुंदा, मैं पुछणा चाहुंदा कि की असीं 415 सरूपां दी बेअदबी दा अज तक असीं कदी ओह मसला सॉल्व कर लिया? हाले भी संगत नूं हाथ जोड़ के बेनती आ कि सुहिरद होइए, जो भी चीज हैगी आ कदे भी असीं प्रबंधकां ते ना छड्डीए। सानू भी सारा कुछ चलाउणा आउंदा, असीं इन्ने न्याणे नहीं, हर कोई अपने घर नूं मैनेज करदा। साडी कम्यूनिटी दे विच अद्धे नालों वध असीं बिजनेसमैन आ। जे असीं अपने बिजनेस चला सकदे आ, की गल असीं आ गुरु दा फर्ज नहीं असीं निभा सकदे? अज इन्ना इकट्ठ जरूर आया। दूजी चीज मैं एक सारे दा ध्यान लियाउणा चाहूंगा साडी याददाश्त ते, एक गल नोट करके अपनी जेबां 'च पर्ची पा लिओ, अज तों 15 दिन बाद किते वी इन्नी संगत इकट्ठी नहीं होणी, जिहदा मतलब इह आ कि जदों दा कोई सिख शहीद हुंदा सी उदों उठ पैंदा, जदों फिर मुड़ के उहदे तों बाद साडी याददाश्त इन्नी गवाड़ी आ, जदों सानूं चेता भुल जांदा आ फिर असीं कदे उस चीज बारे नहीं कदे विचारिया। जिहड़ा हुण अगले प्रोग्राम दी गल आ, मैं हुण संखेप दे विच रखदा जी कि असीं पंजाब दे बादल दा तां असीं गल करी जांदे आ, की असीं कदे जिक्र कीता कि जिहड़ा सरी दे विच बादल बैठा उहदे बारे असीं की करना? सो सारी संगत नूं हाथ जोड़ के बेनती आ कि जिन्ना तुसीं आप जीआं ने अज समां बख्शिया, आप जीआं ने एकत्रता कीती आ, आउण वाले समें दे विच वी इहदी इकट्ठ होऊगा। ते संगत नूं फिर हाथ जोड़ के बेनती आ कि इसे तरह अपनी हाजरी जरूर लवाओ, ਇਹ ਨਾ ਹੋਵੇ ਕਿ ਮੁੜ ਕੇ ਫਿਰ ਜਦੋਂ ਕੱਲ ਠੰਡੀ ਪੈ ਜਾਵੇ ਤੇ ਫਿਰ ਅਸੀਂ ਘਰਾਂ 'ਚ ਬਹਿ ਜਾਈਏ, ਕਿਉਂਕਿ ਜਿਹੜੇ ਸਾਡੇ ਤੇ ਅਤਿਆਚਾਰ ਕਰਦੇ ਉਹਨਾਂ ਨੂੰ ਵੀ ਇਹ ਚੀਜ਼ ਬਾਰੇ ਪਤਾ ਹੈ ਕਿ ਅੱਜ ਇਹ ਸਿੱਖ ਇਕੱਠੇ ਆ, ਭਲਕ ਨੂੰ ਇਹਨਾਂ ਨੂੰ ਚੇਤਾ ਭੁੱਲ ਜਾਣਾ, ਫਿਰ ਕਿਸੇ ਨੇ ਬਾਤ ਨਹੀਂ ਪੁੱਛਣੀ। ਇਹ ਉਹਨਾਂ ਸਿੰਘਾਂ ਦੇ ਪਰਿਵਾਰਾਂ ਨੂੰ ਪੁੱਛਿਆ ਜਾਣੀਏ, ਪੁੱਛਿਆ ਜਾਣੀਏ ਭਾਈ ਕਮਲਜੀਤ ਸਿੰਘ ਸ਼ਹੀਦ ਦੇ ਪਰਿਵਾਰ ਨੂੰ ਕਿ ਉਹਨਾਂ ਦੇ ਮਨਾਂ 'ਤੇ ਕੀ ਬੀਤਦੀ ਸੀ ਜਦੋਂ ਜਥੇਦਾਰ ਕਹਿੰਦੇ ਸੀ ਕਿ ਅਸੀਂ ਮਾਫ ਕਰ ਦਿੱਤਾ ਜੀ ਉਹਨੂੰ। ਸੋ ਇੱਕ ਹੋਰ ਅਖੀਰ ਦੇ ਵਿੱਚ ਇੱਕ ਬੇਨਤੀ ਹੈ ਕਿ ਆਪਾਂ ਇੱਥੇ ਵੀ ਜਿਵੇਂ ਆਪਣੀ ਹਾਜ਼ਰੀ ਦਾ ਸਬੂਤ ਦਿੱਤਾ, ਸੋ ਪਲੀਜ਼ ਬੇਨਤੀ ਆ ਕਿ ਹੁਣ ਸ੍ਰੀ ਗੁਰਦੁਆਰਾ ਸਾਹਿਬ ਸਕਾਟ ਰੋਡ 'ਤੇ ਜਿਹੜਾ
ਸਰੀ ਡੈਲਟਾ ਜਿਹਨੂੰ ਆਪਾਂ ਕਹਿੰਦੇ ਆ ਉਹ ਉੱਥੇ ਵੀ ਸੰਗਤਾਂ ਇਕੱਠ ਹੈ ਤੇ ਕੈਂਡਲ ਲਾਈਟ ਵਿਜਲਿਆ ਆਪਾਂ ਇੱਥੋਂ ਸਮਾਪਤੀ ਕਰਕੇ ਸਿੱਧੇ ਉੱਥੇ ਹੀ ਜਾਈਏ ਅੰਤ ਕਹਿੰਦਾ ਹੋਵੇ ਖਿਮਾ ਦਾ ਜਾਚਕਾ ਨਹੀਂ ਜੇ ਕਿਸੇ ਬਾਰੇ ਕੁਛ ਗਲਤ ਕਿਹਾ ਗਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਸਿੱਖ ਸਭਾ ਤੋਂ ਮਹਿੰਦਰ ਸਿੰਘ ਜੀ ਬੇਨਤੀ ਕਰਾਂਗੇ 2 ਮਿੰਟ ਲਈ ਹਾਜ਼ਰ ਹੋਣ ਜੀ ਗੁਰਦੁਆਰਾ ਸਾਹਿਬ ਸਿੱਖ ਸਭਾ ਤੋਂ ਸਰਦਾਰ ਮਹਿੰਦਰ ਸਿੰਘ ਜੀ ਕੌਮੀ ਦਰਦ ਲੈ ਕੇ ਔਰ ਜ਼ੁਲਮ ਦੇ ਜ਼ਖਮਾਂ ਨਾਲ ਤਰਾਸ਼ੀ ਹੋਈ ਪੂਰੇ ਸੰਸਾਰ ਦੀ ਬੈਠੀ ਹੈ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਬਹੁਤ ਕੁਛ ਆਖਿਆ ਮੈਂ ਜੋ ਉਹਨਾਂ ਆਖਿਆ ਉਹ ਨਹੀਂ ਆਖਾਂਗਾ ਜਿਸ ਲਈ ਆਪਾਂ ਇਕੱਤਰ ਹੋਏ ਹਾਂ ਮੈਂ ਉਹੀ ਦੀ ਗੱਲ ਆਖਾਂਗਾ ਅਸੀਂ ਬਹੁਤਾਂਤ ਵਿੱਚ ਸਟੇਜਾਂ ਤੋਂ ਗੁਰਦੁਆਰਿਆਂ ਵਿੱਚ ਧਾਰਮਿਕ ਇਕੱਠਾਂ ਵਿੱਚ ਜਾਂ ਪ੍ਰਚਾਰਕ ਸ਼੍ਰੇਣੀ ਜਾਂ ਸਾਡੀ ਪ੍ਰਬੰਧਕ ਜਮਾਤ ਇਹ ਗੱਲ ਦੁਹਰਾਉਂਦੀ ਹੈ ਕਿ ਕੌਮ ਨਾਲ ਕੌਮ ਨੇ ਦੂਜੀਆਂ ਕੌਮਾਂ ਲਈ ਕੀ ਕੀਤਾ ਉਹਨਾਂ ਕੌਮਾਂ ਨੇ ਸਾਡੇ ਲਈ ਕੀ ਕੀਤਾ ਔਰ ਸਾਡੇ ਨਾਲ ਕੀ ਵਾਪਰਿਆ ਅਸੀਂ ਇਹਨਾਂ ਦੋ ਗੱਲਾਂ 'ਤੇ ਹੀ ਸੀਮਾ ਰੱਖਦੇ ਹਾਂ ਕਦੇ ਇਹ ਵਿਚਾਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਸਾਡੇ ਵਡੇਰਿਆਂ ਨੇ ਉਹਨਾਂ ਲਈ ਜੋ ਕੀਤਾ ਔਰ ਉਹਨਾਂ ਨੇ ਜੋ ਉਪਜਾਨੇ ਵਿੱਚ ਸਾਡੇ ਲਈ ਕੀਤਾ ਉਹ 'ਤੇ ਅਸੀਂ ਦੁਹਰਾ ਦਿੱਤਾ ਪਰ ਉਹਦੇ ਮੁਕਾਬਲੇ 'ਤੇ ਅਸੀਂ ਸਾਨੂੰ ਕਰਨਾ ਕੀ ਚਾਹੀਦਾ ਅਤੇ ਅਸੀਂ ਕਰ ਕੀ ਰਹੇ ਹਾਂ ਜੋ ਕੁਛ ਸਾਡੇ ਨਾਲ ਹੋ ਰਿਹਾ ਕੋਈ ਹੁਣ ਹੋਣੀ ਨਹੀਂ ਉਹ ਕਰੇਗੇ ਉਹ ਕਰਨਗੇ ਔਰ ਅਸੀਂ ਕਦੇ ਵਿਚਾਰਿਆ ਇਹ ਬੈਠ ਕੇ ਕਿ ਸਾਡੇ ਨਾਲ ਕੀ ਹੋ ਰਿਹਾ ਅਸੀਂ ਕਰ ਕੀ ਰਹੇ ਹਾਂ ਕਰਨਾ ਕੀ ਚਾਹੀਦਾ ਕਦੇ ਨਹੀਂ ਇਹ ਵਿਚਾਰਿਆ ਜਿੰਨਾ ਚਿਰ ਕੌਮ ਇਹ ਨਹੀਂ ਵਿਚਾਰੇਗੀ ਕਿ ਸਾਡੇ ਨਾਲ ਕੀ ਹੋ ਰਿਹਾ ਅਸੀਂ ਕਰ ਕੀ ਰਹੇ ਹਾਂ ਅਤੇ ਕਰਨਾ ਕੀ ਹੈ ਉਤਨਾ ਚਿਰ ਸੁਹਿਰਦ ਕੌਮ ਹੋ ਕੇ ਜਿੰਨਾ ਚਿਰ ਲੜਾਈ ਨਹੀਂ ਲੜਦੀ ਉਨਾ ਚਿਰ ਇਹ ਜਿੱਤੀ ਨਹੀਂ ਜਾ ਸਕਦੀ ਇੱਕ ਗੱਲ ਸਾਰੇ ਪ੍ਰਬੰਧਕ ਵੀਰ ਬੈਠੇ ਹੋ ਪੂਰਾ ਪੰਥਕ ਇਕੱਠ ਹੈ ਸਾਨੂੰ ਇਹ ਸੰਘਰਸ਼ ਸਮੇਂ ਦੇ ਹਾਣੀ ਬਣਾਉਣਾ ਪਏਗਾ ਜਜ਼ਬਾਤੀ ਗੱਲਾਂ ਕਰਕੇ ਨਹੀਂ ਸਰੇਗਾ ਇੱਥੇ ਆਏ ਨੇ ਪਾਰਲੀਮੈਂਟ ਦੀ ਇਲੈਕਸ਼ਨ ਲੜਨ ਵਾਲੇ ਇਹਨਾਂ ਨੇ ਸਰਕਾਰਾਂ ਬਣਾਉਣੀਆਂ ਤੁਹਾਡੇ ਵੱਲ ਬੂਤੇ 'ਤੇ ਕੀ ਇਹ ਤੁਹਾਡੇ ਨਾਲ ਵਾਅਦਾ ਕਰਦੇ ਨੇ ਕਿ ਤੁਸੀਂ ਰਾਬੜੀ ਵੇਚੋਗੇ ਹਿੰਦੁਸਤਾਨੀਆਂ ਨੂੰ ਜਾ ਕੇ ਸਿੱਖਾਂ ਦੀ ਗੱਲ ਕਰੋਗੇ ਪੂਰੇ ਜਿਹੜੇ ਸਰਦਾਰੀ ਕਰ ਰਹੇ ਨੇ ਅੱਜ ਵਰਲਡ ਵਿੱਚ ਅਸੀਂ ਉਹਨਾਂ ਤੱਕ ਅਪਰੋਚ ਕਰੀਏ ਅਸੀਂ ਉਹਨਾਂ ਵਿਦਵਾਨਾਂ ਨੂੰ ਉਹ ਪੜ੍ਹੇ ਲਿਖੇ ਲੋਕਾਂ ਨੂੰ ਉਸ ਕੇਂਦਰ 'ਤੇ ਲਾਈਏ ਇੱਕ ਪ੍ਰਚਾਰਕ ਸ਼੍ਰੇਣੀ ਹੈ ਜਿਹੜੀ ਅੱਜ ਪ੍ਰਚਾਰਕ ਸ਼੍ਰੇਣੀ ਹੀ ਨੱਕ 'ਚ ਦਮ ਕਰ ਦਿੱਤਾ ਪੰਜਾਬ ਦੀ ਸਰਕਾਰ ਦਾ ਅਸੀਂ ਉਸ ਪ੍ਰਚਾਰਕ ਸ਼੍ਰੇਣੀ ਨੂੰ ਵੀ ਤਰਜੀਹ ਦੇਈਏ ਅਸੀਂ ਵੱਖ ਵੱਖ ਫਰੰਟਾਂ 'ਤੇ ਲੜਾਈ ਜਿੰਨਾ ਚਿਰ ਨਹੀਂ ਲੜਾਂਗੇ ਆਪਣੇ ਪਰਿਵਾਰ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਤੱਕ ਉਹਨਾਂ ਚਿਰ ਕੌਮ ਦਾ ਭਲਾ ਨਹੀਂ ਹੋ ਸਕੇਗਾ ਐਵੇਂ ਹੋਛੀਆਂ ਗੱਲਾਂ ਮਾਰ ਕੇ ਅਸੀਂ ਚਲੇ ਜਾਵਾਂਗੇ ਸੁਣ ਕੇ ਚਲੇ ਜਾਵਾਂਗੇ ਮੈਂ ਅੱਜ ਸ੍ਰੀ ਗੁਰੂ ਸਿੰਘ ਸਭਾ ਸ਼ਰੀ ਵੱਲੋਂ ਸੇਵਾਦਾਰ ਹੋਣ ਦੇ ਨਾਤੇ ਨੁਮਾਇੰਦਗੀ ਦੇ ਤੌਰ 'ਤੇ ਆਪ ਜੀ ਨਾਲ ਵਾਅਦਾ ਕਰਦਾ ਜੋ ਸੰਘਰਸ਼ ਕੌਮ ਰਲ ਕੇ ਕਰੇਗੀ ਚਾਹੇ ਉੱਥੇ ਮਾਇਕ ਤੌਰ 'ਤੇ ਹੋਵੇ ਚਾਹੇ ਇਨਸਾਨੀਅਤ ਤੌਰ 'ਤੇ ਹੋਵੇ ਬੰਦਿਆਂ ਦੀ ਲੋੜ ਹੋਵੇ ਕੋਈ ਕੁਰਬਾਨੀ ਦੀ ਲੋੜ ਹੋਵੇ ਸਿੰਘ ਸਭਾ ਹਰ ਵੇਲੇ ਫਰੰਟ 'ਤੇ ਖੜੇਗੀ ਤੁਹਾਡੇ ਨਾਲ ਮੈਂ ਆਖਾਂਗਾ ਸੁਹਿਰਦ ਹੋ ਜਾਓ ਜਿੰਨਾ ਚਿਰ ਸੁਹਿਰਦ ਨਹੀਂ ਹੋਵੋਗੇ ਆਪੋ ਆਪਣੀ ਡੱਪਰੀ ਵਜਾਓਗੇ ਉਤਨਾ ਚਿਰ ਇਹ ਨਹੀਂ ਜੰਗ ਦਿੱਤੀ ਜਾ ਸਕਦੀ ਅਸੀਂ ਸੁਹਿਰਦ ਨਹੀਂ ਹਾਂ ਅਸੀਂ ਪਰਿਵਾਰਾਂ ਵਿੱਚ ਸੁਹਿਰਦ ਨਹੀਂ ਅਸੀਂ ਗੁਆਂਢ ਵਿੱਚ ਸੁਹਿਰਦ ਨਹੀਂ
ਅਸੀਂ ਇੰਟਰਨੈਸ਼ਨਲ ਤੌਰ ਤੇ ਸਹਿਮਤ ਨਹੀਂ, ਉਹ ਅਸੀਂ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਡਰ ਬੈਠ ਜਾਂਦੇ ਹਾਂ। ਉਹਨਾਂ ਨੂੰ ਪਤਾ ਕਿ ਅੱਜ ਅਸੀਂ ਜੋ ਮਰਜ਼ੀ ਕਰ ਲਈਏ ਇਹਨਾਂ ਨੇ ਕੱਲ੍ਹ ਨੂੰ ਆਪੋ ਆਪਣੀ ਡੱਪੜੀ ਵਜਾਉਣੀ ਸ਼ੁਰੂ ਕਰ ਦੇਣੀ ਹੈ। ਤੁਹਾਡਾ ਡਰ ਨਹੀਂ ਹੈ। ਅੱਜ ਪ੍ਰਚਾਰਕ ਸ਼੍ਰੇਣੀ ਨੇ ਆਤਮਿਕ ਤੌਰ ਤੇ ਲੋਕਾਂ ਨੂੰ ਆਜ਼ਾਦ ਕੀਤਾ ਸੀ। ਆਤਮ ਤੌਰ ਤੇ ਗੁਲਾਮ ਹਾਂ। ਗੁਰੂ ਗ੍ਰੰਥ ਸਾਹਿਬ ਜੀ ਕੇਵਲ ਤੇ ਕੇਵਲ ਸਿੱਖ ਨੂੰ ਆਤਮਿਕ ਤੌਰ ਤੇ ਆਜ਼ਾਦ ਕਰਦੇ ਨੇ। ਜਿੰਨਾ ਚਿਰ ਸਾਡੀ ਆਤਮਿਕ ਤੌਰ ਤੇ ਅਸੀਂ ਆਜ਼ਾਦ ਨਹੀਂ ਹੁੰਦੇ, ਸਾਡੇ ਕੋਲ ਸੱਚ ਨੂੰ ਸੱਚ ਕਹਿਣ ਦੀ ਔਰ ਸੱਚ ਤੇ ਲੜਨ ਲਈ ਸਾਡੇ ਕੋਲ ਸ਼ਕਤੀ ਨਹੀਂ ਆਉਂਦੀ ਸਾਡੇ ਅੰਦਰ, ਉਹਨਾਂ ਚਿਰ ਅਸੀਂ ਜਿੱਤ ਨਹੀਂ ਸਕਾਂਗੇ। ਉਹਨਾਂ ਪ੍ਰਚਾਰਕਾਂ ਨੇ ਉਹਨਾਂ ਦੀ ਆਤਮਾ ਨੂੰ ਜਗਾਇਆ ਹੋਇਆ, ਜਾਗਦੀ ਹੋਈ ਆਤਮਾ ਅੱਜ ਸੜਕਾਂ 'ਤੇ ਬੈਠੀ ਰਾਤਾਂ ਕੱਟ ਰਹੀ ਹੈ ਔਰ ਖੂਨ ਡੋਲ ਰਹੀ ਹੈ। ਉਹ ਕੌਮ ਦੇ ਬਾਦਸ਼ਾਹ, ਤੁਸੀਂ ਪਾਣੀ ਵੱਟੇ ਖੂਨ ਮੰਗਿਆ, ਖੂਨ ਦਿੱਤਾ ਤੁਹਾਨੂੰ, ਉਹਦੇ 'ਤੇ ਕੁਰਸੀਆਂ ਡਾਹ ਲਈਆਂ। ਉਹ ਨਹੀਂ ਜ਼ਿੰਮੇਵਾਰੀਆਂ ਲੰਘਾਈਆਂ ਅਕਾਲ ਤਖਤ ਦੀਆਂ ਕੁਰਸੀਆਂ 'ਤੇ ਬੈਠਣ ਵਾਲੇ, ਕਦੇ ਅਕਾਲ ਤਖਤ ਤੋਂ ਹੁਕਮ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਨਾ ਫਤਿਹ ਬੁਲਾਵੇ ਕੋਈ ਵੀ ਸਿੰਘ, ਉਹਦੇ ਅੰਤਰੀਏ ਨੇ ਫਤਿਹ ਨਹੀਂ ਸੀ ਬੁਲਾਈ। ਇਹ ਅਕਾਲ ਤਖਤ ਦਾ ਹੁਕਮ ਸੀ, ਨਹੀਂ ਸੀ ਹੋਈ ਅਰਦਾਸ ਔਰ ਗੋਡੇ ਟੇਕ ਗਿਆ ਸੀ ਮਹਾਰਾਜਾ ਰਣਜੀਤ ਸਿੰਘ। ਐਸੇ ਜੇ ਤਖਤਾਂ 'ਤੇ ਬੈਠਣ ਵਾਲੇ ਲੋਕ ਫਰਜ਼ ਨਿਭਾਉਣ ਲਈ ਮਜਬੂਰ ਕਰਨਾ ਕਿਹਨੇ ਹੈ? ਤੁਸੀਂ ਸਹਿਰਦ ਲੜਾਈ ਲੜ ਕੇ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਸਹਿਰਦ ਹੋ ਜਾਓ। ਆਪਣੇ ਪਰਿਵਾਰ ਤੋਂ ਲੈ ਕੇ ਦੇਸ਼ ਪੱਧਰ ਤੱਕ ਕੌਮ ਲਈ ਦਰਦ ਲੈ ਕੇ ਚੱਲੋ, ਇਹ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਬਿਲਕੁਲ ਪਹਿਰਾ ਦੇਣ ਦੀ ਲੋੜ ਹੈ। ਅੱਜ ਬੇਨਤੀ ਕਰਾਂਗਾ ਸਰਦਾਰ ਹਰਬੰਸ ਸਿੰਘ ਔਜਲਾ 2 ਮਿੰਟ ਲਈ, ਨਾਲ ਦੀ ਨਾਲ ਰਣਦੀਪ ਸਿੰਘ ਸਰਾਏ 1 ਮਿੰਟ ਦੇ ਲਈ, ਸਿਰਫ ਉਹਨਾਂ ਨੇ ਹੱਥ ਨਾਰਾ ਮਾਰ ਕੇ ਆਏ ਹਨ, ਉਹਨਾਂ ਨੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰਫ ਸੀਮਤ ਸਮੇਂ ਦੇ ਵਿੱਚ ਮੈਂ ਟਾਈਮ ਨਹੀਂ ਜ਼ਿਆਦਾ ਲੈਣਾ, ਅਸੀਂ ਅੰਡਰਸਟੈਂਡ ਕਰਦੇ ਹਾਂ ਸਾਰੀ ਗੱਲ, ਕਿਉਂਕਿ ਬਹੁਤ ਸਮਾਂ ਹੋ ਚੁੱਕਾ ਹੈ ਅਤੇ ਹਮੇਸ਼ਾ ਅਸੀਂ ਸਟੇਜਾਂ 'ਤੇ ਬੋਲਦੇ ਰਹਿੰਦੇ ਹਾਂ। ਸਿਰਫ 2 ਮਿੰਟ ਵਿੱਚ ਮੈਂ ਜਿਹੜੀ ਗੱਲ ਆ ਉਹ ਸੀਮਤ ਕਰ ਦਿੰਦਾ। ਗੁਰੂ ਮਹਾਰਾਜ ਦਾ ਫਰਮਾਨ ਹੈ, ਰਾਜ ਬਿਨਾਂ ਨਹਿ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਗੁਰੂ ਰੂਪ ਖਾਲਸਾ, ਪਿਆਰੀ ਸਾਧ ਸਿੰਘ ਜੀਓ, ਆਪ ਨੂੰ ਸਦੀਆਂ ਤੋਂ ਪਹਿਲਾਂ ਗੁਰੂ ਮਹਾਰਾਜ ਨੇ ਸਾਨੂੰ ਇਹ ਸੰਦੇਸ਼ ਦਿੱਤਾ ਹੋਇਆ ਕਿ ਰਾਜ ਤੋਂ ਬਿਨਾਂ ਧਰਮ ਨਹੀਂ ਚੱਲ ਸਕਦੇ। ਤੁਹਾਨੂੰ ਸਭ ਨੂੰ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਸ ਵੇਲੇ ਰਾਜ ਆਇਆ, ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ, ਉਸ ਵੇਲੇ ਸਿੱਖ ਕੌਮ ਦੀ ਚੜ੍ਹਦੀ ਕਲਾ ਸੀ। ਸਿੱਖ ਕੌਮ ਨੇ ਗੁਰਦੁਆਰੇ ਸਾਰੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਵਿੱਚ ਅਤੇ ਜੋ ਮੰਦਰ ਸੀ, ਜੋ ਮਸੀਤਾਂ ਸੀ, ਉਹ ਵੀ ਬਣਾਈਆਂ। ਜੋ ਅੱਜ ਪੰਜਾਬ ਦੇ ਵਿੱਚ ਬਾਦਲ ਸਰਕਾਰ ਦੀ ਹਾਕਮ ਜਮਾਤ ਤੇ RSS ਤੇ BJP ਕਾਂਗਰਸ, ਇਹ ਮਿਲ ਕੇ ਸਿੱਖਾਂ ਦੇ ਦੁਸ਼ਮਣ ਸਾਰੇ ਇਕੱਠੇ ਹੋਏ ਹੋਏ ਹਨ ਅਤੇ ਇਹਨਾਂ ਨੇ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੇ ਪੰਜਾਬ ਦੇ ਵਿੱਚ ਬੇਅਦਬੀ ਕੀਤੀ ਹੈ ਅਤੇ ਜੋ ਜਥੇਦਾਰਾਂ ਨੇ ਜੋ ਅਕਾਲ ਤਖ਼ਤ ਦਾ ਸਰਾਂਤ ਹੈ ਉਸ ਨੂੰ ਢਾਹ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ BC ਦਾ ਇੱਕ ਮੁੱਖ ਸੇਵਾਦਾਰ ਹੋਣ ਦੇ ਨਾਤੇ ਇਹਦੀ ਸਖ਼ਤ ਨਿਖੇਧੀ ਕਰਦਾ ਹਾਂ ਅਤੇ ਆਪ ਸਭ ਨੂੰ ਇਹ ਯਕੀਨ ਦਿਵਾਉਂਦੇ ਹਾਂ ਕਿ ਪਿੱਛੇ ਪੰਜਾਬ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਸਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਰਦਾਰ ਸੁਰਿੰਦਰ ਸਿੰਘ ਮਾਨ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਦੀਪ ਸਿੰਘ ਸਰਾਏ ਤੋਂ ਬਾਅਦ ਜਿਹੜੇ ਮਤੇ ਹਨ ਉਹ ਪੜ੍ਹੇ ਜਾਣਗੇ ਅਤੇ ਪ੍ਰਭ ਚਰਨ ਸਿੰਘ, ਕਿਉਂਕਿ ਪ੍ਰੋਗਰਾਮ ਜਿਹੜਾ ਹੈ, ਮੈਂ ਪਹਿਲਾਂ ਬੇਨਤੀ ਕੀਤੀ ਪ੍ਰਭ ਚਰਨਵੀਰ ਸਿੰਘ ਵੀਰ ਮੇਰੇ ਨੇੜੇ ਆ ਜਾਵੇ 2 ਮਿੰਟ,
ਲੈ ਗੱਲ ਕਰਕੇ ਤੇ ਨਾਲ ਦੀ ਨਾਲ ਜਿਹੜੇ ਮਤੇ ਪੜ੍ਹੇ ਜਾਣਗੇ ਰਣਦੀਪ ਸਿੰਘ ਸਰ ਆਏ ਬੇਨਤੀ ਕਰਦੇ ਇੱਕ ਮਿੰਟ ਲਈ ਕਿਉਂਕਿ ਟਾਈਮ 6 ਵਜੇ ਆਪਾਂ ਨੂੰ ਇਸ ਹਾਲ ਤੋਂ ਬਾਹਰ ਜਾਣਾ ਕਿਉਂਕਿ 6:15 ਵਜੇ ਤੱਕ ਆਪਣਾ ਜਿਹੜਾ ਟਾਈਮ ਹੈ ਇੱਥੇ ਦਾ ਉਹਦੇ ਤੋਂ ਬਾਅਦ ਜਿਹੜਾ ਕਿ ਜਾਣਾ ਪੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪਹਿਲਾਂ ਮਤੇ ਪੜ੍ਹ ਸਕਦੇ ਹੋ ਕਿਉਂਕਿ 20 ਮਿੰਟ ਦਾ ਟਾਈਮ ਬਚਿਆ ਮੇਰੀ ਗੱਲ ਸੁਣੋ ਭਾਈ ਸਾਹਿਬ ਅਸੀਂ ਇੱਥੇ 1.5 ਘੰਟੇ ਦੇ ਬੈਠੇ ਆਓ ਮਤੇ ਪੜ੍ਹੋ ਥੋੜੀ ਸੀ ਐਕਸ਼ਨ ਪਲਾਨ ਐਕਸ਼ਨ ਪਲਾਨ ਦੇ ਬਾਰੇ ਗੱਲ ਕਰੋ ਮੈਂ ਸੁਣਾਈ ਜਾਂਦੇ ਸਾਰੇ ਘੜੀ ਮੁੜੀ ਕੋ ਗੱਲ ਕਰੀ ਜਾਂਦੇ ਸਾਰੇ ਤੁਸੀਂ ਆਪਣੇ ਐਕਸ਼ਨ ਪਲਾਨ ਦੇ ਬਾਰੇ ਗੱਲ ਕਰੋ ਪਿਆਰੇ ਸਾਧ ਸਿੰਘ ਜੀ ਗੱਲ ਕੀ ਫਤਿਹ ਬਾ ਵਾਹਿਗੁਰੂ ਜੀ ਕਾ ਖਾਲਸਾ ਬੇਨਤੀ ਕਰਦਾ ਸ਼ਾਂਤ ਨਹੀਂ ਰੱਖੋ ਜਿਹੜੀਆਂ ਏਜੰਸੀਆਂ ਉੱਥੇ ਤੁਹਾਨੂੰ ਪਾੜ ਵਿਵਾਦ ਕਰਾ ਰਹੀ ਆ ਇੱਦਾਂ ਇੱਥੇ ਬਿਨਾਂ ਤੁਸੀਂ ਰੌਲਾ ਪਾਓ ਤੁਸੀਂ ਇੱਕ ਇਹ ਦਿਖਾਓ ਇੱਕ ਮਿਸਾਲ ਪੈਦਾ ਕਰੋ ਆਪਾਂ ਕੈਨੇਡਾ ਦੇ ਦੇਸ਼ ਰਹਿ ਰਹੇ ਮੇਰਾ ਵੀ ਦਰਦ ਮੇਰਾ ਵੀ ਹਿਰਦਾ ਉਹੋ ਹੀ ਸਿੱਖੀ ਕਾਨੂੰਨ ਸਾਡੇ 'ਚ ਆ ਇਹ ਕੋਈ ਮੈਂ ਸਿਆਸਤ ਦੇ ਤੌਰ 'ਤੇ ਆਇਆ ਮੈਂ ਐਜ਼ ਏ ਸਿੱਖ ਦੇ ਨਾਤੇ ਆਇਆ ਔਰ ਮੈਂ ਇਹ ਜ਼ਰੂਰ ਪੈਦਾ ਕਰੂੰਗਾ ਚਾਹੇ ਮੈਂ ਲਿਬਰਲ ਪਾਰਟੀ ਦਾ ਮੈਂਬਰ ਅਤੇ ਕੱਲ੍ਹ ਨੂੰ MP ਵੀ ਬਣ ਗਿਆ ਜੋ ਸਿੱਖਾਂ ਦੀਆਂ ਹਮਦਰਦੀਆਂ ਸਿੱਖਾਂ ਦੀ ਹਿਊਮਨ ਰਾਈਟਸ ਦੇ ਇਸ਼ੂ ਉਹ ਤਾਂ ਹਮੇਸ਼ਾ ਬੁਲੰਦ ਰਹੂੰਗਾ ਪਰ ਮੇਰਾ ਸਿਰਫ ਤੁਹਾਨੂੰ ਸੁਨੇਹਾ ਇਹ ਹੈਗਾ ਬਾਕੀ ਧਾਰਮਿਕ ਹਸਤੀਆਂ ਨੇ ਬੜੇ ਕੁਛ ਤੁਹਾਨੂੰ ਦੱਸੇ ਤਾਂ ਦੱਸਣੇ ਵੀ ਆ ਤੁਸੀਂ ਮਤੇ ਵੀ ਪਾਸ ਕਰਨੇ ਪਰ ਜਿਵੇਂ ਇੰਡੀਆ 'ਚੋਂ ਤੁਹਾਨੂੰ ਡਿਸਟਰੈਕਟ ਕਰ ਦਿੰਦੇ ਜਿਹੜੇ ਅਸਲੀ ਮਸਲੇ ਆ ਅਸਲੀ ਮਸਲੇ ਹੈਗੇ ਉੱਥੇ ਕਿਸਾਨ ਜਿਹੜੇ ਖੂਦ ਛਾਲਾਂ ਮਾਰ ਰਹੇ ਆ ਫਾਹ ਲੈ ਰਹੇ ਆ ਉਹ ਤੁਹਾਨੂੰ ਡਿਸਟਰੈਕਟ ਕਰਕੇ ਇਹ ਬੀੜਾ ਪਾੜ ਕੇ ਆਪਣੀ ਬੇਅਦਬੀ ਕਰਵਾ ਕੇ ਤੁਹਾਨੂੰ ਉੱਧਰ ਤੁਹਾਡਾ ਧਿਆਨ ਦੇ ਰਹੇ ਆ ਤੁਸੀਂ ਉਹ ਫੋਕਸ ਰੱਖੋ ਜਿਵੇਂ ਇੱਥੇ ਜਦੋਂ ਕੋਈ ਇੱਦਾਂ ਕਦੇ ਘਟਨਾ ਹੁੰਦੀ ਆ ਪੁਲਿਸ ਇਨਕੁਆਇਰੀ ਰਿਕੁਆਇਰ ਕਰੀਦੀ ਆ ਜਿਹੜੇ ਪੁਲਿਸੀਆਂ ਨੇ ਗਲਤ ਪ੍ਰੋਟੈਸਟਰਾਂ ਨੂੰ ਮਾਰਿਆ ਜਿਹੜੇ ਉਹਦੇ ਇੰਚਾਰਜ ਆ ਜਿਹੜੇ ਮੰਤਰੀ ਉਹਦੇ ਇੰਚਾਰਜ ਆ ਉਹਨਾਂ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਉਹਨਾਂ 'ਤੇ ਇਨਕੁਆਇਰੀ ਕੀਤੀ ਜਾਣੀ ਚਾਹੀਦੀ ਆ ਤੁਸੀਂ ਮਿਸਾਲ ਦੇ ਤੌਰ 'ਤੇ ਉਹਨਾਂ ਨੂੰ ਸਿਖਾਓ ਵੀ ਜਦੋਂ ਕੈਨੇਡਾ 'ਚ ਹੁੰਦਾ ਕੋਈ ਇੱਦਾਂ ਦੀ ਅਣਗਲਾ ਅਸੀਂ ਕਿੱਦਾਂ ਪ੍ਰੋਟੈਸਟ ਕਰੀਦਾ ਅਸੀਂ ਕੀ ਡਿਮੈਂਡ ਕਰੀਦਾ ਤਾਂ ਕਿਵੇਂ ਕਾਰਵਾਈ ਹੁੰਦੀ ਆ ਤੁਸੀਂ ਉਹੋ ਹੀ ਚੀਜ਼ਾਂ ਆਪਣੇ ਹਿੰਦੁਸਤਾਨ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਸਿਖਾਓ ਦੇਖਿਓ ਕਿੱਦਾਂ ਆਪਣੀ ਚੜ੍ਹਦੀ ਕਲਾ ਹੁੰਦੀ ਆ ਇੱਦਾਂ ਰਲ ਕੇ ਇਕੱਠ ਦੇ ਨਾਲ ਕਰਨਾ ਇਹਨਾਂ ਮੈਂ ਕਹਿੰਦਾ ਮੈਂ ਕਿਵਾਂ ਦਾ ਜਾਂਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਅੱਜ ਦਾ ਇਕੱਠ ਸਾਰੀਆਂ ਸੁਸਾਇਟੀਆਂ ਦੇ ਜਿਹੜੇ ਬਹੁਤ ਵਾਰ ਸੱਜਣਾ ਨੂੰ ਮੈਂ ਬੇਨਤੀ ਕਰਾਂਗਾ ਕਿ ਮੂਹਰੇ ਆ ਜਾਣਾ ਅਤੇ ਇਹ ਜਿਹੜੇ ਮਤੇ ਲਿਖੇ ਗਏ ਹਨ ਉਹ ਭਾਵਾਂ ਕਮੇਟੀਆਂ ਦੇ 10ਵੀਂ ਕਮੇਟੀ ਦੇ ਵਿੱਚ ਹੈ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵਿੱਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦਾ ਜਨਰਲ ਸਕੱਤਰ ਹਾਂ ਮੈਂ ਵੀ ਆਪ ਗੁਰਦੁਆਰਾ ਸਾਹਿਬ ਦੇ ਜਿੰਨੀਆਂ ਪ੍ਰਬੰਧਕ ਕਮੇਟੀਆਂ ਮੁੱਖ 8 ਗੁਰਦੁਆਰਾ ਸਾਹਿਬਾਨ ਅਤੇ ਜਿਹੜੇ ਨਾਲ ਜਥੇਬੰਦੀਆਂ ਸਿੰਘਪੁਰ ਜਸਟਿਸ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਧਰਮ ਸੋਹਣੇ ਵੀਰ ਜਿਹੜੇ ਸਾਰੇ ਇਕੱਠੇ ਹੋਏ ਆ ਨਾਲ ਅਤੇ ਸੰਗਤ ਆ ਉਹ ਹੱਥ ਖੜ੍ਹੇ ਕਰਿਓ ਜਿਹੜੇ ਇਹਨਾਂ ਮਤਿਆਂ ਦੇ ਉੱਪਰ ਪਹਿਰਾ ਦੇ ਸਕਦੇ ਆ ਨਹੀਂ ਤਾਂ ਐਵੇਂ ਹੱਥ ਖੜ੍ਹੇ ਕਰਕੇ ਆਪਣੇ ਤੋਂ ਚਿਰ ਦਈਏ ਹੁਣ ਆਪਾਂ 3-4 ਘੰਟੇ ਆਪਾਂ ਇੱਥੇ ਦੇਖੋ ਲਾਏ ਆ ਇਸ ਕੰਮ ਦੇ ਉੱਪਰ ਇਹਦਾ ਨਿਚੋੜ ਨਿਕਲਣਾ ਚਾਹੀਦਾ ਆ ਇਹ ਨਾ ਹੋਵੇ ਕੱਲ੍ਹ ਨੂੰ ਤੁਹਾਡੇ ਨੇੜੇ ਦੇ ਗੁਰਦੁਆਰਾ ਸਾਹਿਬਾਨ ਨੇੜੇ ਦੇ ਗੁਰੂ ਘਰਾਂ ਦੇ ਵਿੱਚ ਸੰਪਰਕ ਕਰਕੇ ਉਹਨਾਂ ਨੂੰ ਜਵਾਬ ਦੇ ਬਣਾਇਆ ਜਾਵੇ ਕਿ ਜਿਹੜਾ ਸੰਘਰਸ਼ ਹੈਗਾ ਕਿਉਂਕਿ ਇਕੱਲਾ ਕਮੇਟੀਆਂ ਦੇ ਵੱਸ ਦੀ ਗੱਲ ਨਹੀਂ ਆਪ ਸੰਗਤਾਂ ਦਾ ਨਾਲ ਸਹਿਯੋਗ ਚਾਹੀਦਾ ਇਹਦੇ ਵਿੱਚ ਕਮੇਟੀਆਂ ਦੇ ਵਿੱਚ ਆਪਾਂ ਜਿਹੜਾ ਸੰਘਰਸ਼ ਕਰਨਾ ਹੈ ਸੜਕਾਂ ਦੇ ਉੱਪਰ ਜਿਹੜੇ ਬੈਠੇ ਹੋਏ ਹਨ ਉਹਨਾਂ ਨੂੰ ਸਹਿਯੋਗ ਦੇਣ ਦੇ ਲਈ ਜਿਹੜੀਆਂ ਜਥੇਬੰਦੀਆਂ ਉੱਥੇ ਕੰਮ ਕਰਨਗੀਆਂ ਦਾਸ ਆਪਣਾ ਨਾਮ ਵਿੱਚ ਦੇਵੇਗਾ ਉਹਨਾਂ ਦੇ ਨਾਲ ਕੰਟੈਕਟ ਕਰਨ ਲਈ ਇੱਕ ਇੱਕ ਮਿੰਟ ਦੀ ਜੋ ਕੁਝ ਵੀ ਹੋ ਰਿਹਾ ਆ ਮੈਂ ਆਪਣਾ ਨਾਮ ਪਹਿਲਾਂ ਦੇਵਾਂਗਾ ਕਿ ਉਹਦੀ ਜਾਣਕਾਰੀ ਦੇ ਕੇ ਮੈਂ ਸੰਗਤਾਂ ਨੂੰ ਜਵਾਬ ਦੇ ਕਿਉਂਕਿ ਮੈਨੂੰ ਸੰਗਤਾਂ ਨੇ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਮੇਰੀ ਜ਼ਿੰਮੇਵਾਰੀ ਆ ਉਹ ਕਿ ਸੰਗਤਾਂ ਤੱਕ ਉਹਦੀ ਜਾਣਕਾਰੀ ਦੇਣੀ ਅਤੇ ਉਹਨਾਂ ਦੇ ਨਾਲ ਜਿਹੜਾ ਰਾਤਵਾ ਰੱਖ ਕੇ ਉਹਨਾਂ ਦੇ ਨਾਲ ਜਿਹੜਾ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਜੋੜਨਾ ਜਿਹੜੇ ਅੱਜ ਦੇ ਮਤੇ ਹਨ ਸਾਧ ਸੰਗਤ ਜੀ ਅੱਜ ਦਾ ਮਤਾ ਨੰਬਰ 1 ਪੰਜਾਂ ਤਖਤਾਂ ਦੇ ਜਥੇਦਾਰ ਮੰਨ ਚੁੱਕੇ ਹਨ ਕਿ ਜੋ ਸਿਰਸੇ ਵਾਲੇ ਸਾਧ ਦਾ ਮਾਫ਼ੀਨਾਮਾ ਪੰਥਕ ਸਿਧਾਂਤਾਂ ਮੁਤਾਬਕ ਨਹੀਂ ਹੋਇਆ ਸੀ ਇਸ ਕਰਕੇ ਨੈਤਿਕਾ ਦੇ ਆਧਾਰ ਦੇ ਉੱਪਰ 5 ਤਖਤਾਂ ਦੇ ਜਥੇਦਾਰ ਅਸਤੀਫਾ ਦੇਣ ਅਤੇ ਸਰਬੱਤ ਖਾਲਸਾ ਸਿੱਖ ਸਿਧਾਂਤਾਂ ਦੇ ਪਹਿਰਾ ਦੇਣ ਵਾਲੇ ਯੋਗ ਅਤੇ ਕਾਬਲ ਜਥੇਦਾਰਾਂ ਦੀ ਨਿਯੁਕਤੀ ਕਰ ਸਕੇ ਜੀ ਅੱਜ ਦੇ ਪੰਥਕ ਇਕੱਠ ਦੇ ਵਿੱਚ ਮਤਾ ਨੰਬਰ 2
पंजाब के पिंड बरगाड़ी के विच ते बाद विच होर कई पिंडां दे विच लड़ीवार श्री गुरु ग्रंथ साहिब जी की बेअदबी हो रही है जो कि मनुखता के उपर कलंक है ते इस दी करड़ी निंदा की जाती है। शरारती अंसरां नूं करड़े शब्दां दे नाल सुचेत किया जाता है कि खालसा पंथ के सफर का अंत ना देखा जाए जी। श्री गुरु ग्रंथ साहिब जी की हुई बेअदबी और सत्कार को मुख रखदिया रोस वजो शांतमई धरना दे रहे थे सिमरन कर रही संगत जनरल डायर की नीति अपना हो पंजाब की रंगड़ सरकार वालों जो अन्ना धुंद लाठीचार्ज और गोली चलाई गई है संतान को थाणिया के जाकर तशद्दुद किया गया है मनुखी हकों के घाण करती इस जानमाना कार्रवाई की निंदा की जाती है। तो इस पूरे घटनाक्रम के दौरान होए शहीदों को सिख कौम प्रणाम करती है और शहीदों के परिवार जख्मी हुए सिंह उन्होंने परिवारों की हर पक्षों मदद करने लिए वचनबद्धता दर्शाती है। अज के इस पंथक इकट्ठ के मता नंबर चार इस संघर्ष के दौरान समुचिया अपन कौम फर्ज पछाणिया है जिन्होंने संगत ने अपना कौमी फर्ज पछाणिया है संगत ने प्रचारक ने पंथक जथेबंदियां ते कुछ जीवंदी जमीर वाले एसजीपीसी मैंबर ने अपने फर्ज को बखूबी निभाया जिस नाल समुची सिख कौम का माण वधिया है। इस दे नाल जो मानवता नूं प्यार करन वाले दूसरे धर्मां दीआं जथेबंदक संगत ने इस औखी घड़ी दे विच खालसा पंथ दे लई हाथ दा नारा मारिया है उन्हां दा समुचे सिख जगत वल्लों धन्नवाद कीता जांदा है जी। अज के इकट्ठ के मता नंबर पांच पंथ दर्द रखने वाली समुचिया जथेबंदियां जिन्हां विच खास तौर पर श्रोमणी अकाली दल अमृतसर पंच प्रधानी दलजीत सिंह बिट्टो दल खालसा ते होर पंथक दर्द रखने वाली जथेबंदियां नूं परजोर कैनेडा दीआं विदेशी संगतां दे वल्लों असीं अपील करते हाँ कि इस मौके पर पंथ के उपर आई हुई अत नाजक संकट नूं मुख रखदिआं होइआं एक मंच के उपर इकट्ठे हो के अगवाई की जाए जी। अज के पंथक इकट्ठ के आखिरी मता जिहड़ा है मता नंबर छे श्री गुरु ग्रंथ साहिब जी की लड़ीवार बेअदबी ते सिखां दे कीते तशद्दुद लई मुख तौर पर जिम्मेवार पंजाब की बादल सरकार है बादल परिवार है इस नूं सिख कौम कदे भी माफ नहीं करेगी और इन्हां दे मत्थे ते लग्गिया कलंक कदे भी धोता नहीं जाएगा। इस दे नाल ही सिख जगत नूं बेनती की जाती कि बादल सरकार नाल जिहड़ा वो अकाली शब्द की वरतों कर रहे हैं उस नूं लाया जाए उस दे नाल जी बोलो हरभजन सिंह जी अटवाल उन्होंने क्योंकि कमेटी के बाद के जोड़े शहीद हुए हैं सिंह अठा गुरुद्वार की सोसायटी वालों ढाई ढाई लाख रुपया जोड़ा तो उन्होंने जी मदद दी जाएगी उन्होंने परिवारों के लिए तो आने वाले समय के एक मैम तीन मैंबरी या पांच मैंबरी को कमेटी बना के कला जरूरी नहीं कि गुरुद्वारे साहबाना के बाहरों भीर आ के भी दास का नंबर है होर गुरद्वारा साहबाना के जोड़े मुद उन्होंने आप जी के को नंबर हैं संपर्क करके एक आप कमेटी बना के क्योंकि अज असी उन्होंने बेनती कर रहे हैं कि सानू मारिया गया है तो मुड़ के चार चार पांच पांच लाख रुपया साडे शहीदां दे परिवारां नूं दे के उन्होंने अपने उन्होंने को लिखवा लिया जाता है कि जिहड़े कतल जिहड़े आपसी लड़ाई दे विच झगड़ेबाजी दे विच इहो कतल होए हन इहो जिहे क्योंकि तीन जिहड़े साडे सिंघ शहीद होए पहले उन्होंने कोल उन्हां दे एफीडेविट देखो उन्हां दे विच पंजाब सरकार ने उन्होंने दो दो ढाई ढाई लाख रुपया दे के ये लिखवाया होया उन्होंने विच असी नहीं चाहते उन्होंने बेनती की गई है कि जिहड़ी पंथक जथेबंदियां वह भी कोशिश कर रही है कि जिहड़ा सरकार का जिहड़ा दो दो चार चार लाख रुपया उन्होंने जुत्ती दी ठोकर दे नाल उन्होंने ठुकराया जाए उस पैसे नूं क्योंकि जथेबंदियां जिहड़ियां उन्हां दी सार अपने वह अपने भरावां दी सार लैणगे। सो इस
अकाठ के बेच मैं बेनती कर हाँ जी ये संगत के पिछों भी आ सकता जी मता संगत के पिछों मत आया कि जेड़ा जिन्होंने कतलेआम किया उत्थे अपने पुलसिया ने उन्होंने उपर केस चला के उन्होंने ज जॉबों के उपर कटिया जाए और उन्होंने उपर 302 के कतल के मुकदमे चलाए जाने को संगत के पिछों मत आया पिछले समय के देखिया एवं सपोर्ट के उन्होंने कोशिश की इतने घुसपैठ कर दी पंथक जथेबंदियां पंथक गुरद्वारे उन्होंने आप संगत ने नाकाम किया उन्होंने उन्होंने क्योंकि पहला ही यह बाईकाट का फैसला जोड़ा जथेबंदियां गुरद्वारे ने पहला ही कर चुके कि कोई भी अकाली दल का जोड़ा मैंबर है उन्होंने जोड़ा बाईकाट किया जाता है जेडे जथेदार साहबान जिन्होंने सिख कौम इस नोशी भरे माहौल के समय के लिया के खड़ा दिता है उन्होंने भी सिख कौम पहला ही पंजाब के बाहर भी बाईकाट कर चुकी है जी बिल्कुल किया जाए सरबत खालसा जे अज पंजाब की धरती के उपर हो सकता वह ना कर जाने क्योंकि उन्हों की सरकार है पर बाद वाहेगुरु जी की फतेह। माफ करना सत्संग जी,
टाइम धक्के दे नाल लेना पिया, दो घंटे पहला तो ना दिता, सिर्फ संगत वालों एक मता लै के मैं ते मेरा छोटा वीर अभय सिंह असी दो घंटे तो वेट कर रहे हैं। जे तुसी साडे मते दे नाल सहमत आ ते सारिया संगत जरूर हाथ चुक के जकारा छड्डियो कि अठे कमेटियां अज इत्थे इक इह वी प्रण कर कि जिहड़े घोगड़ टोले ने जां जिहड़ा सप समाज आ जिन्हां नूं संत समाज कहिंदे आ, जिहड़े सिर्फ सिर्फ कहानियां दसदे ने, गुरु ग्रंथ साहिब दी गल नहीं करदे, सानूं गलत राहां ते लाउंदे ने, डेरावाद फैलाउंदे ने, इहो जिहे प्रचारकां नूं सद के सरोपे गुरुद्वारा साहिब दे विच नहीं देने चाहिए। ਚੜ੍ਹ
प्रोग्राम किए जाते हैं जेड़ा आज का जोड़ा है मते जोड़े आपां नूं इह गल अज मेरे हिसाब दे नाल इत्थे छेड़नी नहीं सी चाहीदी क्योंकि वाहेगुरु जी का खालसा वाहेगुरु जी की फतेह। सो जदों अठ सोसाइटियां ने यह मिल के मता पास किया होया है कि अज सिख कौम के नाल डजन मैटर कि जथेबंदी को बिलोंग करता है जब पास कर दिया गया कि किसी जथेदारों इतने अलाउ नहीं किया जाएगा तो फिर निकिया निकिया अशोधिया गल का कोई लाभ नहीं क्योंकि इतने ये भी किंतु किया जा रहा फिर बाणी बाणी की जरूरत नहीं कभी बाणी की पर जदों गुरु साहब जी के वचन मानते हैं कि सिख गुरु का पंखी जाणो बाणी बाणा पंख पछाणो इतने बाणी की भी लोड़ आ और इतने बाणी की भी लोड़ आ साढ़े दो थंब ने साढ़े गुरु के आंगणे पहुँचने लिए सानू बाणा भी चाहिए आ सू बाणी भी चाहिए अच किसी एक प्रचारक का ना लैके पक्षवाद नहीं होता जाएगा इतने लिबास की गल नहीं कि कोई गोल दस्तार बनता कोई मित्रवाली बनता देखना यह आकर पंथ के नाल केड़ा खड़ा है साहिब संकट में सेवक भजया चिरंकाल जीरा दुख लज्जा इतने इतने जिन्हें भी पंथ के नाल खड़ा डजन मैटर कोई संत आ कोई मिशनरी आ कोई कठखंड कीर्तनी है किसी के स्टेज उत्ते आके हुलड़बाजी नहीं की जाएगी अज संकट के समय सू मोटे के नाम मोटा ला के जुड़ भी लोड़ है सू सब अज के दिन असं सिख सी पर पता आवाजे समय के चीजा गाने वाले कौन है सू पछाण करने की लड़ आ तो मैं अखीर च एक पंक्ति कह एक लाइन बोल के पास कर लगा एक लाइन साढ़े दुश्मनों कि भरना हो असी किसी रुख के टूटे हुए पत्ते नहीं कह दो तूफानों के अपने औकात रहे अच सिख पंथ जागया होया अच निके निके ग्रुपा के सब मुड़ के स्टेजा को बह के वंडिया जाए सो आओ कि बेनती है पते का जाग गया वाहेगुरु जी खालसा वाहेगुरु जी जे तुम सारे आस में डरी जाते हो ना थोड़ू इस वे शर्म होनी चाहिए साढ़े भैन भरा मर रहे हैं पंजाब तुम आस में डरते हैं सतगुरों की हुई बेदबी के संबंध में सतगुरों के नाल प्रेम का प्रगटावा कर पहुंची गुरु जवारी खालसा सत संत जी वाहिगुरु जी का खालसा वाहिगुरु जी की फतेह। बहुत वधिया जो स्टेज का प्रोग्राम चल रहा सी मैं इतने कह देव कि कुछ शरारती अंसर वालों जुड़े तो असी इस दुख की घड़ी के पर अपने कुछ जो उन्होंने निजी सवाल वो संगत के उपर थोपना चाहते सन मैं इन्होंने यह पूछना चाहता कि असी जुड़े हाँ उन्होंने शहीदों की याद के गुरु ग्रंथ साहब की खोज बेदबी के संबंध में इस इकट्ठ के नानकशाही कैलेंडर के मुद्दे कितों उठाए कुछ एक दो प्रचारकों इतने जोड़ा प्रमोट किया जा रहा है मैं समुचे तौर पर जिन्हें भी प्रचारक जिस दे बाबा रणजीत सिंह जी ढड्डरियां वाले भाई अमरीक सिंह जी अजनाला भाई पंथप्रीत सिंह जी खालसा जिहड़ा आपो अपनियां जथेबंदियां तों उपर उठ के इस संघर्ष नूं लीड कर रहे हैं सानू सब संगत को पूर्ण तौर पर उन्हां दा सहयोग करना चाहिए है तो आने वाले समय के भी जो साढ़े वीर भरा हॉस्पिटलों के एडमिट ने अते जो जालम हुकूमत दीआं गोलियां दा शिकार हो गए ने अपने गुरु की बेअदबी ना सहारदिया होया उन्हां परिवारों की बांह फड़नी चाहिए है तो जिहड़े इन्हां दे मैं इन्हां श्रोमणी अकाली दल कहना भी मुनासिब नहीं समझदा अकाली दल कहूँगा जिहड़े भी इन्हां दे नुमाइंदे टुकड़ बोच इत्थे आउंदे ने उन्हां नूं किसी भी पंथक स्टेज के उत्ते भावें कोई तख्त का जथेदार होवे उन्हां नूं किसी भी पंथक स्टेज के उत्ते बोलन ना दिता जाए पूर्ण तौर पर उन्हां दा बाइकाट किया
जेड़े भी इन्हां दे टुकड़ पहुंचे इत्थे आउंदे ने जेड़े साडे वीर भरा उन्हां नूं इत्थे गड्डियां विच बिठा के कनेडा दीआं सड़कां ते गेड़ियां लवाउंदे ने उन्हां नूं बेनती करदे हां कि अज समां है पंथ दे नाल कलोंग दा ते इन्हां नूं इन्हां दे जेड़े बादलां दे टुकड़ पहुंचाउंदे ने उन्हां नूं नकार दित्ता जावे। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। सारियां संगतां दा धन्नवाद आ, जिन्ना भी समां निकलिया बहुत वधिया निकलिया। आ लड़ाइयां जिहड़ियां ने इन्हां नूं बंद करो। आ छोटे भी सियाटल तों आए आ, इन्हां ने इक कविता बोलनी, इस तों बाद समाप्ति आ। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। एक संत देखिया समाप्ति आ। वाहिगुरु जी का खालसा वाहिगुरु जी की फतेह।
जी का खालसा वाहिगुरु जी की फतेह। सत्संग जी आई हुई संगत का बहुत बहुत धन्यवाद। माफी चाहते जी हम क्योंकि इस स्टेज के उपर गल करते क्योंकि पंथक मसले हैं, पंथ के उभरते रहते हैं, कोई एड्डी गल नहीं, पर समय समय के नाल मौका होता है गल कर कोई मसला है, कोई पंथक वालों के गल करनी है। सो गुरु कृपा करे जिहड़ियां संगतां गुरु प्यार दे विच गुरु ग्रंथ साहिब जी दे सत्कार दे विच आईआं, जे किसी का दिल दुखिया होवे मैं हाथ जोड़ के माफ़ी मंगदा हां दे कोलों। गुरु कृपा करे समत बख्शे। वाहिगुरु जी का खालसा वाहिगुरु जी की फतेह। गुरद्वारा भी एक बार उसे रोक आए गए उदो जाके जल स्टेज पर चढ़ गई कहीं लैके आओ पैर ना तो मुड़ के बोलने